ਤੁਸੀਂ ਦੁਬਈ ਵਿੱਚ ਰਹਿ ਕੇ ਲੋਕ ਸੋਚਦੇ ਆ ਵੀ ਮੈਂ ਕੋਈ ਬਿਜ਼ਨਸ ਸਟਾਰਟ ਕਰ ਲਾਂ ਜਾਂ 골ਡ ਦਾ ਕੰਮ ਹੈ ਇੱਥੇ ਬਹੁਤ سارے ਬਿਜ਼ਨੈਸਿਸ ਹੈਗੇ ਨੇ ਨਾ ਤੇ ਤੁਸੀਂ ਭੰਗੜੇ ਦਾ ਕਿਵੇਂ ਸੋਚਿਆ ਵੀ ਮੈਂ ਭੰਗੜੇ ਨੂੰ ਲੈ ਕੇ ਜਾਣਾਗੇ ਮੇਰਾ ਨਾ ਲਾਈਕ ਚਾਈਲਡਹੂਡ ਤੋਂ ਹੀ ਮੰਮੀ ਡੈਡੀ ਘਰੇ ਪਾਰਟੀਆਂ ਮੋ ਕਰ ਦਿੰਦੇ ਸੀ ਐਂਡ ਬਰਥਡੇਸ ਤੇ ਉਹ ਨੱਚਦੇ ਹੀ ਰਹਿੰਦੇ ਸੀਗੇ ਸੋ ਆਈ ਥਿੰਕ ਮੈਂ ਛੋਟੇ ਹੁੰਦੇ ਤੋਂ ਬਹੁਤ ਜ਼ਿਆਦਾ ਦੇਖ ਰਿਹਾ ਸੀਗਾ ਦਾ ਇਨਸਪਾਇਰਡ ਹਾਂ ਦਲਜੀਤ ਤੋਂ ਤੁਸੀਂ ਬਹੁਤ ਜ਼ਿਆਦਾ ਦਿਲਜੀਤ ਭਾਜੀ ਨੂੰ ਤਾਂ ਮੈਂ ਆਈ ਥਿੰਕ 2014 ਵਿੱਚ ਭਾਈ ਨਾ ਕੀਤਾ ਸੀ ਪਰਫਾਰਮਡ 2017 ਵਿੱਚ ਕੀਤਾ ਸੀ ਦੁਬਈ ਓਕੇ ਕੀ ਕਹਿੰਦੇ ਨੇ ਇੱਕ ਉਦਾਂ ਦਾ ਰਿਲੇਸ਼ਨ ਆ ਕਿ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ ਉਹਨਾਂ ਨੇ ਕਦੇ ਗੱਲ ਨਹੀਂ ਕੀਤੀ ਹੈਗੀ ਆਈ ਥਿੰਕ ਹੀ ਨੋਜ਼ ਮੀ ਹਾਂ ਹਾਂ ਇੱਕ ਕੁੜੀ ਸੀਗੀ ਉਹਨੇ ਐਦਾ ਪਾਈ ਕਿ ਦਿਲਜੀਤ ਨੇ ਹਾਰਦੀ ਨੂੰ ਦੇਣੀ ਹੈ ਜੈਕਟ ਉਹਨੇ ਲਾਈਕ ਪਹਿਲੀ ਕਹਿਤਾ ਪ੍ਰੈਡਿਕਸ਼ਨ ਕਰਦੀ ਹਾਂ ਐਂਡ ਦੈਟਸ ਵਾਟ ਹੈਪਨਡ ਹੀ ਲੁਕਸ ਐਟ ਮੀ ਐਂਡ ਦੈਨ ਹੀ ਥਰੋਸ ਇਟ ਟੂ ਮੀ ਐਂਡ ਮੈਦਰ ओन ਲਾਪਿਆ ਮੈਂ ਤਾਂ

ਮੇਰੇ ਅਨੇ ਸਾਲ ਮਿਹਨਤ ਕੰਦਾ ਵੀ ਕੀ ਫਾਇਦਾ ਹੋਇਆ ਬਈ ਡੈਫੀਨੇਸ਼ਨ ਕੀ ਹੈ ਡੈਫੀਨੇਸ਼ਨ ਆਫ ਸਕਸੈਸ ਅਕੋਰਡਿੰਗ ਟੂ ਯੂ ਇਨਰ ਪੀਸ ਪ੍ਰੀਅਰਿਟੀ ਹੋਣੀ ਚਾਹੀਦੀ ਆ ਬਟ ਇਹ ਬਹੁਤ ਲੋਕ ਭੁੱਲ ਜਾਂਦੇ ਆ ਬਹੁਤ ਲੋਕ ਭੁੱਲ ਜਾਂਦੇ ਆ ਬਹੁਤ ਲੋਕ ਪੈਸੇ ਪਿੱਛੇ ਜਾਂਦੇ ਆ ਲੋਕੇ ਨਹੀਂ ਸਮਝ ਪਾਉਂਦੇ ਕਿ ਜੇ ਪੈਸੇ ਆ ਰਹੇ ਆ ਨਾ ਪੈਸੇ ਬਹੁਤ ਜ਼ਿਆਦਾ ਹਾਰਡ ਵਰਕ ਕਰਕੇ ਆਉਗੇ ਪੈਸੇ ਐਦਿ ਨਹੀਂ ਆਉਂਦੇ ਨਹੀਂ ਆਉਂਦੇ ਗਾਇਜ਼ ਯਾਰ ਮੰਨ ਲਓ ਐਦਿ ਨਹੀਂ ਆਉਂਦੇ ਕਿ ਉਹਨੂੰ ਮੈਂ ਐਕਸਪਲੇਨ ਵੀ ਕਰ ਦੂੰਦਾ ਐਸੇ ਉਹ ਮਿਹਨਤ ਨਾ ਹੁੰਦੇ ਨੇ ਹਾਂਜੀ ਕੱਦਾ ਫਿਰ ਵੈਲਕਮ ਟੂ ði ਚੈਨਲ ਗਾਇਜ਼ ਹੋਪ ਤੁਸੀਂ ਦੁਬਈ ਪੋਡਕਾਸਟ ਸੀਰੀਜ਼ ਇੰਜੋਏ ਕਰ ਰਹੇ ਹੋ ਯਾਰ ਤੇ ਅੱਜ ਦਾ ਪੋਡਕਾਸਟ ਵੀ ਥੰਬਨੇਲ ਦੇਖ ਲਿਆ ਅੱਜ ਪੰਗੜੇ ਦੀ ਗੱਲਾਂ ਹੋਣਗੀਆਂ ਪੰਜਾਬੀ ਅੱਧੀ ਗੱਲਾਂ ਹੋਣਗੀਆਂ ਦੁਬਈ ਆਬਵੀਅਸਲੀ ਅਸੀਂ ਦੁਬਈ ਵਿੱਚ ਆ ਤੇ ਮੈਨੂੰ ਪਤਾ ਨਹੀਂ ਸੀ ਦੁਬਈ ਇਦਾਂ ਦੀ ਵੀ ਜਗ੍ਹਾ ਹੈਗੀ ਆ ਤੇ ਇਹ ਹੈਗੀ ਕਿਹੜੀ ਜਗ੍ਹਾ ਭਾਜੀ ਫੁਜੇਰਾ ਫੁਜੇਰਾ ਮੈਂ ਭੁੱਲ ਜਨਾ ਫੁਜੇਰਾ ਵਿੱਚ ਆ ਤੇ ਪਿੱਛੇ ਥਿ ਵਿਊ ਦੇਖੋ ਯਾਰ ðiਸ ਇਜ਼ ði ਬੈਸਟ ਐਕਸਪੀਰੀਅੰਸ ਐਵਰ ਮੈਂ ਪਹਿਲੀ ਵਾਰ ਜ਼ਿੰਦਗੀ ਚ ਐਸੀ ਜਗ੍ਹਾ ਤੇ ਬਹਿ ਕੇ ਪੋਡਕਾਸਟ ਕਰ ਰਿਹਾ ਤੇ ਸ਼ ਬਾਰਿਸ਼ ਵੀ ਹੋਣ ਲੱਗੀ ਨਾ ਹੁਣੇ ਰੱਬ ਵੀ ਖੁਸ਼ ਹੋ ਜਾਵੇ ਸੋ ਸਾਡੇ ਨਾਲ ਨੇ ਹਾਰਦੀ ਬਾਜੀ ਹਾਰਦੀ ਸਿੰਘ ਬਾਜੀ ਤੁਸੀਂ ਅਕਸਰ ਇਹਨਾਂ ਦੀ ਇੰਸਟਾਗ੍ਰam ਤੇ ਰੀਲਸ ਜਾਂ ਭੰਗੜੇ ਦੀਆਂ ਰੀਲਸ ਬਹੁਤ ਖੂਬਸੂਰਤ ਨੇ ਤੇ ਇੱਕ ਅਪੀਲਿੰਗ ਪਰਸਨੈਲਿਟੀ ਨੇ ਗਰੂਮਡ ਸਿੱਖ ਨੇ ਇਹਨਾਂ ਦਾ ਵੇ ਆਫ ਟਾਕਿੰਗ ਯਾਰ ਮੈਂ ਗੱਡੀ 'ਚ ਆ ਰਹੇ ਸੀ ਅਸੀਂ ਤੇ ਮੈਂ ਬਸ ਦੇਖਦਾ ਜਾ ਰਿਹਾ ਸੀ ਵੀਰਾ ਬਹੁਤ ਵਧੀਆ ਢੰਗ ਨਾਲ ਚੀਜ਼ਾਂ ਨੂੰ ਦੱਸਦੇ ਨੇ ਇਲੈਬੋਰੇਟ ਕਰਦੇ ਨੇ ਕਮਾਂਡ ਬਹੁਤ ਅੱਛੀ ਹੈ ਇਹਨਾਂ ਦੀ ਲੈਂਗੁਏਜ ਤੇ ਤੇ ਇਹਨਾਂ ਦਾ ਵੀ ਆਪ ਦਾ ਇੱਕ ਸਟਰਗਲ ਹੈਗਾ ਸੋ ਅੱਜ ਜਾਣਦੇ ਹਾਂ ਹਾਰਦੀ ਸਿੰਘ ਵੀਰੇ ਨੂੰ ਉਹਨਾਂ ਦੀ ਲਾਈਫ ਵਿੱਚ ਕਿੱਦਾਂ-ਕਿੱਦਾਂ ਉਹਨਾਂ ਨੇ ਪਿਓਰ ਭੰਗੜਾ ਨੂੰ ਇੱਕ ਬ੍ਰਾਂਡ ਬਣਾਇਆ ਤੇ ਦੁਬਈ ਵਿੱਚ ਅੱਜ ਵੈਲ ਸੈਟਲਡ ਨੇ ਤੇ ਵੈਸੇ ਹਰ ਆਪਾਂ ਨੂੰ ਲੱਗਦਾ ਹੁੰਦਾ ਵੈਲ ਸੈਟਲਡ ਲੇਕਿਨ ਇਹਨਾਂ ਦੇ ਵੀ ਅਜੇ ਕੰਨੇ ਮੇਰੇ ਗੋਲਸ ਬਹੁਤ ਵੱਡੇ ਨੇ ਪਾਜੀ ਦਲਜੀਤ ਕੋਚੀਲਾ ਗਏ ਸੀ ਦਲਜੀਤ ਭਾਈ ਨੂੰ ਮਿਲੇ ਐ ਐਮਈ ਵਿਰਕ ਭਾਜੀ ਨਾਲ ਕੰਮ ਕਰ ਚੁੱਕੇ ਹਾਂ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਤਾਂ ਮੇਰੇ ਕੁਐਸਚਨ ਦੀ ਲਿਸਟ ਬਹੁਤ ਜ਼ਿਆਦਾ ਵਾ ਇੰਟਰੋਡਕਸ਼ਨ ਮੈਂ ਅੱਧੇ ਘੰਟੇ ਦੇ ਸਕਦਾ ਬਟ ਪਾਜੀ ਮੈਂ ਦਿਲੋਂ ਤੁਹਾਡਾ ਸਵਾਗਤ ਕਰਦਾ ਸ਼ੋਅ ਵਿੱਚ हार्डी सिंह भाजी सत श्रीकाल जी सत श्रीकाल भाजी थैंक यू सो मच फॉर हैविंग मी एंड आप आई थिंक बहुत टाइम तो ऑफ एंड ऑन चल रहा है कितने मिलिए so कि मिलिए एंड रब वालों अज ही होना सी दुबई च होना सर एंड आई एम सो हैप्पी कि अवेयर इन सच अ ब्यूटिफुल प्लेस यस भाजी वट अ वाइब न बहुत ए वाइब आई डोंट नो गाइस थानू असी किदा एक्सप्लेन करिए बट इट्स लाइक वी कैन सिट हियर फॉर लाइक आवर्स एंड बस आज गल ही करी जाइए यस 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 ਆਪਣੇ ਕੋਲ ਲਾਈਟਿੰਗ ਹੈਗੀ ਹੈ ਅਜੇ ਅੱਧਾ ਘੰਟਾ ਇੱਕ ਘੰਟਾ ਅਜੇ ਇਸ ਤੋਂ ਬਾਅਦ ਅਸੀਂ ਪਲੇ ਸਟੇਜ ਚੇਂਜ ਕਰੀਏ ਸੋ ਭਾਜੀ ਫਟਾਫਟ ਸਟਾਰਟ ਕਰਦੇ ਹਾਂ ਹਰਦੀਪ ਸਿੰਘ ਹਾਂਜੀ ਤੁਹਾਡਾ ਪਾਸਪੋਰਟ ਨੇਮ ਹਰਦੀਪ ਸਿੰਘ ਅੱਛਾ ਤੁਸੀਂ ਦੱਸਦੇ ਨਵੇਂ ਹਰਦੀਪ ਸਿੰਘ ਹਾਂਜੀ ਕਾਫੀ ਆਰਟਿਸਟ ਨਹੀਂ ਦੱਸਦੇ ਕਿਉਂਕਿ ਉਹਨਾਂ ਦਾ ਕੋਈ ਜ਼ਿਆਦਾ ਹੀ ਡਿਫਰੈਂਟ ਹੁੰਦਾ ਫਿਰ ਭਾਈ ਯਾਰ ਮੇਰਾ ਐਨਾ ਨਹੀਂ ਫਰਕ ਆਏਗਾ ਜਿਹੜੇ ਨਹੀਂ ਦੱਸਦੇ ਉਹਨਾਂ ਦਾ ਸਟੇਜ ਨੇਮ ਕੋਈ ਛੋਰ ਹੁੰਦਾ ਪਾਸਪੋਰਟ ਨੇਮ ਸ਼ੌਕਿੰਗ ਹੁੰਦਾ ਓਕੇ ਕਈ ਵਾਰੀ ਸੋ ਮੇਰਾ ਨਹੀਂ ਹੈਗਾ ਸ਼ੌਕਿੰਗ ਮੇਰਾ ਸੋਹਣਾ ਨਾਮ ਆ ਉਹਦਾ ਹਰਦੀ ਥੋੜਾ ਬਿਕੋਜ਼ ਆਫ ਬੀ ਸ਼ਾਰਟ ਨੇਮ ਬੋਲ ਬੋਲ ਕੇ ਫਿਰ ਉਹ ਹਰਦੀ ਸਿੰਘ ਬਣ ਗਿਆ ਸੋ ਫੇ ਵਧੀਆ ਚੱਲ ਰਿਹਾ ਹੈ ওকে ਘਰ ਦੇ ਹਰਦੀਪ ਵੀ ਬੁਲਾਦੇ ਸੋ ਆਪ ਬ੍ਰਿੰਗਿੰਗ ਤੁਹਾਡਾ ਬੌਰਨ ਦੁਬਈ ਇਮ ਬੌਰਨ ਇਨ ਦੁਬਈ ਪਾਜੀ ਓਕੇ ਯਾ ਆਮ ਬੌਰਨ ਇਨ ਦੁਬਈ ਆਵ ਲਿਵਡ ਹੇਅਰ ਆਵ ਸਟੱਡੀਡ ਹੇਅਰ ਕਾਲਜ ਸਾਰਾ ਕੁਝ ਇੱਥੇ ਹੈ ਮੇਰਾ ਓਕੇ ਬੌਰਨ ਤੋਂ ਲੈ ਕੇ ਹੁਣ ਤੱਕ ਦਾ ਆਪਾਂ ਅਗਰ ਮੈਂ ਕਵਾਂ ਇੰਟਰੋਡਕਸ਼ਨ ਸ਼ਾਰਟ ਇੰਟਰੋਡਕਸ਼ਨ ਤੁਸੀਂ ਅਗਰ ਦੇਣਾ ਚਾਹੋ ਯੈਸ ਸ਼ਾਰਟ ਤੋਂ ਮਮ ਡੈਡ ਨੂੰ ਇੱਥੇ ਬਹੁਤ ਟਾਈਮ ਹੋ ਗਿਆ ਡੈਡ ਦਾ 72 ਦੇ ਇੱਥੇ ਆਏ ਹੋਏ ਨੇ ਦੁਬਈ ਵਿੱਚ ਅੰਡਰ ਡਾਡ ਨੂੰ ਤਾਂ ਲੈਟਸ ਸੇ ਕਲੋਸ ਟੂ 50 ইয়ারਸ ਹੋ ਗਿਆ ਹੁਣ ਦੁਬਈ ਚ ਹੀ ਇਸ ਵੈਲ ਰਿਟਾਇਰਡ ਨਾਓ ਲਾਸਟ ইয়ার ਹੁਣ ਘਰੇ ਰਹਿੰਦੇ ਆ ਅਸੀਂ ਸਾਰੇ ਜਣੇ ਕੱਟੇ 73 ਚ ਹਾਂਜੀ 73 73 ਤਾਂ ਉਦੋਂ ਕਿੱਦਾਂ ਏ ਸੀ ਦੁਬਈਓ ਆਈ ਥਿੰਕ ਇਟ ਆ ਲੱਕੀ ਪੋਡਕਾਸਟ ਤੁਹਾਨੂੰ ਮੈਂ ਡੈਡੀ ਨਾਲ ਹੀ ਕਰਨਾ ਪਏਗਾ ਬਟ ਉਹਨਾਂ ਦੀ ਸਟਰਗਲ ਤਾਂ ਉਸ ਟਾਈਮ ਤੇ ਤਾਂ ਪਲੇਨ ਵੀ ਨਹੀਂ ਹੁੰਦੇ ਸੀ ਜਿਹੜੇ ਨੇ ਰੈਗੂਲਰਲੀ ਆਉਂਦੇ ਸੀ ਤਾਂ ਮੈਨੂੰ ਯਾਦ ਆ ਡੈਡੀ ਦੱਸਦੇ ਹੁੰਦੇ ਕਿ ਉਹ ਪਹਿਲਾਂ ਬੱਸੇ ਦਿੱਲੀ ਗਏ ਫਿਰ ਦਿੱਲੀ ਤੋਂ ਪਤਾ ਨਹੀਂ ਕਦੋਂ ਜਾਣੀ ਸੀ ਟ੍ਰੇਨ ਬੰਬੇ ਤੱਕ ਫਿਰ ਬੰਬੇ ਤੋਂ ਸ਼ਿਪ ਚ ਇੱਥੇ ਆਏ ਐਂਡ THEN ਫਿਰ ਇੱਥੇ ਆ ਕੇ ਵੀ ਉਹਨਾਂ ਨੂੰ ਕੋਈ ਰਿਸੀਵ ਕਰਨ ਵਾਲਾ ਨਹੀਂ ਸੀ ਕੁਝ ਨੋ ਲੈਜ ਨਹੀਂ ਸੀ ਵੇ ਆਫ ਕਮਿਊਨੀਕੇਸ਼ਨ ਨਹੀਂ ਸੀਗਾ THEN ਫਿਰ ਉਹਨਾਂ ਨੂੰ ਕਿਸੇ ਇਦਾਂ ਦੇ ਏਰੀਆ 'ਚ ਲਿਆ ਕੇ ਜਿੱਥੇ ਰਿਹਾਇਸ਼ ਸੀਗੀ ਮੇਬੀ ਉੱਥੇ ਡਵੈਲਪਮੈਂਟ ਹੋਣੀ ਸੀਗੀ ਜਿੰਨਾ ਕਰਕੇ ਉਹਨਾਂ ਲਿਆਂਦਾ ਗਿਆ ਸੀ ਲੇਬਰ ਵਾਸਤੇ ਤੇ ਉੱਥੇ ਜਾ ਕੇ ਛੱਡ ਦਿੱਤਾ ਫਿਰ ਦੋ ਤਿੰਨ ਦਿਨ ਬਾਅਦ ਆ ਕੇ ਫਿਰ ਕੰਮ ਤੇ ਲੈ ਕੇ ਗਏ ਸੋ ਇਟਸ ਮੇਰਾ ਬਹੁਤ ਮਾਨਣਾ ਕਿਉਂਕਿ ਮੈਂ ਤੁਹਾਨੂੰ ਦੇਖਿਆ ਵੀ ਤੁਹਾਡਾ ਬੋਲਣ ਦਾ ਢੰਗ ਜਾਂ ਅਪ ਬ੍ਰਿੰਗਿੰਗ ਕੋਈ ਬਹੁਤ ਅੱਛੀ ਆ ਮਤਲਬ ਗਰੂਮਿੰਗ ਗਰੂਮਡ ਹੋ ਤੁਸੀਂ ਤਾਂ ਮੈਂ ਫਾਦਰ ਨੂੰ ਜ਼ਰੂਰ ਮਿਲਣਾ ਜਾਊਂਗਾ ਸ਼ੋਰ ਸ਼ੋਰ ਵੀ ਉਹਨਾਂ ਨੇ ਕਿਸ ਤਰੀਕੇ ਨਾਲ ਪੈਰੈਂਟਿੰਗ ਕੀਤੀ ਯੈਸ ਹੈਨਾ ਤੁਸੀਂ ਸਿੰਗਲ ਚਾਈਲਡ ਹੋ ਯੈਸ ਸਿੰਗਲ ਚਾਈਲਡ ਆ ਬੋਏ ਐਂਡ ਬਹੁਤ ਹੀ ਸਪੈਸ਼ਲ ਚਾਈਲਡ ਆ ਮੇਰੇ ਮਮ ਡੈਡ ਨੂੰ ਆਈ ਵਾਸ ਬੋਰਨ ਆਫਟਰ 14 ইয়ারਸ ਆਫ देयर ਮੈਰਿਜ ওকে ਐਂਡ ਐਮ ਦੀ ਓਨਲੀ ਚਾਈਲਡ ਮੇਰਾ ਕੋ ਬ੍ਰਦਰ ਸਿਸਟਰ ਵੀ ਨਹੀਂ ਹੈਗਾ ਤੇ ਆਈ ਥਿੰਕ ਮਮ ਡੈਡ ਨੇ ਬਹੁਤ ਫੋਕਸ ਰੱਖਿਆ ਮੇਰੇ ਤੇ ਫਿਰ ਮੈਨੂੰ ਸਾਰੀਆਂ ਗੁੱਡ ਵੈਲਿਊਜ਼ ਦਿੱਤੀਆਂ ਐਂਡ ਆਮ ਲੱਕੀ ਥੈਟ ਆਮ ਆ ਹੈਵ स्ट्रेट लाइक दैट ओके பாਜੀ ਅ ਲੈਟਸ ਟਾਕ ਅਬਾਊਟ ਪੰਗੜਾ ਯਾ ਪੰਜਾਬੀ ਚ ਪੋਡਕਾਸਟ ਕਰ ਰਹੇ ਆ ਪੰਜਾਬੀ ਅੱਧੀ ਗੱਲ ਹੋ ਗਈ ਪੰਗੜਾ ਤੁਸੀਂ ਦੁਬਈ ਵਿੱਚ ਰਹਿ ਕੇ ਲੋਕ ਸੋਚਦੇ ਆ ਵੀ ਮੈਂ ਕੋਈ ਬਿਜ਼ਨਸ ਸਟਾਰਟ ਕਰ ਲਾਂ ਜਾਂ 골ਡ ਦਾ ਕੰਮ ਹੈ ਇੱਥੇ ਬਹੁਤ سارے ਬਿਜ਼ਨੈਸਿਸ ਹੈਗੇ ਨੇ ਨਾ ਤੇ ਤੁਸੀਂ ਪੰਗੜੇ ਦਾ ਕਿਵੇਂ ਸੋਚਿਆ ਵੀ ਮੈਂ ਪੰਗੜਾ ਦਾ ਅੱਗੇ ਪੰਗੜੇ ਨੂੰ ਲੈ ਕੇ ਜਾਣਾ ਅੱਗੇ ਮੇਰਾ ਨਾ ਲਾਈਕ ਚਾਈਲਡਹੂਡ ਤੋਂ ਹੀ ਮੰਮੀ ਡੈਡੀ ਘਰੇ ਪਾਰਟੀਆਂ ਉਹ ਕਰ ਦਿੰਦੇ ਸੀ ਮੇਰੇ ਬਰਥਡੇ ਤੇ ਚਾਹੀ ਬੜਾ ਸੀ ਨਾ ਮੇਰਾ ਤੇ ਮੇਰੇ ਮਾਮਾ ਚਾਚੇ ਸਾਰੇ ਹੁੰਦੇ ਸੀਗੇ ਇੱਥੇ ਐਂਡ ਬਰਥਡੇਸ ਤੇ ਉਹ ਨੱਚਦੇ ਹੀ ਰਹਿੰਦੇ ਸੀਗੇ ਸੋ ਆਈ ਥਿੰਕ ਮੈਂ ਛੋਟੇ ਹੁੰਦੇ ਤੋਂ ਬਹੁਤ ਜ਼ਿਆਦਾ ਦੇਖ ਰਿਹਾ ਸੀਗਾ ਥੈਟ ਅ ਲੋਟ ਆਫ ਸੈਲੀਬ੍ਰੇਸ਼ਨ ਇਜ਼ ਹੈਪਨਿੰਗ ਅਰਾਊਂਡ ਮੀ ਐਂਡ ਮੈਂ ਉਸ ਟਾਈਮ ਤੇ ਸੁਰਜੀਤ ਬਿੰਦਰਾ ਕੇ ਸਰਦੇ ਸੌਂਗਸ ਤੇਰ ਭਜਨ ਵਾਲ ਸਰਦੇ ਸੌਂਗਸ ਤੇ ਬਹੁਤ ਨੱਚਦਾ ਹੁੰਦਾ ਸੀਗਾ ਅੱਛਾ ਐਂਡ ਲਾਈ ਜਦੋਂ ਪਰਫਾਰਮੈਂਸਸ ਹੋਣੀ ਸੀ ਕਰਨਾ ਭੰਗੜਾ ਸਕੂਲ ਚ ਐਨਵਲ ਡੇ ਫੰਕਸ਼ਨ ਹੋਣਾ ਏਦਾਂ ਫਿਰ ਜਦੋਂ ਕਾਲਜ ਆ ਗਏ ਕਾਲਜ ਵਿੱਚ ਪਹਿਲੇ ਸਾਲ ਤਾ ਯੂਥ ਫੈਸਟ ਜਿਹੜਾ ਕਾਲਜ ਦਾ ਹੋਇਆ ਉਹ ਦੇਖਿਆ ਤੇ ਉੱਥੇ ਲਾਈਕ ਬਹੁਤ ਪਰਫਾਰਮੈਂਸਸ ਹੋਈਆਂ ਉਹਨਾਂ ਚ ਭੰਗੜਾ ਨਹੀਂ ਸੀਗਾ ਭੰਗੜਾ ਵੀ ਨਹੀਂ ਉੱਥੇ ਪੰਜਾਬੀ ਗਾਣਾ ਵੀ ਨਹੀਂ ਸੁਣਿਆ ਮੈਂ ਉਦੋਂ ਐਂਡ ਉਹ ਚੀਜ਼ ਭਾਜੀ ਲਾਈਕ ਬਹੁਤ ਜਿੱਦਾਂ ਦਿਲ ਉਹਨਾਂ ਨੇ ਲੇਕ ਹਿੱਟ ਕੀਤੀ ਕਿ ਐਦਾਂ ਲੱਗਿਆ ਕਿ ਕਿਤੇ ਇੱਥੇ ਭੰਗੜਾ ਕਰਨ ਨੂੰ ਮਿਲ ਜੇ ਨਾ ਉਹਨਾਂ ਦਿਖਾ ਦਈਏ ਕਿ ਭੰਗੜਾ ਕੀ ਚੀਜ਼ ਹੈ ਐਂਡ ਦੈਨ ਨੈਕਸਟ ਈਅਰ ਆਇਆ ਯੂਥ ਫੈਸਟ ਦਾ ਟਾਈਮ ਤੇ ਬਸ ਫਿਰ ਜਿਹਦਾ ਰੱਬ ਵੱਲੋਂ ਸੀਗਾ ਕਿ ਉਹਨਾਂ ਨੇ ਸਟਾਰਟ ਦੇਣਾ ਸੀਗਾ ਉਹਨਾਂ ਨੇ ਕਿਸੇ ਵੀ ਤਰੀਕੇ ਨਾਲ ਟੀਮ ਕਰਤੀ ਸਟਾਰਟ ਤੇ ਮੇਰੀ ਟੀਮ ਚ ਸਾਰੇ ਪੰਜਾਬੀ ਵੀ ਨਹੀਂ ਸੀ ਭਾਜੀ ਸਿਰਫ ਤਿੰਨ ਪੰਜਾਬੀ ਸੀਗੇ ਪੰਜ ਜਾਣੇ ਇੱਕ ਦੋ ਇੱਕ ਦੋ ਹਾਈਦਰਾਬਾਦ ਤੋਂ ਸੀਗੇ ਤੇ ਤਿੰਨ ਸਾਊਥ ਇੰਡੀਆ ਤੋਂ ਸੀਗੇ ਕੇਰਲਾ ਤੋਂ ਤੇ ਅਸੀਂ ਬਟ ਉਹ ਜਿੱਦਾਂ ਸਟਾਰਟ ਮਿਲਣਾ ਸੀ ਨਾ ਇੱਕ ਤੇ ਉਹ ਮਿਲ ਗਿਆ ਅੱਠ ਜਾਣਿਆਂ ਨੇ ਅਸੀਂ ਭੰਗੜਾ ਕੀਤਾ ਤੇ ਵੀ ਪਰਫਾਰਮ ਵੀ ਵਨ ਐਂਡ उस टाइम तो असं एक्चुअली लभ रहे थे कि सू बो सिखा दे भंगड़ा कोई प्रोफेसनल आ जाए तो असं रिसर्च की दुबई च भंगड़ा ही नहीं सगा ओके दे वाज नो टीचर दे वाज नो स्टूडियो दे वाज नो टीम एंड वो होर शॉकिंग लगे फिर असी ऑनलाइन रूटीन डिफरेंट डिफरेंट टीम्स दिन कॉपी की जी यूके यू एस बेस्ड है असी पूरा एज इट इज कॉपी पेस्ट किया कोई लुकाने वाली गल नहीं हैगी एंड mm. असी गाने ਉਸ ਆਵਣਾ ਚੂਜ਼ ਕੀਤਾ ਕਿ ਜਿਹੜੇ ਦੁਬਈ 'ਚ ਤੁਹਾਨੂੰ ਪਤਾ ਲੋਕ ਕੀ ਸੁਣਦੇ ਆ ਕਿ ਇਹਨਾਂ ਦੀ ਪੰਜਾਬੀ ਗਾਣਿਆਂ ਦੀ ਕੀ ਐਕਸਪੈਕਟੇਸ਼ਨ ਆ ਅਸੀਂ ਪਰਫਾਰਮ ਕੀਤਾ ਅਸੀਂ ਜਿੱਤ ਗਏ ਅਸੀਂ ਬਹੁਤ ਖੁਸ਼ ਓਕੇ ਤੇ ਸਿንስ ਡੇ 1 ਮੇਰੀ ਆਦਤ ਰਹੀ ਕਿ ਜੇ ਮੈਂ ਕੋਈ ਵੀ ਚੀਜ਼ ਕਰਾਂ ਮੈਂ ਐਸੇ ਨੂੰ ਬ੍ਰਾਂਡ ਕਰਾਂ ਸੋ ਡੇ 1 ਪਹਿਲੀ ਪਰਫਾਰਮੈਂਸ ਤੇ ਸਾਡਾ ਨਾਮ ਪਿਓਰ ਪੰਗੜਾ ਸੇਗਾ ਇਟਸ ਨਾਟ ਦੈਟ ਕਿ ਬਾਅਦ 'ਚ ਜਾ ਕੇ ਨਾਮ ਰੱਖਿਆ ਦਾ ਕੁਝ ਹੋਇਆ ਸੋ ਇਟ ਗਾਟ ਲੇਬਲਡ ਐਸ ਪਿਓਰ ਪੰਗੜਾ ਐਂਡ THEN ਓਵਰ ਦ ਯੀਅਰਸ ਓਵਰ ਦਟ ਫਿਊ ਕਮਿੰਗ ਮੰਥਸ ਜਦੋਂ ਨੈਕਸਟ ਯੂਥ ਫੈਸਟੀਬਲ ਆਈ ਅਸੀਂ ਫੇਰ ਪਰਫਾਰਮ ਕੀਤਾ ਫਿਰ ਕੀਤਾ ਫੇ ਕੀਤਾ ਅਸੀਂ 4 ਸਾਲ ਲਗਾਤਾਰ ਜਿੱਤੇ ਆ ਐਂਡ ਵਿਨਿੰਗ ਬੈਕ ਟੂ ਬੈਕ ਇੱਕ ਇੰਪੈਕਟ ਪੈ ਗਿਆ ਸਾਡੀ ਕਮਿਊਨਿਟੀ ਚ ਕੀ ਲੋਕਾਂ ਨੂੰ ਪਤਾ ਚੱਲ ਗਿਆ ਕਿ ਇੱਥੇ ਭੰਗੜਾ ਵੀ ਕੁਝ ਹੁੰਦਾ ਆ ਐਂਡ ਬੇਸਡ ਔਨ 댓 ਫਿਰ ਸਾਨੂੰ ਲੋਕੀ ਇਵੈਂਟਸ ਸ਼ੋਜ਼ 뮤직 ਵੀਡੀਓਜ਼ মুਵੀਜ਼ ਲਈ ਅਪਰੋਚ ਕਰਨ ਲੱਪੇ ਓਵਰਵੈਲਮਿੰਗ ਸੀਗਾ ਸਾਡੇ ਲਈ ਕਿ ਅਸੀਂ ਇੰਨੀ ਚੀਜ਼ਾਂ ਕਿੱਥੋਂ ਮੈਨੇਜ ਕਰਨੀਆਂ ਕਿ ਸਾਨੂੰ ਤੋਂ ਆਪ ਨੂੰ ਨਹੀਂ ਭੰਗੜਾ ਆਉਂਦਾ ਸੀਗਾ ਕਿਉਂਕਿ ਆਨਲਾਈਨ ਦੇਖ ਕੇ ਸਿੱਖਿਆ ਸੀਗਾ ਐਂਡ ਮੈਂ ਇੱਕ ਇਨਸੀਡੈਂਟ ਦੱਸਦਾ ਕਿ ਜਦੋਂ ਆਈ ਸੋ ਬਲੀਵ ਇਨ ਗੋਡ ਐਂਡ ਦਾ ਡਿਵਾਈਨ એનર્ਜੀ 2013 ਵਿੱਚ ਸਾਨੂੰ ਇੱਕ ਇਵੈਂਟ ਆਇਆ ਤੇ ਉਹ ਕਹਿੰਦੇ ਕਿ ਸਾਨੂੰ ਢੋਲ ਚਾਹੀਦਾ ਤੇ ਨਾਲ ਭੰਗੜਾ ਪਰਫਾਰਮੈਂਸ ਚਾਹੀਦੀ ਆ ਯਮਲਾ ਪਗਲਾ دیਵਾਨਾ ਦੀ ਪ੍ਰੋਮੋਸ਼ਨ ਆ ਸਾਰੇ ਆ ਰਿਹਾ ਸੰਨੀ ਦੋਲ ਧਰਮਿੰਦਰ ਸਰ ਬੋਬੀ ਦੋਲ ਤੇ ਮੈਂ ਠੀਕ ਆ ਕਰ ਦਾਂਗੇ ਕਿੱਥੋਂ ਕਰ ਦਾਂਗੇ ਨਾ ਸਾਡੇ ਕੋਲ ਢੋਲੀ ਆ ਨਾ ਸਾਡੇ ਕੋਲ ਢੋਲ ਆ ਭੰਗੜੇ ਵਾਲੇ ਜ਼ਰੂਰ ਸੀਗੇ ਬਟ ਕਰਤੀ ਹਾਂ ਕਰਤੀ ਵੀ ਕਰ ਲਾਂਗੇ ਦੇਖਿਆ ਜਾਊਗਾ ਕਰ ਲਾਂਗੇ ਦੇਖੀ ਜਾਊਗੀ ਕੀ ਹੁੰਦਾ ਐਂਡ ਚਲੋ ਫੇਰ ਮੈਂ ਟੋਲ ਕਰ ਲਿਆ ਰੇਂਜ ਹੂੰ ਮੈਂ 2 ਕਬੀਟਾ ਸਖ ਲੀਆਂ ਕਿ ਜੇ ਕੁਛ ਨਾ ਹੋਇਆ ਤਾਂ ਮੈਂ 2 ਕਬੀਟਾ ਤਾਂ ਕਰ ਹੀ ਦਊਗਾ ਹਨਾ ਦੇਖਾਂਗੇ ਕੀ ਬਣਦਾ ਐਂਡ ਅਸੀਂ ਦੁਬਈ ਗੁਰਦੁਆਰੇ ਗਏ ਸੀਗੇ ਤੇ ਮੈਂ ਜਸਟ ਇੱਕ ਪ੍ਰੇ ਕੀਤੀ ਸੀਗੀ ਇਹ ਮੈਂ ਗੱਲ ਕਿਸ ਨੂੰ ਦੱਸੀ ਨਹੀਂ ਹੈਗੀ ਆਈ ਜਸਟ ਪ੍ਰੇਡ ਕਿ ਬਾਬਾ ਜੀ ਅਸੀਂ ਪਹਿਲੀ ਵਾਰੀ ਪਬਲਿਕ ਸ਼ੋਅ ਕਰਨ ਲੱਗੇ ਆ ਤੇ ਪਲੀਜ਼ ਐਦਾਂ ਕਰਿਓ ਕਿ ਬੈਸਟ ਹੋ ਜਾਏ ਕਿ ਇਸ ਤੋਂ ਬਾਅਦ ਪਿੱਛੇ ਨਾ ਮੁੜੀਏ ਭਾਈ ਮੈਂ ਜੇ ਗੁਰਦੁਆਰੇ ਤੋਂ ਥੱਲੇ ਉਤਰਿਆ ਹੀ ਆ ਐਂਡ ਆਈ ਗਾਟ ਅ ਮੈਸੇਜ ਫਰਮ ਥਿਸ ਗਾਇ ਐਂਡ ਆਈ ਕੁਡ ਜਸਟ ਸੀ ਥੈਟ ਉਹਦਾ ਯੂਜ਼ਰ ਨੇਮ ਸੀਗਾ ਰਿੱਕੀ ਢੋਲੀ ਅੱਛਾ ਤੇ ਉਹਦਾ ਮੈਸੇਜ ਸੀਗਾ ਕਹਿੰਦਾ ਭਾਈ ਮੈਂ ਦੁਬਈ ਬੇਸਡ ਆ ਜੇ ਕਦੇ ਵੀ ਢੋਲ ਦੀ ਲੋੜ ਪਵੇ ਮੈਨੂੰ ਦੱਸਿਓ ਐਂਡ ਸਾਡਾ ਫੰਕਸ਼ਨ ਸੀਗਾ ਪਰਸੋਂ ਐਂਡ ਆਈ ਵਾਸ ਲਾਈਕ ਇਹ ਕੀ ਹੋਇਆ ਨਾ ਲਾਈਕ ਮਿਰਕਲ ਹੈ ਜਾਂ ਮੈਂ ਸੁਪਨਾ ਲੈ ਰਿਹਾ ਕੀ ਹੋ ਰਿਹਾ ਮੈਂ ਕਿਹਾ ਭਾਈ ਨੰਬਰ ਦੋ ਮੈਂ ਕਾਲ ਕੀਤਾ ਉਹ ਕਹਿੰਦੇ ਮੈਂ ਰੈਸਲ ਖੇਮਾ ਰੈਸਲ ਖੇਮਾ ਇਟਸ 2 ਆਵਰ ਡਰਾਈਵ ਫਰਮ ਦੁਬਈ ਤੇ ਮੈਂ ਕਿਹਾ ਭਾਈ ਪਰਸ ਨੂੰ ਸ਼ੋਅ ਆ ਬਾਕੀ ਮੈਂ ਧੰਨ ਗੱਲ ਕਰਦਾ ਫਿਰ ਮੈਂ ਡੈਡੀ ਨੂੰ ਦੱਸਿਆ ਕਿ ਡੈਡੀ ਮੁੰਡਾ ਢੋਲੀ ਮਿਲਿਆ ਬਟ ਉਹ ਰੈਸਲ ਖੇਮਾ ਤੇ ਸ਼ੋਅ ਵਗੈਰਾ ਹੈਗਾ ਤਾਂ ਮੇਰੇ ਡੈਡੀ ਕਹਿੰਦੇ ਕਿ ਠੀਕ ਆ ਮੈਂ ਜਾ ਕੇ ਲੈ ਆਉਂਗਾ ਤੁਸੀਂ ਕਰੋ ਤਿਆਰੀ ਤੇ ਸਾਡੀ ਵਾਹ ਯਾਰ ਫਰਡੇ ਨੂੰ 8 ਵਜੇ ਪ੍ਰੈਕਟਿਸ ਸੀਗੀ 8 ਵਜੇ 10 ਵਜੇ ਸੀਗੀ ਪ੍ਰੈਕਟਿਸ ਮੇਰੇ ਡੈਡੀ 6 ਵਜੇ ਘਰੋਂ ਨਿਕਲੇ ਆ 2 ਘੰਟੇ ਪਹਿਲਾਂ ਗਏ ਆ ਚੱਕਿਆ ਉਹਨੂੰ ਲਿਆਂਦਾ 10 ਵਜੇ ਛੱਡਿਆ ਸੀ ਤਿੰਨ ਚਾਰ ਘੰਟੇ ਪ੍ਰੈਕਟਿਸ ਕੀਤੀ 12 ਇੱਕ 2 ਵਜੇ ਤੱਕ ਫਿਰ ਡੈਡੀ ਉਹਨੂੰ ਵਾਪਸ ਛੱਡਣਗੇ ਆਇਆ ਐਂਡ ਇਸਪੋਰਟ ਰਹੀ ਹੈ ਮੇਨੂੰ ਡੈਡੀ ਦੀ ਤੇ ਮੰਮੀ ਨੇ ਸਾਰਿਆਂ ਲਈ ਖਾਣਾ ਖੂਣਾ ਬਣਾਇਆ ਕਿ ਉਹ ਹਨਾ ਰੈਗੂਲਰ ਸਾਡਾ ਹੁੰਦਾ ਸੀਗਾ ਤੇ ਉਹ ਇੱਕ ਚੀਜ਼ ਉੱਥੇ ਸ਼ੁਰੂ ਹੋਈ ਫਿਰ ਅਸੀਂ ਸ਼ੋਅ ਕੀਤਾ ਫਿਰ ਨਹੀਂ ਪਿੱਛੇ ਹਟੇ ਐਂਡ THEN ਵੀਵ ਜਸਟ ਆਈ ਥਿੰਕ ਹੁੰਦਾ ਰਿਹਾ ਐਂਡ THEN ਇਨ 2014 ਸਮਥਿੰਗ ਸਿਮਿਲਰ ਹੈਪਨਡ ਕਿ ਉਸ ਪੁਆਇੰਟ ਤੇ ਆ ਕੇ ਮੈਨੂੰ ਇੱਕ ਚੀਜ਼ ਫੀਲ ਹੋਣ ਲੱਗੀ ਸੀ ਕਿ ਜਿੰਨਾ ਕ ਅਸੀਂ ਭੰਗੜਾ ਆਨਲਾਈਨ ਦੇ ਕੇ ਸਿੱਖ ਚੁੱਕੇ ਆ ਨਾ ਉਹ ਅਸੀਂ ਸਿੱਖ ਲਿਆ ਹ ਹੁਣ ਉਸ ਤੋਂ ਜ਼ਿਆਦਾ ਆਨਲਾਈਨ ਹੀ ਸਿੱਖ ਸਕਦੇ ਐਂਡ ਆਈ ਵਾਸ ਆਲਵੇਸ ਸੈਲਫ ਅਵੇਅਰ ਕਿ ਜੇ ਭੰਗੜੇ ਵਿੱਚ ਵੱਡਾ ਨਾਮ ਕਰਨਾ ਆ ਜਾਂ ਕੁਝ ਕਰਨਾ ਹੈ ਤਾਂ ਭੰਗੜਾ ਸਿੱਖਣਾ ਜ਼ਰੂਰੀ ਆ ਹਮ ਤੇ ਉਹ ਐਦਾਂ ਨਹੀਂ ਹੋ ਸਕਦਾ ਕਿ ਆਨਲਾਈਨ ਕਰ ਲੋ ਤੇ ਇਹ ਚ ਕਿਹੜਾ ਆਟੋ ਟਿਊਨ ਚਲਣੀ ਹੈ ਭਾਈ ਭੰਗੜੇ 'ਚ ਗੁਰੂ ਬਿਨਾ ਗਤੀ ਨਹੀਂ ਕਰ ਹੁੰਦੇ ਗੁਰੂ ਧਰਮ ਦਾ ਮੈਂਦਾ ਹਾਂ ਤਾਂ ਫਿਰ ਇੱਕ 2014 ਵਿੱਚ ਅਸੀਂ ਆਡੀਸ਼ਨਸ ਰੱਖਦੇ ਹੁੰਨਾ ਐਵਰੀ ইয়ার ਟੂ জয়েন ધ ਟੀਮ ਤਾਂ ਇੱਕ ਭਾਜੀ ਆਏ ਤੇ ਉਹਨਾਂ ਦਾ ਨਾਮ ਸੁਖਿੰਦਰ ਸਿੰਘ ਤੇ ਉਹ ਵੈਰੀ ਨਾਈਸ ਪਰਸਨੈਲਿਟੀ ਹੀ ਕੇਮ ਹੀ ਵਾਕਟ ਇਨ ਐਂਡ ਉਹ ਮੈਨਾਂ ਗੱਲ ਕਰਨ ਲੱਪੇ ਤੇ ਮੇਰੀ ਕਾਦਰਤ ਆ ਕਿ ਮੈਨਾਂ ਪਹਿਲਾਂ ਗੱਲ ਕਰਦਾ ਪਰਸਨ ਨਾਲ ਬਿਫੋਰ ਸੇਇੰਗ ਓਕੇ ਚਲੋ ਦਿਖਾਓ ਕਰਕੇ ਰ ਐਂਡ ਆਮ ਸੋ ਗਲੈਡ ਆਈ ਡਿਡ ਥੈਟ ਕਿਉਂਕਿ ਜਦੋਂ ਉਹਨਾਂ ਨੇ ਮੈਨੂੰ ਆਪਣੇ ਬਾਰੇ ਦੱਸਿਆ ਉਹਨਾਂ ਨੇ ਜਿੰਨੇ ਕਾਲਜੇਸ ਵਿੱਚ ਕੰਪੀਟ ਕੀਤਾ ਆ ਪੰਜਾਬ 'ਚ ਜਿੰਨੇ ਮੈਡਲ ਜਿੱਤੇ ਆ ਤੇ ਜੇ ਮੈਂ ਉਹਨਾਂ ਦਾ ਆਡੀਸ਼ਨ ਲੈ ਲੰਦਾ ਨਾ ਉਹ ਮੈਂ ਕਦੇ ਵੀ ਲਾਈਕ ਉਹ ਗਿਲਟ 'ਚ ਰਹਿਣਾ ਸੀਗਾ ਕਿ ਹਾਊ ਕੁੱਡ ਆਈ ਬੀ ਦ ਵਨ ਯੈਸ 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 ਕਿ ਤੁਸੀਂ ਚਲੋ ਦਿਖਾਓ ਮੈਨੂੰ ਆ ਵੀ ਹੂੰ ਤੇ ਮੈਂ ਉਹਨਾਂ ਨੂੰ ਇੱਕੋ ਚੀਜ਼ ਕਹੀ ਮੈਂ ਕਿਹਾ ਭਾਜੀ ਤੁਸੀਂ ਆ ਤੁਹਾਡੀ ਟੀਮ ਐ ਸਾਨੂੰ ਜੀ ਭੰਗੜਾ ਸਿਖਾਓ ਕੀ ਬਾਤ ਐ ਐਂਡ ਰਾਜਾਪਾ ਜੀ ਉਸ ਨੂੰ ਕਹਿੰਦੇ ਸੀਗੇ ਉਹਨਾਂ ਦਾ ਇਹ 2-3 ਸਾਲ ਰਹੇ ਸਾਡੇ ਨਾਲ ਇੱਥੇ ਦੁਬਈ ਕਿਉਂਕਿ ਫਿਰ ਉਹ ਮੂਵ ਕਰ ਗਏ ਤੇ ਆਈ ਥਿੰਕ ਮੈਂ ਅੱਜ ਜਿੱਥੇ ਪਹੁੰਚਿਆ ਵਾਂ ਮੈਂ ਉਹਨਾਂ ਦੇ ਭੰਗੜੇ ਸਿੱਖਣ ਤੋਂ ਬਿਨਾ ਸ਼ਨਾ ਪਹੁੰਚਦਾ ਤੇ ਉਹਨਾਂ ਨੇ ਆਈ ਥਿੰਕ ਮੈਨੂੰ ਆਪਣਾ ਹਰੇ ਗੋਨ ਦਿੱਤਾ ਇੱਕ ਵੀ ਨਹੀਂ ਰੱਖਿਆ ਆਪਣੇ ਕੋਲ ਐਂਡ ਭਾਈ ਕਿਦਾਂ ਤੁਸੀਂ ਹੁਣ ਗੱਲ ਕਰਦੇ ਕਰਦੇ ਨੇ ਇਮੋਸ਼ਨਲੀ ਹੋ ਗਏ ਤੇ ਬੜੇ ਲਾਈਟ ਹਾਰਟਡ ਪਰਸਨ ਹੋ ਯਾਰ ਤੁਸੀਂ ਬਈ ਆਰਟਿਸਟ ਨੂੰ ਹੋਣਾ ਵੀ ਚਾਹੀਦਾ ਜਿਹਦੇ ਵਿੱਚ ਇਮੋਸ਼ਨਸ ਨਹੀਂ ਹੈਗੇ ਉਹ ਮੈਨੂੰ ਹਿਊਮਨ ਨਹੀਂ ਲੱਗਦਾ ਨਾ ਵੀ ਹੋਣੇ ਚਾਹੀਦੇ ਤੁਹਾਡੇ ਹਨਾ ਬਈ ਬੜੇ ਸੌਫਟ ਨੇਚਰ ਦੇ ਤੁਸੀਂ ਪੰਗੜੇ ਲਈ ਇੰਨਾ ਪਿਆਰ ਕਿਵੇਂ ਆ ਗਿਆ ਅੰਦਰੋਂ ਵੀ ਯਾਰ ਲਾਈਕ ਲੈਟਸ ਡੂ ਇਟ ਯਾ ਐਂਡ THEN ਫਿਰ ਚਤਤ ਸ਼ੁਰੂਆਤ ਹੋ ਗਈ ਸੀ ਐਂਡ THEN ਰਿਸਪੌਂਸ ਦਿਖਣ ਲੱਗ ਪਿਆ ਵਿਦੀਨ ਦੀ ਕਮਿਊਨਿਟੀ ਇੱਥੇ ਤਾਂ ਮੇਰਾ ਹਮੇਸ਼ਾ ਏਮ ਏ ਰਿਹਾ ਹੈ ਕਿ ਪੰਗੜਾ ਇੰਨਾ ਬਿਗ ਹੋ ਜਾਏ ਦੁਬਈ ਚ ਕਿ ਇੱਥੇ ਹਰੇਕ ਸ਼ਹਿਰ ਚ ਪੰਗੜੇ ਦੀ ਟੀਮ ਹੋ ਜਾਏ ਓਕੇ ਮੈਂ ਕੱਟ ਕਰ ਰਿਹਾ ਹਾਂ ਇਸ ਟਾਈਮ ਤੇ ਹਮਮ ਪ੍ਰੈਜ਼ੈਂਟ ਕਰੰਟ ਟਾਈਮ ਤੇ ਤੁਹਾਡੀ ਸਟੋਰੀ ਜਾਨਣਾਗੇ ਆਪਾਂ ਯਾ ਤੁਸੀਂ ਕੀ ਪਰਸਿਊ ਕਰ ਰਹੇ ਹੋ ਕਿ ਪਿਓਰ ਪੰਗੜਾ ਜਿਹੜਾ ਗਰੁੱਪ ਆ ਆਫੀਸ਼ੀਅਲੀ ਰਜਿਸਟਰਡ ਹੈ ਕੀ ਕੀ ਉਹਦੇ ਵਿੱਚ ਤੁਸੀਂ ਪ੍ਰੋਵਾਈਡ ਕਰਦੇ ਹੋ ਯੈਸ ਸੋ ਏ ਟੂ ਜ਼ੈਡ ఎవਰੀਥਿੰਗ ਜੋ ਇੱਕ ਪੰਜਾਬੀ ਇਵੈਂਟ ਵਿੱਚ ਲੋੜ ਆ ਜਾਂ ਤੁਹਾਨੂੰ ਭੰਗੜੇ ਦੀ ਲੋੜ ਆ ਗਿੱਧੇ ਦੀ ਲੋੜ ਆ ਡੀਜੇ ਦੀ ਲੋੜ ਆ ਜਾਂ ਫਿਰ ਸਟੇਜ ਪਰਫਾਰਮੈਂਸਿਸ ਕਰਾਣੀਆਂ ਵਾ ਵੈਡਿੰਗ ਕੋਰੀਓਗ੍ਰਾਫੀ ਕਰਾਣੀਆਂ ਮੂਵੀ ਵਿੱਚ ਭੰਗੜੇ ਵਾਲੇ ਮੁੰਡੇ ਵੀ ਚਾਹੀਦੇ ਲੈਟਸ ਪੱਗ ਵਾਲੇ ਮੁੰਡੇ ਚਾਹੀਦੇ ਉਹ ਵੀ ਪ੍ਰੋਵਾਈਡ ਕਰ ਦਿੰਦੇ ਆ ਤੇ 뮤직 ਵੀਡੀਓਜ਼ ਵਿੱਚ ਪਰਫਾਰਮ ਕੀਤਾ ਹੋਇਆ ਬਹੁਤ ਜੇ ਕਿਸੇ ਤੋਂ ਕੋਰੀਓਗ੍ਰਾਫੀ ਕਰਵਾਣੀ ਆ ਉਹ ਵੀ ਕਰ ਦੇਈਦਾ ਵਾ ਤੇ A to Z ਸਾਰਾ ਕੁਝ ਪੰਜਾਬੀ ਕਰ ਦੇਈਦਾ ਚੱਕ ਦੇ ਦੇ ਫਟੇ ਤੁਸੀਂ ਸੈਟੀਸਫਾਈਡ ਹੋ ਇਹ ਬਿਜ਼ਨਸ ਨੂੰ ਲੈ ਕੇ ਕਿਉਂਕਿ ਆਰਟ ਵੀ ਆ ਨਾਲ ਪ੍ਰੋਫੈਸ਼ਨ ਵੀ ਆ ਨਾਲ ਇਨਕਮ ਵੀ ਦੇ ਰਿਹਾ ਵਾ ਯੈਸ ਸੋ um ਵੈਰੀ ਮਚ ਸੈਟੀਸਫਾਈਡ ਜਿੱਥੇ ਤੱਕ ਅਸੀਂ ਹੈਗੇ ਆ ਬਟ ਆਈ ਥਿੰਕ ਇਹ ਸਟਾਪ ਨਹੀਂ ਹੈਗਾ ਕਿਉਂਕਿ ਇੱਕ ਨਾ ਰੇਸ ਹੁੰਦੀ ਆ ਔਰ ਰੇਸ ਚ ਲੱਗਿਆ ਰਹਿੰਦਾ ਇੱਕ ਪਰਸਨ ਐਂਡ ਜੇ ਸੈਟੀਸਫਾਈ ਹੋ ਗਿਆ ਨਾ ਭਾਜੀ ਫਿਰ ਸੈਟੀਸਫਾਈ ਜਿੱਦਾਂ ਹੀ ਹੋਇਆ ਨਾ ਉਦੋਂ ਨਹੀਂ ਕ੍ਰੀਏਟੀਵਿਟੀ ਮੁੱਕ ਜਾਣੀ ਆ ਜਿੱਦ ਨਹੀਂ ਕ੍ਰੀਏਟੀਵਿਟੀ ਮੱਕੀ ਲੋਕਾਂ ਨੇ ਤੁਹਾਨੂੰ ਬੁਲਾਣਾ ਛੱਡ ਦੇਣਾ ਸੋ ਯੂ ਕੈਨ ਨੈਵਰ ਸਟਾਪ ਯੂ ਕੈਨ ਨੈਵਰ ਸਟਾਪ ਅੰਟਿਲ ਯਰ ਲਾਸਟ ਬ੍ਰੈਥ ਤਾਂ ਜੀ ਹਾਊ ਮੈਨੀ ਕੰਟਰੀਜ਼ ਯੂ ਹੈਵ ਪਰਫਾਰਮਡ ਆਈ ਥਿੰਕ 32 ਕੰਟਰੀਜ਼ 31 countries. 32 ਯੈਸ yes. 32 ਕੰਟਰੀਜ਼ ਐਂਡ ਅਪ੍ਰੋਕਸੀਮੇਟਲੀ 50 ਤੋਂ 60 ਸ਼ਹਿਰ ਜਨ ਵਿੱਚ ਮੈਂ ਪੰਗੜੇ ਦੀ ਵਰਕਸ਼ਾਪਸ ਵੀ ਕੀਤੀਆਂ

ਭੰਗੜਾ ਡਾਂਸਰ ਵੀ ਹੋ ਸਕਦਾ ਹੈ ਜੋ ਕਿ ਵੈਲ ਨੋਨ ਹੈ ਜਿਹਨੂੰ ਦੇਖਣ ਲੋਗ ਆਣ ਐਨੋ ਸਾਡਾ ਸ਼ੋ 90 ਮਿੰਟਸ ਦਾ ਸੀਗਾ ਤੇ ਮਜ਼ਾ ਆ ਗਿਆ ਸੀ ਭਾਜੀ ਮਜ਼ੇਦਾਰਾ ਤੁਸੀਂ ਆਪਣੀ ਹੌਬੀ ਨੂੰ ਪ੍ਰੋਫੈਸ਼ਨ ਬਣਾਇਆ ਤੇ ਹਨਾ ਆਰਟ ਦੇ ਨਾਲ ਕਿੰਨੀ ਲਾਈਫ ਤੁਹਾਡੀ ਹੈਪਨਿੰਗ ਹੋ ਗਈ ਕਿੰਨੀ ਵਧੀਆ ਹੋ ਗਈ ਉਹਨੇ ਮੈਂ ਦੇਖਿਆ ਤੁਸੀਂ ਫਿਨਲੈਂਡ ਸੀ ਆਈਸਲੈਂਡ ਸੀ ਆਈਸਲੈਂਡ ਜਗਾ ਯਾ ਯਾ ਪਰ ਲਾਸਟ ਵੀਕ ਹੀ ਸੀ ਆਈਸਲੈਂਡ ਤੇ ਉਸ ਤੋਂ ਬਾਅਦ ਹੁਣ ਹਿਮਾਲਿਆ ਸੀਗਾ ਤੇ ਜਸਟ ਕੱਲ ਹੀ ਆਇਆ ਮੈਂ ਸਵੇਰੇ ਮਜ਼ੇਦਾਰਾ ਨਾ ਲਾਈਫ ਟ੍ਰੈਵਲ ਟ੍ਰੈਵਲ ਵਾਹ ਰੱਬ ਵੱਲੋਂ ਵਧੀਆ ਰਵੇ ਕਿਉਂਕਿ ਟ੍ਰੈਵਲ ਬਲੌਗਿੰਗ ਦਾ ਵੀ ਮੈਨੂੰ ਸ਼ੌਂਕ ਹੈ ਤੇ ਉਹਦੇ ਨਾਲ ਵੀ ਥੋੜਾ ਕੰਮ ਆਂਦਾ ਰਹਿੰਦਾ ਹੈ ਯੂ ਹੈਵ ਯੂਟਿਊਬ ਚੈਨਲ ਯੈਸ ਓਕੇ ਤੇ ਇੰਸਟਾਗ੍ਰam ਤੇ ਸਾਡੇ ਪਾਸੇ ਚੱਲਦੇ ਤਾਂ ਟ੍ਰੈਵਲ ਬਲੌਗਿੰਗ ਦਾ ਬਹੁਤ ਸ਼ੌਂਕ ਹੈ ਕੰਟਰੀਜ਼ ਕਿਹੜੇ ਕਿਹੜੇ ਕੁਮੇ ਹੋ ਯਾਰ ਥੋੜੀ ਉਹ ਦੱਸਾ ਜਿਹੜੇ ਕੰਟਰੀਜ਼ ਅਨਕਾਮਨ ਹੈ ਸਾਰੀਆਂ ਦੱਸੋ ਸਾਰੀਆਂ ਦੱਸ ਦੋ ਜਿੱਥੇ ਜਾ ਕੇ ਤੁਸੀਂ ਪਰਫਾਰਮ ਕੀਤਾ ਫਿਨਲੈਂਡ ਫਿਨਲੈਂਡ ਪੰਜਾਬੀ ਹੈਗੇ ਨੇ ਦੇਖਣ ਵਾਲੇ ਪੰਜਾਬੀ ਆਈ ਥਿੰਕ 5-6 ਸਿਗੇ ਬਾਕੀ ਸਾਰੇ ਗੋਰੇ ਗੋਰੇ ਹੈ ਯਾ ਪੰਗੜਾ ਦੇਖ ਰਹੇ ਨੇ ਯਾ is good finland belgium amsterdam berlin germany city then uh, lisbon portugal fir uh, scotland ireland uk which multiple cities ch gaya fir uk ch new york uh, los angeles san francisco aur kitas malaysia singapore australia which then cities cha, new zealand then um, ਯਾ ਆਈ ਥਿੰਕ ਫਰ ਇੰਡੀਆ ਬਹੁਤ ਸਾਰੇ ਇੰਡੀਆ ਤੋਂ ਚਲੋ ਪੂਰਾ ਸਾਰਾ ਆਲ ਓਵਰ ਦੈਨ ਟਰਕੀ ਗਿਆ ਹਾਂ ਬਟ ਉੱਥੇ ਮੈਂ ਵਰਕਸ਼ਾਪ ਨਹੀਂ ਕੀਤੀ ਸੀ ਬਟ ਯਸ ਕੋ ਮਨਜ਼ੂਰ ਗਿਆ ਸੀ ਆਈਸਲੈਂਡ ਕੋ ਮਨ ਗਏ ਸੀਗੇ ਗੋਰਨ ਦੇਖ ਕੇ ਬੜਾ ਫੈਸੀਨੇਟਡ ਲੱਗਦਾ ਹੁਣ ਨਾ ਵੀ ਬਹੁਤ એનਰਜੈਟਿਕ ਨਾ ਕਿੱਡੀ એનਰਜੀ ਲੱਗਦੀ ਆ ਭੰਗੜੇ ਨੂੰ ਯਾ ਬਹੁਤ એનਰਜੀ ਲੱਗਦੀ ਹੈ ਨਾ ਬਹੁਤ ਬਹੁਤ ਐਂਡ ਹੁਣ ਜਿਹੜੀ ਮੈਂ ਰਿਟਰੀਟ ਤੇ ਸੀਗਾ ਲਾਸਟ ਵੀਕ ਜਿੱਥੋਂ ਮੈਂ ਵਾਪਸ ਆਇਆ ਹਿਮਾਲਿਆਸ ਉਹ ਇੱਕ ਪਿਲਾਟਿਸ ਦੀ ਟ੍ਰੀਟਸ ਰਿਟਰੀਟ ਸੀਗੀ ਜਿੱਥੇ ਹਰ ਕੋਈ ਫਿਲਾਟਿਸ ਕਰਨ ਆਂਦਾ ਤੇ ਉਹ ਜਦੋਂ ਆਏ ਮੇਰੀ ਭੰਗੜਾ ਕਲਾਸ ਚੋ ਕਹਿੰਦੇ ਕਿ ਯਾਰ ਸਹੰਦ ਲੱਗਦਾ ਸੀ ਅਸੀਂ ਬਹੁਤ ਫਿਟ ਆ ਤੇ ਠੰਡ ਦਾ ਟਾਈਮ ਆ ਨਾ ਸਵੇਰੇ 8 ਵੇ ਕਲਾਸ ਸੀਗੀ ਤੇ ਸਾਰੇ ਜੈਕਟਾ ਪਾ ਕੇ ਆਏ ਕਹਿੰਦੇ ਬਾਹਰ ਕਲਾਸ ਰੱਖਤੀ ਤੁਸੀਂ ਠੰਡ ਚ ਮੈਂ ਕਿਹਾ ਮੈਨੂੰ 5 ਮਿੰਟ ਦਓ ਮੈਂ ਤੁਹਾਡੀਆਂ ਜੈਕਟਾਂ ਲਾ ਦੇਣੀ ਐ ਐਦੀ ਹੋਇਆ 5 ਮਿੰਟਾਂ ਬਾਅਦ ਕੋਈ ਜੈਕਟ ਲਾਵੇ ਕੋਈ ਟੌਪ ਲਾਵੇ ਗਰਮੀ ਹੋਵੇ ਪਾਣੀ ਪੀਣ ਸੋ ਯਾ ਇਟਸ ਫਨ ਐਂਡ ਪਲਸ ਅਪਾ ਥੋੜਾ ਐਂਟਰਟੇਨ ਕਰਦੇ ਹੀ ਦਾ ਨਾ ਤੇ ਕਈ ਵਾਰੀ ਥੋੜੀ ਲੋਕਾਂ ਨੂੰ ਮੇਰੀ ਪਰਸਨੈਲਿਟੀ ਵਧੀਆ ਲੱਗ ਜਾਂਦੀ ਆ ਤੇ ਉਹ ਫਿਰ ਉਹਦੇ ਨਾਲ ਵੀ ਫਾਇਦਾ ਹੋ ਜਾਂਦਾ ਇਨਸਪਾਇਰਡ ਹਾਂ ਦਲਜੀਤ ਤੋਂ ਤੁਸੀਂ ਬਹੁਤ ਜ਼ਿਆਦਾ ਦਲਜੀਤ ਭਾਜੀ ਨੂੰ ਤਾਂ ਮੈਂ ਆਈ ਥਿੰਕ 2014 ਵਿੱਚ ਭਾਈ ਨਾ ਕੀਤਾ ਸੀ ਪਰਫਾਰਮ 2017 ਵਿੱਚ ਕੀਤਾ ਸੀ ਦੁਬਈ ਓਕੇ ਪਰਫਾਰਮ ਐਂਡ THEN ਚਾ ਕੀ ਕਹਿੰਦੇ ਨੇ ਇੱਕ ਉਦਾਂ ਦਾ ਰਿਲੇਸ਼ਨ ਆ ਕਿ ਮੈਂ ਕਦੇ ਉਹਨਾਂ ਨੂੰ ਮਿਲਿਆ ਨਹੀਂ ਹੂੰ ਹੂੰ ਉਹਨਾਂ ਨੇ ਕਦੇ ਗੱਲ ਨਹੀਂ ਕੀਤੀ ਹੈਗੀ ਬਟ ਆਈ ਥਿੰਕ ਹੀ ਨੋਜ਼ ਮੀ ਐਂਡ ਆਈ ਲਵ ਹਿਮ ਐਟ ਦਾ ਯਾਰ ਆਲਰੇਡੀ ਤੁਹਾਨੂੰ ਸਾਰੇ ਜਿੰਨੇ ਆਰਟਿਸਟ ਨੇ ਨਾ ਪੰਜਾਬੀ ਮੋਸਟ ਆਫ ਦੀ ਤੁਹਾਨੂੰ ਦੇਖਿਆ ਹੋਣਾ ਸਾਰੇ ਨੇ ਵੀ ਅੱਛਾ ਵੀ ਦੁਬਈ ਚ ਹੈਗੇ ਨੇ ਵੀ ਅੱਛਾ ਭੰਗੜਾ ਕਰਦੇ ਨੇ ਯੈਸ ਐਂਡ ਦੈਨ ਫਿਰ ਲੰਡਨ ਵਾਲੇ ਸ਼ੋਅ ਤੇ ਇੱਕ ਇਨਸੀਡੈਂਟ ਹੋਇਆ ਸੀ ਜਦੋਂ ਮੈਂ ਤੁਹਾਨੂੰ ਦੱਸ ਰਿਹਾ ਸੀਗਾ ਕਿ ਅ ਦਰਜੀਤ ਭਾਣੇ ਆਪਣੀ ਜੈਕਟ ਦਿੱਤੀ ਸੀ ਕਿ ਐਂਡ दैट वाज अ वेरी ਬਿਊਟੀਫੁਲ ਐਂਡ ਐਕਸਪਲੇਨ ਕਰਕੇ ਦੱਸੋ ਕਿਉਂਕਿ ਮੈਂ ਦੁਬਾਰਾ ਚੋਨਾ ਸਬਸਕ੍ਰਾਈਬਰਸ ਨੂੰ ਪਤਾ ਲੱਗੇ ਅ ਲੰਡਨ ਸ਼ੋ ਹੁੰਦੇ ਸੀਗੇ ਐਕਚੁਅਲੀ ਸ਼ੋ ਹੋਣਾ ਸੀ 2020 ਵਿੱਚ ਕੋਵਿਡ ਕਰਕੇ ਕੈਨਸਲ ਹੋ ਗਿਆ ਤੇ ਮੈਂ ਟਿਕਟਸ ਖਰੀਦੀਆਂ ਹੋਈਆਂ ਸੀਗੇ ਐਂਡ 2021 2022 ਭਾਜੀ ਦਾ ਲੈਟਸ ਸੇ ਕਿ ਗਰੋਥ ਦਾ ਭਾਜੀ ਐਵਰੀ ਈਅਰ ਕਰ ਰਿਹਾ ਸੀ ਬਟ ਜਿਹੜੀ ਕੋਵਿਡ ਤੋਂ ਬਾਅਦ ਭਾਜੀ ਦੀ ਗਰੋਥ ਸੀ ਨਾ ਇਟ ਵਾਸ ਐਕਸਪੋਨੈਂਸ਼ੀਅਲ ਤੇ ਐਂਡ ਦਾ ਸ਼ੋ ਵਾਸ ਇਨ O2 ਅਰੀਨਾ ਜਿੱਥੇ 20-22000 ਲੋਕ ਹੈ ਅੱਛਾ ਐਂਡ 2000 ਵਿੱਚ ਬਹੁਤ ਪੈਸੇ ਸੀਗੇ ਮੇਰੇ ਕੋਲ ਤਾਂ ਉਦੋਂ ਮੈਂ ਫਰੰਟ ਰੋ ਦੀਆਂ ਟਿਕਟਾਂ ਲਈਆਂ ਸੀਗੀਆਂ ਤੇ ਉਹ ਲੱਕੀਲੀ ਲਾਈਕ ਰੋਲ ਓਵਰ ਹੋ ਕੇ ਫਰੰਟ ਰੋ ਹੀ ਰਹੀਆਂ ਸਾਡੀਆਂ ਟਿਕਟਾਂ ਤੇ ਸ਼ੋ ਤੇ ਗਏ ਤੇ ਇੰਜੋਏ ਕਰ ਰਹੇ एवरीथिंग ਤੇ ਭਾਈ ਦੇ ਆਈ ਥਿੰਕ ਨੱਚ ਰਹੇ ਆਬਵੀਅਸਲੀ ਭੰਗੜਾ ਬਲੱਡ ਚ ਹੈ ਤੇ ਭਾਈ ਨੇ ਆਈ ਥਿੰਕ ਗਾਣਾ ਮੁੱਕਿਆ ਤੇ ਆਏ ਐਦਾ ਵਾਕ ਕਰਕੇ and uh, ਹੀ ਗੋਜ਼ ਲਾਈਕ ਕਿ ਮੈਨੂੰ ਪਤਾ ਤੁਸੀਂ ਦੋਨੋਂ ਦੁਬਈ ਤੋਂ ਆਏ ਨਾ ਮੈਂ ਤੁਹਾਡੀਆਂ ਵੀਡੀਓਜ਼ ਦੇਖਦਾ ਹਾਂ ਨਾ ਥੈਂਕ ਯੂ ਸੋ ਮੱਚ ਫॉर ਕਮਿੰਗ ਤੇ ਕਮਾਲ ਦੀ ਜੋੜੀ ਆ ਤੁਹਾਡੀ ਯੂ ਐਂਡ ਯੂਅਰ ਯੂਅਰ ਵਾਈਫ ਯਾ ਮਾਈ ਵਾਈਫ ਹਾਂ ਤੇ ਐਂਡ ਦੈਟ ਵਾਸ ਇਟ ਐਂਡ ਮੈਨੂੰ ਤਾਂ ਸੀਗਾ ਕਿ ਮੇਰਾ ਤਾਂ ਲੰਡਨ ਆਣਾ ਸਫਲ ਹੋ ਗਿਆ ਮੈਂ ਸਿਰਫ ਸ਼ੋਅ ਲਈ ਗਿਆ ਸੀ ਭਾਈ ਲੰਡਨ ਦੇਖਣ ਕਿਉਂਕਿ ਉਹ ਚੀਜ਼ ਦੁਬਈ ਜਿਹਾ ਸੀ ਮਿਸ ਕਰਦਾ ਦੁਬਈ ਚ ਇੰਨਾ ਕਰਾਊਡ ਨਹੀਂ ਆਦਾ 3000 4000 ਲੋਕ ਹੁੰਦੇ ਤੇ 20000 ਲੋਕ ਹੋਣ ਤਾਂ ਵਾਈਬ ਹੀ ਅਲੱਗ ਹੁੰਦੀ ਆ ਐਂਡ ਦੈਨ ਫਰਸਟ ਹਾਫ ਮੁੱਕਿਆ ਸੈਕੰਡ ਹਾਫ ਵਿੱਚ ਭਾਈ ਨੇ ਆਪਣੇ ਸੌਂਗਸ ਗਾਰਿਆ ਐਂਡ mm. THEN ਫਿਰ ਮੂਵਮੈਂਟ ਆਉਂਦਾ ਜਦੋਂ ਉਹ ਆਪਣੀ ਜੈਕਟ ਸੈੱਟਦੇ ਆ ਐਂਡ THEN ਹੀ ਰਿਮੂਵ ਐਂਡ ਆਈ ਇੰਟਰਨਲੀ ਸਮਵੇਅਰ ਹੈਡ ਅ ਫੀਲਿੰਗ ਕਿ ਅੱਜ ਸ਼ਾਇਦ ਮੇਰਾ ਲੱਕੀ ਡੇ ਹੋ ਸਕਦਾ ਹੈ ਐਂਡ ਹੀ ਗੋਸ ਟੂ ਦ ਲੈਫਟ ਹੀ ਗੋਸ ਟੂ ਦ ਰਾਈਟ ਐਂਡ ਆਈ ਕੈਨ ਹੀਅਰ ਕਿ ਥੋੜਾ ਆਡੀਅנס ਜੋ ਵੀ ਲੋਕ ਜਿੱਦਾਂ ਬੋਲ ਰਿਹਾ ਹਾਰਡੀ ਹਾਰਡੀ ਕਰਕੇ ਐਂਡ ਦੇਰ ਇਜ਼ ਅ ਵੀਡੀਓ ਮੇ ਕੋ ਹੈਗੀ ਆ ਮੈਂ ਸੇਵ ਕਰਕੇ ਰੱਖਿਆ ਕਿ ਇੱਕ ਕੋਈ ਕੁੜੀ ਸੀਗੀ ਉਹਨੇ ਐਦਾ ਪਾਈ ਕਿ ਦਿਲਜੀਤ ਨੇ ਹਾਰਡੀ ਨੂੰ ਦੇਨੀਆ ਜੈਕਟ ਉਹਨੇ ਲਾਈਕ ਪਹਿਲੀ ਕਹਿਤਾ ਅੱਛਾ ਪ੍ਰੈਡਿਕਸ਼ਨ ਕਰਤੀ ਹਾਂ ਐਂਡ ਦੈਟਸ ਵਾਟ ਹੈਪਨਡ ਹੀ ਲੁਕਸ ਐਟ ਮੀ ਐਂਡ ਦੈਨ ਹੀ ਥਰੋਸ ਇਟ ਟੂ ਮੀ ਐਂਡ ਮੈਦਰ ਉਹਨਲਾ ਪਿਆ ਮੈਂ ਤਾਂ ਇਟ ੀਵ ਹਵ ਥੈਟ ਯੈਸ ਆ ਹੈਵ ਇਟ ਵਿਦ ਮੀ ਵਿਨ ਤਾਂ ਬਹੁਤ ਆਫਰਸ ਆਏ ਸੀਗੇ ਬਟ ਨਾ ਉਹ ਮੇਲੀ ਉਹ ਵੈਲਿਊਏਬਲ ਚੀਜ਼ ਹੈ ਫਾਰ ਮੀ ਮੋਰ ਦੈਨ ਅਵਾਰਡਸ ਮੋਰ ਦੈਨ ਨੋਥਿੰਗ ਐਂਡ ਆਮ ਜਸਟ ਸੋ 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 ਬlesਸਡ ਟੂ ਹਵ ਦੈਟ ਮੋਮੈਂਟ ਐਂਡ ਫਿਰ ਆਈ ਵੈਂਟ ਟੂ ਕਚਲਾ ਇਟ ਵਾਸ ਅ ਕੋਇਨਸੀਡੈਂਟ

अच्छा बिकॉज़ ਹੁਣ ਉੱਥੇ ਜਾ ਰਿਹਾ ਨਾ ਥੱਲੇ ਤਾਂ ਸਾਨੂੰ ਛਾਡੋ ਓਕੇ 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 ਹੂੰ ਸੋ ਦੈਨ ਉੱਤਰ ਲਾਈਟ ਫਿਰ ਵੀ ਹੋ ਗਈ ਪਤਾ ਨਹੀਂ ਆਡੀਅנס ਨੂੰ ਕਿਸ ਤਰ੍ਹਾਂ ਦਿਖ ਰਿਹਾ ਅਗਰ ਤੁਸੀਂ ਆਪਣੇ ਟੀਵੀ ਤੇ ਐਲਈਡੀ ਤੇ ਦੇਖ ਰਹੇ ਹੋ ਜਾਂ ਫੋਨ ਤੇ ਦੇਖ ਰਹੇ ਹੋ ਸੋ ਕਮੈਂਟਸ ਕਰਦੇ ਹੋ ਯਾਰ ਹਜੇ ਹਜੇ ਤਾਂ ਸਟਾਰਟ ਕੀਤਾ ਜਸਟ ਬਹੁਤ ਸਾਰੀ ਸਟੋਰੀ ਹੈਗੀ ਆ ਅੱਛਾ ਭਾਜੀ ਦੋ ਸਵਾਲ ਨੇ ਫਰਸਟ ਹੈਗਾ ਵੀ ਲਾਈਫ ਬਹੁਤ ਸਾਰੇ ਮੂਮੈਂਟਸ ਹੁੰਦੇ ਨੇ ਵੀ ਕਿਹੜਾ ਐਸਾ ਮੂਮੈਂਟ ਸੀਗਾ ਤੁਹਾਨੂੰ ਲੱਗਿਆ ਯਾਰ ਕਿ ਮੈਂ ਕੀ ਕਰ ਰਿਹਾ ਵਾਂ ਜਾਂ ਮੈਂ ਅੱਗੇ ਕੀ ਕਰਨਾ ਹੈ ਵਿਜ਼ਨ ਨਹੀਂ ਆ ਰਿਹਾ ਕੋਈ ਜਾਂ ਤੁਸੀਂ ਬਹੁਤ ਜ਼ਿਆਦਾ ਮੈਂ ਹੁਣ ਯਾਦ ਨਹੀਂ ਕਰਾਉਣਾ ਚਾਹੁੰਦਾ ਜ਼ਿਆਦਾ ਵੀ ਵੀ ਜਦੋਂ ਤੁਸੀਂ ਗਰੀਫ ਚ ਹੋਵੋ ਦੁੱਖ ਚ ਹੋਵੋ ਵੈਲ ਇਹ ਮੂਮੈਂਟ ਨਾ ਜਸ ਰੀਸੈਂਟਲੀ ਹੋਇਆ ਮੇਰੇ ਨਾਲ ਜਸ ਲਾਸਟ ਈਅਰ ওকে ਐਂਡ ਜਦੋਂ ਮੇਰਾ ਵਰਲਡ ਟੂਰ ਮੁੱਕ ਗਿਆ ਆ ਮੈਂ ਬਹੁਤ ਜ਼ਿਆਦਾ ਹਾਈਪ ਹੋ ਗਿਆ ਕਿ ਪਹਿਲਾ ਵਰਲਡ ਟੂਰ ਤੋਂ ਬਾਅਦ ਗ੍ਰੀਫਸ ਕਿਵੇਂ ਜਾ ਸਕਦੇ ਹਾਂ ਮੈਂ ਦੱਸਦਾ ਭਾਜੀ ਵਰਲਡ ਟੂਰ ਤੋਂ ਬਾਅਦ ਤਾਂ ਮੈਂ 5 ਸਾਲ ਗ੍ਰੀਫ ਹੈ ਹੀ ਨਹੀਂ ਕੀਤਾ ਮੈਂ ਨਹੀਂ ਗੱਲ ਤਾਂ ਤੁਹਾਡੀ ਸਹੀ ਹੈ ਮੈਂ ਜਿੰਨਾ ਗੱਲ ਕਰ ਰਿਹਾ ਸੁਕਿੰ ਤੂੰ ਪਾਗਲ ਹੈ ਤੂੰ ਵਰਲਡ ਟੂਰ ਕਰਕੇ ਆਟਿਆ ਕਿਸੇ ਕਿਸੇ ਮੁੰਡੇ ਨੇ ਨਹੀਂ ਅੱਦਾ ਕੀਤਾ ਕਿਸੇ ਸਹੀ ਗੱਲ ਭਾਜੀ ਕਿਸੇ ਪੰਜਾਬੀ ਡਾਂਸਰ ਨੂੰ ਛੱਡ ਕੇ ਕਿਸੇ ਡਾਂਸਰ ਨੇ ਨਹੀਂ ਕੀਤੀ ਜਿਹੜੇ ਲੈਵਲ ਤੋਂ ਤੁਸੀਂ ਸ਼ੁਰੂ ਕੀਤਾ ਨਾ ਉੱਥੇ ਚਲੋ ਵੀ ਬਲੇਸਿੰਗਸ ਨੇ ਤੁਸੀਂ ਪਿਓਰ ਹਾਰਟ ਹੋ ਮੈਨੂੰ ਲੱਗਦਾ ਨੀਤਾ ਨਾਲ ਹੈ ਨਾ ਨੀਤਾ ਚੰਗੀਆਂ ਹੋਣ ਨਾ ਰੱਬ ਜਲਦੀ ਹੈ ਨਾ ਫਲ ਹੁੰਦਾ ਤਾਂ ਮੈਨੂੰ ਲੱਗਦਾ ਤੁਸੀਂ ਬਹੁਤ ਪਿਓਰ ਹਾਰਟ ਹੋ ਯਾਰ ਥੈਂਕ ਯੂ ਥੈਂਕ ਯੂ ਮੈਨੂੰ ਪਤਾ ਨਹੀਂ ਆਡੀਅנס ਤੁਸੀਂ ਕਿਵੇਂ ਕਿਸ ਤਰ੍ਹਾਂ ਨਾ ਵੀਰੇ ਨੂੰ ਦੇਖ ਰਹੇ ਹੋ ਸੁਣ ਰਹੇ ਹੋ ਕਿਉਂਕਿ ਕਈ ਵਾਰ ਨਾ 1 ਘੰਟੇ ਵਿੱਚ ਆਪਾਂ ਪਰਸਨੈਲਿਟੀ ਪੂਰੀ ਡਿਸਕਵਰ ਨਹੀਂ ਕਰ ਪਾਉਂਦੇ ਵੀ ਐਕਚੁਅਲੀ ਪਰਸਨ ਕੀ ਹੈ ਹੋ ਜਾਂਦਾ ਨਾ ਕਈ ਵਾਰ ਮੀਨਸ ਅ ਲੋਟ ਮੀਨਸ ਅ ਲੋਟ ਆ ਯੂ ਗਰੀਫ ਤੇ ਗਰੀਫ ਦੈਨ ਸੋ ਵਰਲਡ ਟੂਰ ਮੁਕਿਆਨ ਦੈਨ ਹਾਉ ਇਸ ਲਾਈਕ

ਤੇ ਉਸ ਟਾਈਮ ਮੈਂ ਵਾਪਸ ਜਾ ਕੇ ਪੜ ਨਹੀਂ ਪਾਉਂਗਾ ਇਟਸ ਅ ਬੈਕਅਪ ਪਲਾਨ ਲੀਕ ਲਾਈਕ ਬੈਕਅਪ ਪਲਾਨ ਹੀ ਹੋਣਾ ਚਾਹੀਦਾ ਕਿਉਂਕਿ ਉਸੇ ਜਿੱਥੇ ਜਾ ਕੇ ਪੜਾਈ ਨਹੀਂ ਕਰ ਸਕਦਾ ਬੰਦਾ ਹੂੰ ਉਸੇ ਜਿੱਥੇ ਫਿਰ ਮਜ਼ਦੂਰੀ ਕਰੂਗਾ ਐਂਡ THEN THAT MIGHT BE ਮੋਰ ਡਿਸਹਾਰਟਨਿੰਗ ਕਿ ਯਾਰ ਮੈਂ ਪੜਨ ਦਾ ਮੌਕਾ ਸੀਗਾ ਤੇ ਮੈਂ ਕਿਉਂ ਨਹੀਂ ਪੜਿਆ ਮੇਬੀ ਸ਼ਾਇਦ ਬੰਦਾ ਬਣ ਸਕਦਾ ਵਾ ਕੁਝ ਕਰ ਸਕਦਾ ਵਾ ਆਪਣੇ ਨਾ ਐਦਾਂ ਨਹੀਂ ਹੈਗਾ ਕਿ ਪੜਾਈ ਜ਼ਰੂਰੀ ਹੈ ਬਹੁਤ ਲੋਕੀ ਜਿਹੜੇ ਨਹੀਂ ਵੀ ਪੜਦੇ ਸਕਸੈਸਫੁਲ ਹੈ ਬਟ ਨਾਟ ਫਾਰ एवरीवन ਨਾ ਜਦੋਂ ਤੁਸੀਂ ਥੋੜਾ ਮਤਲਬ ਹੋਸਟ ਆ ਗਏ ਤੁਹਾਨੂੰ ਪਤਾ ਲੱਗ ਗਿਆ ਵੀ ਦੁਨੀਆ ਕਿਵੇਂ ਚੱਲਦੀ ਹੈ ਯੈਸ ਉਦੋਂ ਤੁਹਾਡਾ ਫੈਮਿਲੀ ਬੈਕਗ੍ਰਾਉਂਡ ਸੈਟਲਡ ਸੀ ਜਾਂ ਹਜੇ ਵੀ ਗਰੋਇੰਗ ਸੀਗਾ ਅਮ ਹੁਣ ਗ੍ਰੀਫ ਵਾਲੀ ਗੱਲ ਜਿਹੜੀ ਹੈ ਉਸ ਟਾਈਮ ਤੇ ਜਾਂ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਵੀ ਤੇ ਆਈ ਥਿੰਕ ਡੈਡ ਨੇ ਕਦੇ ਫੀਲ ਨਹੀਂ ਹੋਣ ਦਿੱਤਾ ਹੈਗਾ ਕਿ ਕੁਝ ਵੀ ਇਸ਼ੂ ਸੀਗੇ ਐਂਡ ਬਟ ਹਾ ਦੇ ਹੈਵ ਬੀਨ ਥਰੂ ਅ ਟਫ ਟਾਈਮ ਕਿਉਂਕਿ ਸੈਂਸ ਹਾਵਾਇਜ਼ बॉर्न आफ्टर फोरटीन ईयरस तो मेरे मॉम डैड ली मेरे डैड के ब्रदर्स ही सब कुछ थे तो उन्होंने उन्होंने सब कुछ किया क्योंकि कि दे डेंट एक्सपैक्ट uh, कि उन्होंने शायद कद कोई ब्लैसिंग भी होएगी एंड एनाम वेरी ब्लैसड कि जे मेरे चाचा जी ने ना who, well. तो वो ही इज़ अ प्योर जैम ऑफ अ हार्ट एंड ही टेक्स मी एज एज ओन चाइल्ड एज वैल तो वह चीज़ करके हमेशा टफ टाइम तो जरूर रहा वा क्योंकि डैड की कुछ इनकम इन्नी स्ट्रोंोंग नहीं सी ਬਟ ਉਹਨਾਂ ਨੇ ਮੇਰੇ ਸ਼ੌਂਕ ਸਾਰੇ ਪੂਰੇ ਕਰਾਇਆ ਐਂਡ ਅੱਜ ਉਹਨਾਂ ਦੀ ਬਲੇਸਿੰਗਸ ਐਂਡ ਉਹਨਾਂ ਦੇ ਸ਼ੌਂਕ ਪੂਰੇ ਕਰਨੇ ਉਹਨਾਂ ਦੀ ਹੱਲਾਸ਼ੇਰੀ ਨਾਲ ਹੀ ਮੈਂ ਇੱਥੇ ਤੱਕ ਪਹੁੰਚ ਗਿਆ ਕਿ ਹੁਣ ਮੇਰਾ ਮਨ ਕਰਦਾ ਕਿ ਮੈਂ ਡੈਡੀ ਤੇ ਸਾਰੇ ਸ਼ੌਂਕ ਪੂਰੇ ਕਰਾਂ ਮੈਂ ਕੀ ਬਾਤ ਆ ਯਾਰ ਬਹੁਤ ਬਹੁਤ ਸਿਆਣੀ ਗੱਲ ਬਹੁਤ ਵਧੀਆ ਗੱਲ ਕੋਈ ਐਸੀ ਗੱਲ ਜਿਹੜੀ ਤੁਸੀਂ ਡੈਡੀ ਨੂੰ ਕਦੇ ਕਹੀ ਨਹੀਂ ਅੱਜ ਸ਼ਾਇਦ ਉਹ ਪੋਡਕਾਸਟ ਦਿਖਾਵਾਂਗੇ ਉਹਨਾਂ ਨੂੰ ਜਸ ਮੇਬੀ ਨਾ ਉਹ ਨਾ ਮੇਰ ਉਹ ਇੰਸਟਾਗ੍ਰਾਮ ਵੀ ਉਹਨਾਂ ਨੇ ਤਾਂ ਚਲਾਉਣਾ ਸਿੱਖਿਆ ਕਿ ਉਹ ਦੇਖਣ ਕਿ ਸਾਡੀ ਲਾਈਫ ਚ ਕੀ ਚੱਲਦਾ ਕਿਉਂਕਿ ਮੈਂ ਨਾ ਨਹੀਂ ਦੱਸ ਪਾਉਂਦਾ ਉਹਨਾਂ ਨੂੰ ਕਿ ਮੈਂ ਕੀ ਕਰ ਰਿਹਾ ਵਾਂ ਤੇ ਇਹਦਾ ਕੀ ਲਾਈਕ ਕੀ ਸਕੋਪ ਹੈ ਕੀ ਬਣਨਾ ਹੈ ਇਹਦਾ ਹਨਾ ਜੋ ਵੀ ਆ ਬਟ ਉਹ ਦੇਖਦੇ ਹੋ ਖੁਸ਼ ਹੁੰਦੇ ਆ ਉਹਨਾਂ ਨੂੰ ਵਧੀਆ ਲੱਗਦਾ ਕੋਈ ਇੱਕ ਮੈਸੇਜ ਪਾਪਾ ਨੂੰ ਦੇਣਾ ਹੋਵੇ ਸ਼ਾਇਦ ਉਹ ਟੀਵੀ ਤੇ ਦੇਖਦੇ ਪਏ ਨੇ ਇਕੱਲੇ ਬੈਠੇ ਨੇ ਤੇ ਅੱਜ ਦਿਲ ਦਿਲ ਖੋਲ ਕੇ ਮਾਈ ਗੱਡ ਅਮਨ ਆਈ ਹੇਟ ਯੂ ਇੱਕ ਵਾਰ ਹੁੰਦਾ ਨਾ ਬਾਜੀ ਵੀ ਆਪਾਂ ਫਾਦਰ ਨਾਲ ਨਾ ਇੱਕ ਪਿਆਰ ਬਹੁਤ ਹੁੰਦਾ ਬਟ ਅੱਖਾਂ ਥੱਲੇ ਰਹਿੰਦੀਆਂ ਹਾਂਜੀ ਪਾਪਾ ਓਕੇ ਪਾਪਾ ਕੋਈ ਦਿਲ ਦੀ ਗੱਲ ਖੁੱਲ ਕੇ ਇੱਕ ਤੁਸੀਂ ਕਰਨਾ ਚਾਹੂੰ ਫਾਦਰ ਤੁਹਾਡੇ ਦੇਖਦੇ ਪਏ ਨੇ ਆਈ نو ਡੈਡ ਨਾ ਹਮੇਸ਼ਾ ਡੈਡੀ ਤੁਹਾਨੂੰ ਐਦਾ ਮੈਂ ਹਮੇਸ਼ਾ ਲਿਖ ਲੁਕੋ ਕੇ ਰੱਖਦਾ ਨਾ ਚੀਜ਼ਾਂ ਮੈਂ ਸ਼ੇਅਰ ਨਹੀਂ ਕਰਦਾ ਕਿ ਮੈਂ ਕੀ ਕਰ ਰਿਹਾ ਹਾਂ ਲਾਈਫ ਚ ਕੀ ਚੱਲਦਾ ਐ ਐਂਡ ਬਟ ਤੁਸੀਂ ਵੀ ਕਦੇ ਡਾਊਟ ਨਹੀਂ ਕੀਤਾ ਕਿ ਕਿੱਥੇ ਐ ਸਾਡਾ ਮੁੰਡਾ ਕੀ ਕਰ ਰਿਹਾ ਐ ਐਂਡ ਸੇਫ ਹੈ ਅਨਸੇਫ ਹੈ ਆਈ ਜਸਟ ਵਾਂਟ ਟੂ ਸੇ ਕਿ ਤੁਸੀਂ ਜਿਹੜੀਆਂ ਮੈਨੂੰ ਬਲੇਸਿੰਗਸ ਦਿੱਤੀਆਂ ਜਿਹੜੀ ਮੈਨੂੰ ਟੀਚਿੰਗਸ ਦਿੱਤੀਆਂ ਆ ਓਵਰ ਦਾ ਇਅਰਸ ਜਦੋਂ ਮੈਂ ਛੋਟਾ ਹੁੰਦਾ ਸੀਗਾ ਉਹ ਜ਼ਰੂਰ ਮੈਨੂੰ ਵੀ ਦੱਸਿਓ ਕਿ ਸੀਕਰੇਟਸ ਹੈਗੇ ਤੁਹਾਡੇ ਕਿ ਤੁਸੀਂ ਮੈਨੂੰ ਕਿੱਦਾਂ ਅਪਬ੍ਰਿੰਗ ਕੀਤਾ ਕਿਉਂਕਿ ਆਮ ਵੈਰੀ ਹੈਪੀ ਕਿ ਮੈਂ ਜਦੋਂ ਆਪਣੇ ਏਜ ਦੇ ਹੋਰ ਮੁੰਡੇ ਦੇਖਦਾ ਆ ਉਹ ਗਲਤ ਕੰਮਾਂ 'ਚ ਪੈ ਜਾਂਦੇ ਆ ਤੇ ਮੈਂ ਉਹ ਚੀਜ਼ਾਂ ਨਹੀਂ ਪਿਆ ਐਂਡ ਉਹ ਸਿਰਫ ਇੱਕ ਤੁਹਾਡੇ ਟੀਚਿੰਗਸ ਕਰਕੇ ਆ ਕਿ ਮੈਂ ਆਈ ਥਿੰਕ ਸਦਾ ਹਦਾ ਰਹੇਗਾ ਐਂਡ ਆਮ ਆਮ ਵੈਰੀ ਹੈਪੀ ਟੂ ਹੈਵ ਥੈਟ ਐਂਡ ਦੂਸਰਾ ਜਿਹੜਾ ਤੁਸੀਂ ਕਦੇ ਮੈਨੂੰ ਰੋਕਿਆ ਨਹੀਂ ਐਂਡ ਹਮੇਸ਼ਾ ਮੇਰੇ ਤੇ ਬਿਲੀਵ ਕੀਤਾ ਕਿ ਠੀਕ ਹੈ ਜੋ ਹਾਰਦੀ ਕਰ ਰਿਹਾ ਉਹ ਸਹੀ ਕਰ ਰਿਹਾ ਹੁਣ ਐਂਡ ਟਰਸਟ ਮੀ ਮੈਂ ਤੁਹਾਡਾ ਤੁਹਾਨੂੰ ਕਦੇ ਵੀ ਲੋਨ ਨਹੀਂ ਫੀਲ ਹੁੰਦਾਗਾ ਕਿ ਤੁਹਾਡੇ ਮੁੰਡੇ ਨੇ ਕੋਈ ਗਲਤ ਕੰਮ ਕੀਤਾ ਹੋਵੇ ਮੈਂ ਕਦੇ ਕਹਾਂ ਨਹੀਂ ਹੈਗਾ ਬਟ ਆਈ ਲਵ ਯੂ ਸੋ ਮਚ ਕਿਆ ਬਾਤ ਹੈ ਬਾਜੀ ਨਾਈਸ ਆਈ ਲਵ ਯੂ ਅੰਕਲ ਜੀ ਮੇਰੇ ਵੱਲੋਂ ਹੀ ਬਹੁਤ ਸਾਰਾ ਪਿਆਰ ਤੇ ਮੈਂ ਤੁਹਾਨੂੰ ਮਿਲਣਾ ਚਾਹੁੰਨਾ ਵਾ ਵੀ ਡੈਫੀਨੇਟਲੀ ਮੈਂ ਤੁਹਾਡੀ ਸਟੋਰੀ ਜਾਣਨਾ ਚਾਹੁੰਨਾ ਕਿਉਂਕਿ ਯੂ ਹੈਵ ਅ ਲੋਟ ਆਫ ਪੇਸ਼ੈਂਸ 14 ইয়ার্স ਤੇ ਮੈਨੂੰ ਨਹੀਂ ਪਤਾ ਵੀ ਕਿੱਦਾਂ ਨਾ ਸੋ ਮੇਰੀ ਵੀ ਮੈਂ ਬਹੁਤ ਇਮੋਸ਼ਨਲ ਆਂ ਜੀ ਜਦੋਂ ਆਪਾਂ ਐਕਚੁਅਲੀ ਸੁਣਨ ਚ ਬੜਾ ਇਹ ਲੱਗਦਾ ਵੀ 14 ইয়ার্স ਪਰ ਜਿਨ੍ਹਾਂ ਨੇ ਨਾ ਉਹ ਚੀਜ਼ਾਂ ਦੇਖੀਆਂ ਸਾਰਾ ਕੁਝ ਕੀਤਾ ਓਕੇ ਬਾਜੀ ਮੈਂ ਚਾਹੁੰਦਾ ਨਹੀਂ ਗਰੀਫ ਦੀ ਦੁੱਖਾਂ ਦੀ ਗੱਲ ਹੋਵੇ ਪਰ ਬਾਜੀ ਕੀ ਸੀ ਉਹ ਮੋਮੈਂਟ ਸੋ bro yes world tour finish ਹੋਇਆ ਹਨਾ ਐਂਡ ਆ ਵਾਸ ਔਨ ਅ ਵੈਰੀ ਹਾਈ ਕਿ ਹਾਰਡੀ ਬੀਇੰਗ ਦ ਫਰਸਟ ਗਾਇ ਹੂ ਡਿਡ ਅ ਵਰਲਡ ਟੂਰ ਆਫ ਪੰਗੜਾ ਐਂਡ ਦੈਨ ਮੈਨੂੰ ਅੰਡਰ 30 ਸਿੱਖ ਵਿੱਚ ਵੀ ਆਈ ਵਾਸ ਫੀਚਰਡ ਇਨ ਦੈਟ ਲਿਸਟ ਹਨਾ ਉਹ ਵੀ ਉਦੋਂ ਹੀ ਹੋਇਆ ਤੇ ਬਹੁਤ ਸਾਰੀਆਂ ਵਧੀਆ ਚੀਜ਼ਾਂ ਹੋਣੀਆਂ ਸੀਗੀਆਂ ਮੇਰਾ ਦੇਰਾਦੂਨ ਵਾਲਾ ਸ਼ੋਅ ਵੀ ਉਦੋਂ ਹੋਇਆ ਜਿੱਤੇ 5000 ਲੋਕ ਆਏ ਸੀ ਇਟ ਵਾਸ एवरीथिंग ਵਾਸ ਔਨ ਅ ਟੌਪ ਨੌਚ ਕਿ ਠੀਕ ਆ ਹਰਦੀ ਹੁੰਦਾ ਚੱਕ ਦੇ ਵੱਟੇ ਸਭ ਘੈਂਟ ਹੋ ਗਿਆ ਘੈਂਟਾ ਹੁਣ ਬਸ ਤਿੰਨ ਚਾਰ ਫਿਲਮਾਂ ਆਣੀਆਂ ਫਿਰ ਆ ਹੋਏ ਨਾ ਫਿਰ ਉਹ ਹੋਏ ਨਾ ਇਦਾਂ ਬਟ ਆ ਵਾਸ ਵਰਕਿੰਗ ਮੇਰੀ ਜੌਬ ਸੀਗੀ ਐਂਡ ਮੈਂ 10-11 ਸਾਲ ਤੋਂ ਜੌਬ ਕਰ ਰਿਹਾ ਸੀਗਾ ਆਈ ਸਮਵੇਅਰ ਸਟਾਰਟਡ ਫੀਲਿੰਗ ਕਿ ਆਈ ਏਮ ਬੀਂਗ ਅਨਫੇਅਰ ਟੂ ਦ ਜੌਬ एंड ऑलसो एट द सेम टाइम आई एम बिंग अनफेयर टू भंगड़ा क्योंकि मैं दोनों पास हंड्रेड परसेंट नहीं दे पा रहा से hmm. मैं या तो उधर फिफ्टी परसेंट है या तो इधर फिफ्टी परसेंट है एंड वो करके मैं पहला अपना वर्किंग आवर पूरे करता सगा एंड दैन फिर मैं भंगड़ा करता तो मैं तो लाइक मैंटल स्ट्रैस वॉज वेरी बैड इट वॉज होरेबल दैट एंड जदि वर्ल्ड टूर मुक्या फिर वो रियलाइजेशन आई कि ਹਾਰਦੀ ਕੀ ਕਰਨਾ ਹੈ ਇੱਕ ਸਿਕਿਉਰਡ ਜੌਬ ਤੇ ਰਹਿਣਾ ਹੈ ਜਿਹੜੀ ਕਿ ਤੇਰੀ 10 11 12 ਸਾਲ ਤੋਂ ਚੱਲ ਰਹੀ ਹੈ ਮੇਰੇ এমਪਲੋਇਜ਼ ਬਹੁਤ ਚੰਗੇ ਨੇ ਲਾਈਕ ਉਹਨਾਂ ਨੇ ਮੈਨੂੰ ਇੰਨਾ ਸਪੋਰਟ ਕੀਤਾ ਹੈ ਥਰੂਆਊਟ ਮਾਈ ਹੋਲ ਜਰਨੀ ਈਵਨ ਜਦ ਮੈਂ ਵਰਲਡ ਟੂਰ ਤੇ ਸੀ ਮੈਨੀ ਲੀਫ ਤੇ ਸੀ ਉਹਨਾਂ ਨੇ ਇੱਕ ਵਾਰੀ ਵੀ ਨਹੀਂ ਕਿਹਾ ਕਿ ਕੀ ਕਰ ਰਿਹਾ ਕਿੱਦਾਂ ਕਰ ਰਿਹਾ ਬਟ ਉਹ ਇੱਕ ਸਿਕਾ ਮੇਰੇ ਥੌਟਸ ਕੀ ਕਦੇ ਯਾਰ ਐਦਾਂ ਨਾ ਹੋ ਜਾਏ ਕਿ ਮੈਨੂੰ ਫਿਰ ਗਲਤ ਗੱਲਾਂ ਲੜਾਈ ਕਰਕੇ ਨਿਕਲਣਾ ਵਾਜੇ ਜਾਂ ਤਾਂ ਉਹ ਮੈਨੂੰ ਕੱਢ ਦੇਣੀ ਆ ਤਾਂ ਮੈਂ ਕੋਈ ਲੜ ਕੇ ਚੱਲ ਜਾ ਇਦਾਂ ਦਾ ਹੂੰ ਇਦਾਂ ਦਾ ਮੂਮੈਂਟ ਨਾ ਆਵੇ ਆਈ ਡੋਨਟ ਵਾਂਟ ਦੈਟ ਐਂਡ ਮੈਂ ਬਹੁਤ ਸੋਚਦਾ ਹੁੰਦਾ ਸੀ ਕਿ ਵਾਟ ਆਮ ਆ ਗੋਣਾ ਡੂ ਨੈਕਸਟ ਵਾਟ ਆਮ ਆ ਗੋਣਾ ਡੂ ਨੈਕਸਟ ਐਂਡ ਆਈ ਥਿੰਕ ਆ'll just ਵਾਟ ਆਮ ਆ ਗੋਣਾ ਡੂ ਨੈਕਸਟ ਦੇ ਚੱਕਰ ਚ ਨਾ ਪਾਜੀ ਮੈਂ ਆਈ ਥਿੰਕ 1.5 ਮਹੀਨੇ ਲਈ ਆਪਣਾ ਸੋਸ਼ਲ ਮੀਡੀਆ ਬੰਦ ਕਰਤਾ ਆਈ ਵੈਂਟ ਇਨ ਸੋ ਮਚ ਲੋ ਕਿ ਮੈਨੂੰ ਮੈਂ ਕਿਸ ਨੂੰ ਮਿਲਦਾ ਵੀ ਨਹੀਂ ਸੀ ਮੇਰੀ ਟੀਮ ਮੈਨੂੰ ਫੋਨ ਕਰਦੀ ਨਹੀਂ ਸੀ ਕਿੱਥੇ ਆ ਕੀ ਕਰ ਰਿਹਾ ਵਾ ਮੈਂ ਫੋਨ ਹੀ ਨਹੀਂ ਚੱਕਦਾ ਸੀਗਾ ਆਈ ਵਾਸ ਸੁਪਰ ਕੁਆਈਟ ਐਂਡ ਲੋਨਲੀ ਦਿਲ ਨਹੀਂ ਕਰਦਾ ਨਾ ਕਿਸੇ ਨਾਲ ਗੱਲ ਕਰਨ ਨੂੰ ਨਹੀਂ ਗੱਲ ਕਰਦਾ ਸੀ ਮਾਈ ਵਾਈਫ ਸ਼ੀ ਹੈਸ ਬੀਨ ਸੱਚ ਅ ਸਪੋਰਟ ਟੂ ਡੂਰਿੰਗ ਦੈਟ ਟਾਈਮ ਆਲਸੋ ਐਂਡ ਇਵਨ ਆਲਵੇਸ ਤੇ ਉਹ ਕਹਿੰਦੇ ਟੇਕ ਯੋਰ ਟਾਈਮ ਟੇਕ ਯੋਰ ਟਾਈਮ ਕੁਝ ਨਹੀਂ ਹੋਣ ਲੱਗਾ ਜਸਟ ਡੋਨਟ ਡੂ ਐਨੀਥਿੰਗ ਸਟੂਪਿਡ ਟੇਕ ਯੋਰ ਟਾਈਮ ਮੈਂ ਕੰਮ ਤੇ ਆਉਂਦਾ ਸੀ ਆਉਂਦਾ ਸੀ ਕੰਮ ਤੇ ਆਉਂਦਾ ਸੀ ਆਉਂਦਾ ਸੀਗਾ ਮੈਂ ਡੇਢ ਮਹੀਨਾ ਤਿੰਨ ਭੰਗੜਾ ਵੀ ਨਹੀਂ ਵਾਇਆ ਐਂਡ ਉਹ ਮੈਨੂੰ ਹੋਰ ਕਿਲ ਕਰ ਰਿਹਾ ਅੰਦਰੋਂ ਹਮ ਕੀ ਯਾਰ ਮੈਂ ਡਾਂਸ ਕਿਉਂ ਨਹੀਂ ਕਰ ਰਿਹਾ ਮੈਂ ਕਿਉਂ ਨਹੀਂ ਕਰ ਰਿਹਾ ਇਦਾਂ ਐਂਡ ਦੈਨ ਆਈ ਕੇਮ ਟੂ ਅ ਪੁਆਇੰਟ ਕਿ ਆਈ ਥਿੰਕ ਮੈਂ ਸ਼ਾਇਦ ਫਿਰ ਨਾ ਮੇਰੇ ਕੁਝ ਮੈਂਟਰਸ ਵੀ ਰਹਿ ਆ ਲਾਈਫ 'ਚ ਹੁਣ ਵੀ ਹੈਗੇ ਜਿਨ੍ਹਾਂ ਨਾਲ ਮੈਂ ਗੱਲ ਕਰ ਲੈਂਦਾ ਸਿੱਧੀ ਕ੍ਰਿਸਟਲ ਕਲੀਅਰ ਕਿ ਆ ਚੱਲ ਰਿਹਾ ਮੇਰੀ ਲਾਈਫ 'ਚ ਭਾਵੇਂ ਸੋਸ਼ਲ ਮੀਡੀਆ ਤੇ ਮੈਂ ਅਜ ਆਈਸਲੇਟ ਘੁੰਮ ਰਿਹਾ ਬਟ ਮੇਰੇ ਦਿਮਾਗ 'ਚ ਇਹ ਹੈ ਹਮ ਦਿਸ ਇਜ਼ ਮੀ ਤੇ एवरीਬਡੀ ਜਸਟ ਸੈਡ ਵਨ ਥਿੰਗ ਕਿ ਹਰਦੀ ਟੂ ਵੇਚ ਇਜ਼ ਪੰਜ ਸਾਲ ਬਾਅਦ ਸੋਚ ਹੂੰ ਕਿ ਤੂੰ ਪੰਜ ਸਾਲ ਬਾਅਦ ਕਿਆ ਰਿਗਰੈਟ ਕਰੂਗਾ ਜਿਹੜਾ ਤੂੰ ਅੱਜ ਡਿਸੀਜਨ ਲੈ ਰਿਆ ਕਿ ਤੂੰ ਪੰਜ ਸਾਲ ਬਾਅਦ ਇਹ ਤਾਂ ਨਹੀਂ ਸੋਚੂਗਾ ਕਿ ਯਾਰ ਜੇ ਉਧਰ ਨਾ ਸੋਚ ਲੈਂਦੇ ਕਿ ਬਈ ਭੰਗੜੇ ਚ ਲੱਜ ਕੋ ਫਾਰਵਰਡ ਮੇਬੀ ਸ਼ਾਹਦ ਜ ਲਾਈਫ ਡਿਫਰੈਂਟ ਹੁੰਦੀ ਤੇ ਯੂ ਆਰ ਐਜੂਕੇਟਿਡ ਜੇ एवरीथिंग ਫੇਲਸ ਯੂ ਕੈਨ ਗੋ ਬੈਕ ਟੂ ਥੈਟ ਯੂ ਕੈਨ ਡੂ ਇਟ ਐਂਡ ਆਈ ਥਿੰਕ ਆਉਡ ਨੀਕ ਇੱਕ ਹਲਾ ਸ਼ਰੀ ਦਾ ਪੁਆਇੰਟ ਸੀ ਫਿਰ ਉਸ ਤੋਂ ਬਾਅਦ ਪੁਆਇੰਟ ਸੀ ਕਿ ਮਮ ਡੈਡ ਉਹਨਾਂ ਨੂੰ ਕਿਦਾਂ ਦੱਸਣਾ ਹੂੰ ਇਹ ਚੀਜ਼ ਬਾਰੇ ਹੂੰ ਜੌਬ ਛੱਡਣੀ ਯੈਸ ਕਿਉਂਕਿ ਪੇਰੈਂਟਸ ਦੇ ਥਿੰਕ ਓਕੇ ਆ ਸ਼ੌਕ ਆ ਕਰੀ ਜਾਓ ਹੂੰ ਬੜਾ ਜੌਬ ਐਥੋਂ ਪੈਸੇ ਆ ਰਹੇ ਆ ਐਂਡ ਦੈਨ ਆਈ ਥਿੰਕ ਦੇ ਫੈਲਟ ਲਾਈਕ ਕਿ ਇਹਨੂੰ ਜੇ ਕਮਾਂਗੇ ਵੀ ਐਂ ਤਾਂ ਮਣੀ ਰੁਕਣਾ ਜੇ ਨਾ ਕਿਹਾ ਤਾਂ ਮਣੀ ਤਾਂ ਉਹ ਕਹਿੰਦੇ ਫਿਰ ਜੋ ਕਰਨਾ ਕਰ ਲੈ and uh, i then took that call and then it's been થોડે مہینے ہو گئے منو کام ਛੱడే نو i am being honest je koi hor bhi ae cheez sund reha hai na ki decide karna chahnde hai ki job chhadni aa karna va ta bahut soch samajh ke chhadyo te e bhi soch lo ki agle 6 7 mahine tak tusi ek ek rupaiya ni kamana e cheez soch ke chhadyo ni savings hon ya unna ya mere ko to bhai savings bhi ni si gaya अच्छा मैं तो बस क्योंकि आई जस्ट कूडेंट हैंडल इट एनी मोर मेंटली तो आई जस्ट टुक दैट कॉल लाइक देखी जाओगी हूँ जो हमें टैलेंट है, Talent है या अपने तो सैल्फ बिलीफ हैगा कॉन्फिडेंस है, confidence है कुछ तो करा सो so मैं पिछले पार कुछ कमाया नहीं है बट हाँ एदा कह सकते कि लॉस भी नहीं किया बट hmm. हाँ लाइक आई एम नॉट ऑफ ट्रैक बट आई एम ਜੋ ਚੀਜ਼ ਮੈਂ ਕਮਾਈਆ ਹੋਗਾ ਕਿ ਮੇਰਾ ਮੈਂਟਲ ਪੀਸ ਮੈਂ ਖੁਸ਼ ਆ ਮੈਂ ਸਮਾਈਲ ਕਰ ਰਿਹਾ ਮੈਂ ਰੋਟੀ ਖਾ ਰਿਹਾ ਰੋਜ਼ ਆਮ ਹੈਪੀ ਵਿਦ दैट ਐਂਡ ਯਰ ਬ੍ਰੈਂਡ ਵੈਲਿਊ ਐਂਡ ਐਂਡ ਆਮ ਹੈਪੀ ਥੈਟ ਇਟਸ ਗਰੋਇੰਗ ਐਂਡ ਮੈਨੂੰ ਮਲਟੀਪਲ ਐਵੇਨਿਊਸ ਵਿੱਚ ਲੈ ਕੇ ਜਾ ਰਿਹਾ ਗੁੱਡ ਗੁੱਡ ਬਾਜੀ ਪਿਓਰ ਪੰਗੜਾ ਦਾ ਨਾਮ ਯੈਸ ਕਿ ਤੁਸੀਂ ਪੂਰੇ ਵਰਡ ਵਿੱਚ ਲੈ ਕੇ ਜਾ ਰਹੇ ਹੋ ਮੈਂ ਉਹੀ ਦੇਖਦਾ ਵੀ ਗੋਰੇ ਪੰਗੜਾ ਦੇਖ ਰਿਹਾ ਮਾਈਟ ਬੀ ਵੀ ਕਿਸੇ ਨੂੰ ਪਤਾ ਵੀ ਨਾ ਹੋਵੇ ਵੀ ਇਹ ਆਰਟ ਫਾਰਮ ਕਿਹੜੀ ਅੱਛਾ ਬੰਗੜਾ ਲਾਈਕ ਇਟ ਇਜ਼ ਸਿਕ ਯੈਸ ਵੀਰਿੰਗ ਟਰਬਨ ਹੈ ਨਾ ਯੈਸ ਉਹਨਾਂ ਨੂੰ ਐਕਚੁਅਲੀ ਉਹਨਾਂ ਨੂੰ ਨੌਲੇਜ ਮਿਲਦੀ ਅੱਛਾ ਇਹ ਕਲਚਰ ਹੈਗਾ ਯੈਸ ਟਰੂ ਐਂਡ ਜਿੰਨੀ ਵੀ ਮੈਂ ਟਰੈਵਲਿੰਗ ਕੀਤੀ ਹੈ ਨਾ ਜਦੋਂ ਮੈਂ ਟਰਕੀ ਸੀਗਾ ਟਰਕੀ ਚ ਆਈ ਥਿੰਕ ਲੋਕੀ ਬਹੁਤ ਘੱਟ ਪੰਜਾਬੀ ਆਪਣੇ ਜਾਣਦੇ ਆ ਅ ਲੋਟ ਆਫ ਪੀਪਲ ਵਰ ਆਸਕਿੰਗ ਕਿ ਯਾ ਸੋ ਮੈਨੂੰ ਤਾਂ ਬੜਾ ਵਧੀਆ ਫੀਲ ਹੁੰਦਾ ਦੱਸਣ ਚ ਮੈਂ ਆਈਸਲੈਂਡ ਸੀਗਾ ਆਈਸਲੈਂਡ ਚ ਜਿੰਨੇ ਟੂਰਿਸਟ ਸੀਗੇ ਉਹ ਕਹਿੰਦੇ ਅਸੀਂ ਫਰਸਟ ਟਾਈਮ ਦੇਖ ਰਹੇ ਆ ਸਮਨ ਵੇਅਰਿੰਗ ਦਿਸ ਕਾਈਂਡ ਆਫ ਹੈਟ ਮੈਂ ਕਹਿੰਦਾ ਸੌਰੀ ਸਰ ਹੈਟ ਨਹੀਂ ਹੈਗੀ ਬਟ ਲਾਈਕ ਦਿਸ ਇਜ਼ ਇਟ ਕਹਿੰਦੇ ਵੀ ਵੀ ਨੇਵਰ ਸੀਨ ਐਨੀਵਨ ਵਿਸ ਤੋ ਵਦਿਆ ਹੋਰ ਪੰਜਾਬੀ ਮੁੰਡੇ ਟਰੈਵਲ ਕਰੋ ਥੋੜਾ ਆਪਣਾ ਕਲਚਰ ਹੋਰ ਦੱਸੋ ਸਾਰੇ ਪਾਸੇ ਐਂਡ ਹੋਰ ਬਿਜ਼ਨਸ ਵਧੇਗਾ ਆਪਣਾ ਜਿੰਨੇ ਜ਼ਿਆਦਾ ਲੋਕੀ ਸਾਨੂੰ ਜਾਣੋਗੇ ਉਹਨੇ ਜਗ੍ਹਾ ਦੇ ਡਿਮਾਂਡ ਵਧੇਗੀ ਤੇ ਸਾਰਾ ਹੀ ਬਿਜ਼ਨਸ ਇਕੱਠਾ ਹੀ ਵਧਦਾ ਨਾਟ ਜਸ ਕੀ ਭੰਗੜੇ ਦਾ ਵਧੇਗਾ ਸੋ ਮੋਰ ਟਰੈਵਲ ਗਾਈਸ ਟਰੈਵਲ ਮੋਰ ਭਾਜੀ ਦੇ ਅਚੀਵਮੈਂਟਸ ਦੀ ਗੱਲ ਕਰਾਂਗੇ ਲੇਕਿਨ ਲਾਈਟਿੰਗ ਗਈ ਓਕੇ ਆਓ ਸੌਰੀ ਹੈ ਮਨ ਤਾਂ ਲੱਗ ਨਹੀਂ ਰਹੀ ਨੀ ਰਲ ਗਈ ਜਾਂਦਾ ਦੇਖ ਲੈ ਦੇਖਣਾ ਮੈਂ ਦੇਖ ਕੇ ਹਾਂ ਇੱਕ ਵਾਰ ਚੈੱਕ ਕਰ ਇਧਰ ਆ ਕੇ ਚੈੱਕ ਕਰ ਮੈਂ ਦੇਖਦਾ ਰੋਲ ਹੀ ਰਹਿੰਦੀ ਕੈਮਰੇ ਚੈੱਕ ਕਰ ਗੱਬਰੂ ਦਿਹਾਈ ਤੇ ਚੈੱਕ ਕਰ ਚੈੱਕ ਕਰ ਭਾਜੀ ਸੋਹਣੇ ਬੜੇ ਲੱਗ ਰਹੇ ਤੁਸੀਂ ਤਾਂ ਐ ਥੈਂਕ ਯੂ ਭਾਜੀ ਸਹੀ ਕਰੀ ਲਾਈਟ ਜਾ ਰਹੀ ਹੈ ਹੂੰ ਸੋ ਯਾਰ ਜਸਟ ਚੈੱਕ ਕਰ ਰਹੇ ਸੀ ਲਾਈਟਿੰਗ ਅਡਾ ਵਡਾ ਵੇਸ ਆ ਰਿਹਾ ਹੁਣ ਮੇਰਾ ਕੂਲ ਆ ਨਾ ਇਹ ਹੁੰਦੇ ਆ ਅਨ ਐਡੀਟਿਡ ਕਨਵਰਸੇਸ਼ਨਸ ਕੋਈ ਪਲੈਨਿੰਗ ਨਹੀਂ ਕੁਛ ਨਹੀਂ ਐਂਡ ਸਾਡੇ ਤਾਂ ਲੋਕੇਸ਼ਨ ਹੀ ਨਹੀਂ ਪਤਾ ਸੀ ਕਿਹੜੀ ਅਸੀਂ ਪਿਕ ਕਰਨੀ ਆ ਬਣ ਮਜ਼ਾ ਆ ਰਿਹਾ ਮਜ਼ਾ ਆ ਰਿਹਾ ਯਾਰ ਮੈਨੂੰ ਜੇ ਇੰਡੋਰ ਹੁੰਦਾ ਨਾ ਸ਼ਾਇਦ ਇੰਨਾ ਮੈਂ ਤੋਂ ਇਮੋਸ਼ਨਲ ਗੱਲਾਂ ਵੀ ਨਹੀਂ ਹੁੰਦੀਆਂ ਐਂਡ ਇਟਸ ਜਸਟ ਦ ਫੀਲ ਐਂਡ ਦ ਵਾਈਬ ਥੈਟ ਆਈ ਫੀਲ ਵੈਰੀ ਕੰਫਰਟੇਬਲ ਵਿਦ ਯੂ ਸਿਟਿੰਗ ਹੇਅਰ ਥੈਂਕ ਯੂ ਥੈਂਕ ਯੂ ਸੋ ਮਚ ਐਂਡ ਮੈਂ ਕਦੇ ਵੀ ਇਹਦਾ ਸੋਚ ਕੇ ਨਹੀਂ ਆਦਾ ਹੁੰਦਾ ਮੈਨੂੰ ਤਾਂ ਹੁੰਦਾ ਕਿ ਆ ਚਿੱਲ ਰਹਿਣਾ ਮਜ਼ੇ ਕਰ ਰਹੇ ਆ ਬਟ ਤੁਸੀਂ ਉਹ ਪੁਆਇੰਟ ਸੈੱਟ ਕਰ ਦਿੱਤੇ ਮੇਰੇ ਅੱਜ ਕਿ ਮੈਨੂੰ ਪਤਾ ਨਹੀਂ ਮੈਨੂੰ ਤੁਹਾਨੂੰ ਮਿਲ ਕੇ ਲੱਗਿਆ ਵੀ ਮੈਨੂੰ ਇਹ ਕੁਐਸਚਨ ਕਰਨੇ ਚਾਹੀਦੇ ਆ ਮੈਂ ਵੀ ਮੇਰਾ ਕੋਈ ਪਲਾਨ ਨਹੀਂ ਹੁੰਦਾ ਕਿ ਮੈਂ ਲਿਸਟ ਨਹੀਂ ਬਣਾਈ ਹੁੰਦੀ ਕਦੇ ਮੇਰੇ ਕੋਲ ਫੋਨ ਨਹੀਂ ਆ ਲਿਸਟ ਨਹੀਂ ਹੁੰਦੀ ਸੋ ਇਨਕ ਤਾਂ ਚਲੋ ਪਤਾ ਲੱਗ ਜਾਂਦਾ ਵੀ ਹਰ ਇੱਕ ਦੇ ਅੰਦਰ ਨਾ ਵੀ ਅੱਛਾ ਸਕਸੈਸ ਕਿਨੂੰ ਕਰਨਿਓ ਪਹਿਲਾਂ ਤੁਸੀਂ ਵੀ ਸਕਸੀਡ ਵੀ ਸਕਸੈਸਫੁਲ ਹੋ ਉਹ ਬੰਦਾ ਉਹ ਮਨੀ ਸਕਸੈਸ ਦਿੰਦੀ ਆ ਇਨਰ ਪੀਸ ਦਿੰਦਾ ਵਾ ਵੀ ਡੈਫੀਨੇਸ਼ਨ ਕੀ ਆ ਡੈਫੀਨੇਸ਼ਨ ਆਫ ਸਕਸੈਸ ਅਕੋਰਡਿੰਗ ਟੂ ਯੂ ਇਨਰ ਪੀਸ ਪ੍ਰਾਇੋਰਟੀ ਹੋਣੀ ਚਾਹੀਦੀ ਆ ਬਟ ਇਹ ਬਹੁਤ ਲੋਕ ਭੁੱਲ ਜਾਂਦੇ ਆ ਬਹੁਤ ਲੋਕ ਭੁੱਲ ਜਾਂਦੇ ਆ ਬਹੁਤ ਲੋਕ ਪੈਸੇ ਪਿੱਛੇ ਜਾਂਦੇ ਆ ਕਿ ਪੈਸੇ ਆ ਜੂਗੇ ਅਸੀਂ ਆਹ ਕਰ ਲਾਂਗੇ ਅਸੀਂ ਉਹ ਕਰ ਲਾਂਗੇ ਲੋਕ ਇਹ ਨਹੀਂ ਸਮਝ ਪਾਉਂਦੇ ਕਿ ਜੇ ਪੈਸੇ ਆ ਰਹੇ ਆ ਨਾ ਪੈਸੇ ਬਹੁਤ ਜ਼ਿਆਦਾ ਹਾਰਡ ਵਰਕ ਕਰਕੇ ਆਉਗੇ ਹੂੰ ਪੈਸੇ ਐਦੀ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਗਾਇਜ਼ ਯਾਰ ਮੰਨ ਲਓ ਐਦੀ ਨਹੀਂ ਆਉਂਦੇ ਕਿ ਨੂੰ ਮੈਂ ਐਕਸਪਲੇਨ ਨਹੀਂ ਕਰ ਸਕਦਾ ਪੈਸੇ ਮੋਮੈਂਟ ਨਾ ਹੁੰਦੇ ਨੇ ਅੱਜ ਤਸ ਇਸ ਇੱਕ ਹਾਰਡੀ ਭਜ ਨੂੰ ਦੇਖਦੇ ਹੋ ਉਹ ਵੀ ਹਾਂ ਠੀਕ ਹੈ ਯਾਰ ਇਹ ਤਾਂ ਇੱਕ ਬਹੁਤ ਗਰੂਮਡ ਨੇ ਨਾ ਔਰ ਡਿਚਾਇਨ ਪਰ ਬਹੁਤ ਔਖੀਆਂ ਚੀਜ਼ਾਂ ਹੁੰਦੀਆਂ ਨੇ ਬਹੁਤ ਗਾਇਸ ਬਹੁਤ ਜ਼ਿਆਦਾ ਹਾਰਡ ਵਰਕ ਹੁੰਦਾ ਆ ਤੇ ਜੇ ਤੁਸੀਂ ਇਨਰ پیس ਭਾਲਦੇ ਹੋ ਨਾ ਉਹ ਜਿੰਨਾ ਜ਼ਿਆਦਾ ਹਾਰਡ ਵਰਕ ਕਰੋਗੇ ਨਾ ਉਨਾ ਜ਼ਿਆਦਾ ਇਨਰ پیس ਦੂਰ ਭੱਜਦਾ ਆ ਕਿਉਂਕਿ ਹਾਰਡ ਵਰਕ 'ਚ ਤੁਸੀਂ ਆਪਣੇ ਆਪ ਨਾਲ ਕੰਪੀਟ ਕਰ ਰਹੇ ਹੋ yes 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 ਤੁਸੀਂ ਆਪਣੇ ਆਪ ਨਾਲ ਕੰਪੀਟ ਕਰ ਰਹੇ ਹੋ ਕਿ ਮੈਂ ਆ ਅਚੀਵ ਕਰਨਾ ਮੈਂ ਆ ਅਚੀਵ ਕਰਨਾ ਮੈਂ ਕਿੱਦਾਂ ਅਚੀਵ ਕਰਨਾ ਇਹ ਕਿੱਦਾਂ ਅਚੀਵ ਕਰਾਂ ਤੇ 10 پلان ਹੋ ਗਏ 20 پلان ਹੋ ਗਏ ਪੀਸ ਕਿੱਥੇ ਗਈ ਪੀਸ ਬੜੀ ਜਾ ਕੇ ਭਾਂਡੇ 'ਚ ਪੀਸ ਗਈ ਤੂੰ ਹੈ ਹੀ ਨਹੀਂ ਪੀਸਫੁਲ ਤੂੰ ਤਾਂ ਪੈਸੇ ਪਿੱਛੇ ਬੈ ਗਿਆ ਹੁੰਦਾ ਕਈ ਵਾਰ ਮੈਨੂੰ ਇੰਨਾ ਕੀ ਤਾਂ ਪਤਾ ਜੇ ਮੈਂ ਜ਼ਿਆਦਾ ਪੈਸੇ ਕਮਾਉਣੇ ਆ ਜ਼ਿਆਦਾ ਮੇਰੇ ਗੋਲਸ ਹੈਗੇ ਆ ਵੀ ਮੈਦਰ ਟਰੈਵਲ ਕਰਨਾ ਤਾਂ ਉਹਦੇ ਲਈ ਹਾਰਡ ਵਰਕ ਜ਼ਿਆਦਾ ਕਰਨਾ ਪੈਣਾ ਫਿਰ ਬੈਲੈਂਸ ਨਹੀਂ ਹੋਣੀ ਲਾਈਫ ਪੇਰੈਂਟਸ ਨੂੰ ਟਾਈਮ ਘਟਾ ਦਿੱਤਾ ਜਾਣਾ ਹਨਾ ਪੀਸ ਤਾਂ ਕਿਤੇ ਵੀ ਨਹੀਂ ਮਿਲਦਾ ਭਾਜੀ ਚੀਜ਼ਾਂ ਖਰਾਬ ਹੁੰਦੀਆਂ 20 ਮਿੰਟ ਮਿਲਦਾ ਹੀ ਨਹੀਂ ਕਿਤੇ ਉਹ ਸਾਨੂੰ ਨਾ ਐਦਾਂ ਦੇ ਸਰਕਲ ਚ ਰੱਬ ਨੇ ਪਾਇਆ ਵਾ ਕਿ ਤੁਸੀਂ ਭੱਜੀ ਜਾਓ ਜੋ ਕਰਨਾ ਕਰੀ ਜਾਓ ਐਂਡਸ ਤੇ ਤੁਸੀਂ ਆਣਾ ਉੱਥੇ ਹੀ ਆ ਅੱਛਾ ਤੁਸੀਂ ਕਿਹੜੇ ਕਿਹੜੇ ਆਰਟਿਸਟ ਨਾਲ ਕੰਮ ਕੀਤਾ ਹੋਇਆ ਪੋਲੀਵੁੱਡ ਬੋਲੀਵੁੱਡ ਜਾਂ ਕਿਤੇ ਵੀ ਬਾਲੀਵੁੱਡ ਵਿੱਚ ਅਸੀਂ ਸ਼ਾਹਰੁਖ ਖਾਨ ਦੀ ਮੂਵੀ ਹੈਪੀ ਨਿਊ ਈਅਰ ਵਿੱਚ ਫੀਚਰ ਕੀਤਾ ਸੀਗਾ ਸੋ ਫਰਾ ਖਾਨ ਮੈਮ ਨਾਲ ਉਹਦੋਂ ਕੰਮ ਕੀਤਾ ਸੀ ਅੰਦੀਪਿਕਾ ਨਾਲ ਅੱਛਾ ਯਾ ਸੋ ਸਾਡਾ ਇੱਕ 30 ਸੈਕਿੰਡ ਦਾ ਰੋਲ ਸੀਗਾ ਅਸੀਂ ਭੰਗੜਾ ਪਰਫਾਰਮੈਂਸ ਕੀਤੀ ਸੀ ਇੱਕ ਦੀਪਿਕਾ ਦੇ ਬੈਕਗ੍ਰਾਉਂਡ ਸ਼ੂਟ ਕਿੱਥੇ ਸੀ ਇਹ ਦੁਬਈ ਚ ਹੋਇਆ ਸੀ ਸ਼ੂਟ ਓਕੇ ਤੇ ਕਾਫੀ ਸਾਲ ਹੋ ਗਏ ਉਦੋਂ ਦੀ ਓਕੇ ਯੈਸ ਉਹ ਇੱਕੋ ਹੀ ਸਾਡਾ ਬਾਲੀਵੁੱਡ ਪ੍ਰੋਜੈਕਟ ਹੈ ਰਿਲੀਜ਼ ਹੋਇਆ ਦੂਜਾ ਹੈ ਤੱਕ ਹੋਇਆ ਨਹੀਂ ਰਿਲੀਜ਼ ਉਹ ਲਾਸਟ ਈਅਰ ਹੀ ਸ਼ੂਟ ਹੋਇਆ ਸੀਗਾ ਐਂਡ ਦੈਨ ਪੰਜਾਬੀ 뮤직 ਵੀਡੀਓਜ਼ ਵਿੱਚ ਕਾਫੀ ਕੀਤਾ ਹੈ ਕੰਮ ਸਟਾਰਟਿੰਗ ਵਿਦ ਸ਼ਿਵਜੋਤ ਭਾਜੀ ਉਹਨਾਂ ਨਾਲ ਸਭ ਤੋਂ ਫਰਸਟ ਸੀਗਾ ਕੰਮ ਫਿਰ ਅਸੀਂ ਬਾਜ ਗੁਰਨਾਮ ਭਾਈ ਨਾਲ ਵੀ ਕੀਤਾ ਆ ਦੈਨ ਗੋਪਸ ਭਾਈ ਨਾਲ ਐਂਡ ਦੈਨ ਅ ਲੋਟ ਅ ਲੋਟ ਆਫ ਆਰਟਿਸਟ ਨਾਲ ਰਹੇ ਆ ਇਨ ਦੁਬਈ ਐਂਡ ਦੈਨ ਸਟੇਜ ਪਰਫਾਰਮੈਂਸਸ ਦਾ ਬਹੁਤ ਆਰਟਿਸਟ ਨਾਲ ਕੀਤੀਆਂ ਕਰਨ ਔਜਲਾ ਭਾਜੀ ਐਮੀ ਵਰਕ ਦਿਲਜੀਤ एवरीवन ओके यू हैव दैट फुटेज यस मैं प्ले करूंगा ना yes, ना सब कुछ है मन्नू शेयर करयो सो गाइस पॉडकास्ट कंटिन्यू ਕਰਾਂਗੇ ਆਪਾਂ ਲੋਕੇਸ਼ਨ ਚੇਂਜ ਕਰ ਰਹੇ ਆ ਕਿਉਂਕਿ ਇੱਥੇ ਵੈਸੇ ਵਾਈਬ ਤਾਂ ਬਹੁਤ ਸੋਹਣੀ ਆ ਰਹੀ ਹੈ ਇੱਥੇ ਬਟ ਮੈਂ ਵੀ ਚਾਹਨਾ ਤੁਸੀਂ ਵੀ ਸਾਨੂੰ ਅੱਛੇ ਸਾਡੇ ਐਕਸਪ੍ਰੈਸ਼ਨ ਤੁਹਾਨੂੰ ਦਿਖਣ ਤੇ ਜਿੰਨੇ ਇੱਥੇ ਤੱਕ ਪੌਡਕਾਸਟ ਦੇਖ ਰਹੇ ਯਾਰ ਜ਼ਰੂਰ ਕਮੈਂਟ ਕਰਦੇ ਹੋ ਵੀ ਇੱਥੇ ਤੱਕ ਦੇਖ ਲਿਆ ਸੀ ਸੋ ਤੁਸੀਂ ਬਹੁਤ ਪੇਸ਼ੈਂਸ ਵਾਲੇ ਹੋ ਵੀ ਸਾਨੂੰ ਸੁਣਿਆ ਹਨਾ ਭਾਜੀ ਨੂੰ ਸੁਣਿਆ ਤੁਸੀਂ ਵੀ ਉਹਨਾਂ ਦੀਆਂ ਗੱਲਾਂ ਸੁਣੀਆਂ ਬਹੁਤ ਅਸੀਂ ਬlesed ਆ ਵੀ ਤੁਸੀਂ ਸੁਣਦੇ ਹੋ ਸਾਨੂੰ ਤੇ ਬਾਕੀ ਨੈਕਸਟ ਲੋਕੇਸ਼ਨ ਤੇ ਮਿਲਦੇ ਆਂ ਦੁਬਈ ਦਾ ਤੁਹਾਨੂੰ ਕਿਹੜਾ ਹਿੱਸਾ ਜ਼ਿਆਦਾ ਵਧੀਆ ਲੱਗਦਾ ਕਿਹੜਾ ਏਰੀਆ ਐਦਾਂ ਦਾ ਏਰੀਆ ਪਹਾੜਿਆਂ ਵਾਲਾ ਪਹਾੜਿਆਂ ਕਿਸੇ ਨੂੰ ਮਾਈਟ ਵੀ ਪਤਾ ਹੀ ਨਾ ਹੋਵੇ ਦੁਬਈ ਜਿੱਦਾਂ ਦੇਰੀਆ ਹੈ ਨਾ ਬਹੁਤ ਕੱਟ ਐਂਡ ਕੁਝ ਇੱਥੇ ਦੇ ਜਿਹੜੀ ਖਾਣੇ ਦੀਆਂ ਆਈਟਮਸ ਆ ਜਿੱਦਾਂ ਫਲਾਫਲ ਸੈਂਡਵਿਚਸ ਆਈ ਥਿੰਕ ਤੁਸੀਂ ਖਾਦਾ ਹੋਵੇਗਾ ਨਹੀਂ ਕਿ ਤੋਗਾ ਟਰਾਈ ਇੱਥੇ ਦਾ ਮੇਨ ਹੈ ਬਟ ਉਹ ਵੀ ਨਾ ਕੋਈ ਕੁਝ ਕੁਝ ਜਗ੍ਹਾ ਤੇ ਵਧੀਆ ਮਿਲਦਾ ਸੋ ਉਹ ਜਿਹੜੀਆਂ ਡਿਸਕਵਰਡ ਸ਼ਾਪਸ ਆ ਉਹਨਾਂ ਤੋਂ ਜਾ ਕੇ ਵਧੀਆ ਲੱਗਦਾ ਵਾ ਲਾਈਟ ਤੁਹਾਡੇ ਇੱਕ ਫੇਸ ਤੇ ਪੈ ਰਹੀ ਇੱਕ ਨਹੀਂ ਮੇਰੇ ਵੀ ਇਦਾਂ ਹੀ ਹੋ ਰਿਹਾ ਹੈ ਇਦਾਂ ਦਿਖ ਰਹੀ ਹੈ ਲਾਈਟ ਸਟਿਲ సినెమాటిక్ ਜਾ ਹੋ ਰਿਹਾ ਠੀਕ ਆ ਅੱਛਾ ਬੜਾ ਹੁਣ ਰੋਮਾਂਟਿਕ ਜਾ ਹੋ ਗਿਆ ਕੰਮ ਆਪਾਂ ਚਲੋ ਤਾਂ ਮੈਨੂੰ ਯਾਦ ਆਇਆ ਮੈਨੂੰ ਪਤਾ ਨਹੀਂ ਲੱਗਦਾ ਵੀ ਆ ਕੀ ਆ ਮੈਨੂੰ ਇਦਾਂ ਲੱਗਦਾ ਵੀ ਤੁਹਾਡਾ ਭੂਂਡ ਭੂਂਡਾ ਭੂਂਡਾ ਇਹ ਹੋਰ ਕੁਝ ਤਾਂ ਨਹੀਂ ਹੋ ਕਿਹੜੀ ਹੁੰਦੀ ਚਮਗਦਰ ਨਾ ਨਾ ਉਹ ਨਹੀਂ ਉਹ ਤਾਂ ਗਾਇਡ ਬੈਗ ਹੁੰਦੀਆ ਤੇ ਉਹ ਦੁਬਈ ਚ ਨਹੀਂ ਹੈਗੇ ਆ ਚਮਗਾਦੜਾ ਨੋ 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 ਬੈਟਸ ਨਹੀਂ ਹੈਗੇ ਤੇ ਉਹ ਬਹੁਤ ਹੀ ਇਨ ਮਾਊਂਟਨਸ ਦੇ ਨੇੜੇ ਜਾ ਕੇ ਇੱਥੇ ਦੇਖਨੇ ਆ ਅੱਛਾ ਇਹਦਾ ਪਬਲੀਕਲੀ ਨਾ ਓਕੇ ਸੋ ਇੱਥੇ ਮੈਂ ਉਹ ਦੇਖਿਆ ਕਿੱਥੋਂ ਰੋਮਾਂਟਸ ਤੋਂ ਕਿੱਥੇ ਚਮਗਾਦੜਾ ਤੱਕ ਪਹੁੰਚ ਗਿਆ ਲੈ ਆਪਣਾ ਇਦੀ ਫਲੋ ਇਦਾਂ ਹੀ ਆ ਜੱਟ ਸੇਵਿਆਂ ਚ ਲੰਘਿਆ ਚੁੜੇਲ ਟੱਕਰੀ ਮੈਂ ਪੁੱਛਣ ਲੱਗਾ ਸੀ ਇੱਥੇ ਵਾਈਟ ਟਾਈਗਰਜ਼ ਉਹ ਹੈਗੇ ਨੇ ਨਾ ਇੱਥੇ ਯੈਸ ਹੈਗੇ ਕਾਫੀ ਲਾਈਕ ਸ਼ੇਕਸ ਨੇ ਆਪਣੇ ਪ੍ਰਾਈਵੇਟ ਫਾਰਮਸ ਵਿੱਚ ਰੱਖੇ ਹੋਇਆ ਤੋ ਹੈਗੇ ਆ ਓਕੇ ਅੱਛਾ ਤੁਸੀਂ ਮੈਨੂੰ ਦੱਸਿਆ ਸੀ ਸੱਚ ਤੁਸੀਂ ਵੈਜੀਟੇਰੀਅਨ ਹੋ ਨਾ ਹਾਂਜੀ ਦੁਬਈ ਚ ਰਹਿ ਕੇ ਤੁਸੀਂ ਵੈਜੀਟੇਰੀਅਨ ਹੋ ਯਾ ਮਮ ਡਾਡ ਵੈਜੀਟੇਰੀਅਨ ਰਹਿ ਸ਼ੁਰੂ ਤੋਂ ਤਾਂ ਕਦੇ ਖਾਣ ਦਾ ਮਨ ਹੀ ਨਹੀਂ ਕੀਤਾ ਆਦਤ ਹੀ ਨਹੀਂ ਪਈ ਤੇ ਅਦਾ ਕਦੇ ਫੀਲ ਵੀ ਨਹੀਂ ਹੋਇਆ ਕਿ ਖਾਣਾ ਹੈ ਦੁਬਈ ਵਿੱਚ 99% ਕਹਿੰਦੇ ਨਾ ਵੀ ਨਾਨ ਵੈਜੀਟੇਰੀਅਨ ਲੋਕ ਨੇ ਵੈਜੀਟੇਰੀਅਨ ਰੈਸਟੋਰੈਂਟਸ ਹੈਗੇ ਨੇ ਟੂਰਿਸਟ ਜਾ ਕੇ ਖਾਂਦੇ ਨੇ ਜ਼ਿਆਦਾ ਇੱਥੋਂ ਦੇ ਮੇਰੇ ਸਾਹਮਣੇ ਹੈ ਨਹੀਂ ਕੋਈ ਇਤੋਂ ਦੇ ਲਾਈਕ ਉਹਨਾਂ ਦਾ ਫੂਡ ਆਬਵੀਅਸਲੀ ਇਹਨਾਂ वेजिटेरियन ਨਹੀਂ ਹੈਗਾ ਬਟ ਹੋਂ ਤੱਕ ਕਾਫੀ ਜਿੱਦਾਂ ਲੋਕ ਵੀਗਨ ਵੀ ਹੋਈ ਜਾ ਰਹੇ ਆ ਨਾ ਡਰ ਦਹੀਂ ਖਾ ਤਾਂ ਜਦ ਭੂੰਡ ਜਾਵੇ ਤਾਂ ਕੁਛ ਨਹੀਂ ਉਦਾਂ ਹੀ ਉਹ ਯਾਰ ਕਰ ਲੰਦੇ ਪੋਡਕਾਸਟ ਚਲ ਕਰੀ ਜਾਂਦੇ ਨੂੰ ਕੋਈ ਗੱਲ ਨਹੀਂ ਬਟਰਫਲਾਈਸ ਯੈਸ ਬਟਰਫਲਾਈ ਅੱਛਾ ਵੀਰੇ ਮੈਨੂੰ ਤੁਹਾਨੂੰ ਦੇਖ ਕੇ ਲੱਗਦਾ ਵੀ ਤੁਹਾਡਾ ਪ੍ਰੇਮ ਵਿਆਹ ਵਾ ਤੁਹਾਡੀ ਲਵ ਮੈਰिज ਹੋਈ ਆ ਵੀ ਸਹੀ ਆ ਇਹ ਯੈਸ ਟੋਟਲੀ ਰਾਈਟ ਤੇ ਕਿਦਾਂ ਆਪਾਂ ਗੱਲ ਕਰ ਸਕਦੇ ਆ ਤੇ ਬਾਰੇ ਯੈਸ ਯਾਹ ਮੇਰਾ ਪੂਰਾ ਮੇਰੀ ਲਵ ਪ੍ਰੋਫਾਈਲ ਪਬਲਿਕ ਹੈ ਇਟਸ 올 ਆਫ देयर ਹਾਂ ਕਿਦਾਂ ਸਟਾਰਟ ਹੋਇਆ ਕਦੋਂ ਮਿਲੇ ਤੁਸੀਂ ਭਾਬੀ ਜੀ ਨੂੰ ਸੋ ਐਸ ਯੂ نو ਕਿ ਮੇਰੀ ਪੰਗਰਾ ਟੀਮ ਹੈ ਹਾਂਜੀ ਹੈ ਨਾ ਤਾਂ ਸਾਰਾ ਮੇਰੀ ਵਾਈਫ ਦਾ ਨਾਮ ਹੈ ਤੇ 2017 ਦੇ ਵਿੱਚ ਅਸੀਂ ਆਡੀਸ਼ਨਸ ਰੱਖੇ ਸੀਗੇ ਤੇ ਉਹ ਮੇਰੀ ਟੀਮ ਨੂੰ ਜੁਆਇਨ ਕਰਨ ਵਾਸਤੇ ਆਏ ਸੀਗੇ ਆਡੀਸ਼ਨ ਦੇ ਤੇ ਬਸ ਫਿਰ ਉੱਥੇ ਆਡੀਸ਼ਨਸ ਤੇ ਮਿਲਿਆ ਮੈਂ ਉਹਨਾਂ ਨੂੰ ਫਸਟ ਟਾਈਮ ਫਿਰ ਉਸ ਤੋਂ ਬਾਅਦ ਲੇਕ ਇੱਕ ਨੈਚੁਰਲੀ ਨਾ ਲਾਈਕ ਮੇਰਾ ਮਨ ਸੀਗਾ ਕਿ ਮੈਂ ਇਹਨਾਂ ਨਾਲ ਹੋਰ ਗੱਲ ਕਰਾਂ ਐਂਡ ਲਾਈਕ ਨਾਟ ਜਸਟ ਕਿ ਗੈਟਿੰਗ ਟੂ ਨੋ ਐਜ਼ ਅ ਟੀਮ ਮੈਂਬਰ ਕਿਉਂਕਿ ਮੇਰੀ ਆਦਤ ਹੈ ਕਿ ਮੈਂ ਹਰ ਇੱਕ ਟੀਮ ਮੈਂਬਰ ਨੂੰ ਕਾਫੀਟੇਬਲ ਰੱਖਦਾ ਬਟ ਮੇਰਾ ਮਨ ਸੀ ਕਿ ਮੈਂ ਥੋੜਾ ਉਹਨੂੰ ਜ਼ਿਆਦਾ ਮਿਲਾਂ ਮੈਨੂੰ ਉਹਨਾਂ ਨਾਲ ਬੈਠਣਾ ਵਧੀਆ ਲੱਗਦਾ ਸੀ ਗੱਲ ਕਰਨੀ ਵਧੀਆ ਲੱਗਦੀ ਸੀ ਐਂਡ ਲਾਈਕ ਉਹ ਵੀ ਪ੍ਰੋਪਰ ਠੇੜ ਪੰਜਾਬਣਾ ਮੇਰੇ ਵਾਂਗੂ ਬਟ ਬਠਿੰਡੇ ਤੋਂ ਆ আচ্ছা ਯੈਸ ਤੇ ਉਹਨਾਂ ਦਾ ਗੱਲਾਂ ਕਰਨ ਸੇ ਮੈਨੂੰ ਫਿਰ ਪਤਾ ਚੱਲਿਆ ਕਿ ਉਨਨੂੰ ਵੀ ਪੰਜਾਬੀ ਕਲਚਰ ਦੀ ਬਹੁਤ ਜ਼ਿਆਦਾ ਨੌਲੇਜ ਆ ਓਕੇ ਐਂਡ ਉਹ ਲਾਈਕ ਪੰਜਾਬੀ ਕਲਚਰ ਦੀ ਨੌਲੇਜ ਹੋਣ ਕਰਕੇ ਦੈਨ ਆਲਸੋ ਡਿਸਕਵਰਡ ਕਿਉਂਕਿ ਬਹੁਤ ਹੀ ਵਧੀਆ ਗਿੱਧਾ ਪਰਫਾਰਮਰ ਵੀ ਆ ਓਕੇ ਕਾਲਜ ਟਾਈਮ ਤੇਰੇ ਫਿਰ ਕਿਉਂ ਹੈ ਨਾ ਇੰਟਰਸਟ ਮਿਲ ਗਿਆ ਐਂਡ ਇੰਟਰਸਟ ਮੈਚ ਹੋਣ ਕਰਕੇ ਦੈਨ ਵੀ ਵਰ ਏਬਲ ਟੂ ਲਾਈਕ ਟਾਕ ਮੋਰ ਅਬਾਊਟ ਇਟ ਤੇ ਫਿਰ ਅਦੀ ਕਰਦੇ ਕਰਦੇ ਫੀਲ ਹੋਇਆ ਕਿ ਲਾਈਕ ਸ਼ੀ ਇਜ਼ ਦ ਵਨ ਐਂਡ ਦੈਨ ਆਈ ਥਿੰਕ ਵਿਦਿਨ 4-5 ਮੰਥਸ ਮੈਨੂੰ ਪ੍ਰੋਪੋਜ਼ ਕਰਤਾ ਸੀਗਾ ਵਿਆਹ ਵਾਸਤੇ Hmm. कि यू आर द वन एंड ओनली प्रपोज भी पंगड़ा पाए कीता सिगा अच्छा जर्मनी च म्यूनिख च सेंटर ऑडियंस च लाइक स्पीकर uh, लागे परफॉर्म कीता एंड देन एंड ते मैक रिंग uh, देख अराउंड प्रपोज कीता सी देयर इज अ वीडियो ऑफ दैट ओके यस क्या बात है यार सो रोमांटिक कितने साल हो गए मैरिज नु फॉर इयर्स 4 इयर्स हो गए हां जी हैप्पीली फॉर इयर्स यस हैप्पीली वेरी हैप्पीली ਪਤਾ ਨਹੀਂ ਮੈਂ ਤੂੰ ਕੀ ਕਹਾਣਾ ਚਾਹਦਾ ਆ ਬੰਦਾ ਠੀਕ ਨਹੀਂ ਹੈਗਾ ਸਾਰਾ ਠੀਕ ਹੈ ਅੱਛਾ ਤੁਸੀਂ ਮਿਲੇ ਮਤਲਬ ਐਗਰੀ ਹੋਗੇ ਸੀ ਪੇਰੈਂਟਸ ਵੀ ਹਾਂ ਸਾਰਾ ਨੂਟ ਸਿਕਾ ਡਾਰਕ ਕੀ ਉਹ ਬਹੁਤ ਮੋਟਾ ਸੀ ਯਾਰ ਇਹ ਸਾਨੂੰ ਨਹੀਂ ਕਰਨ ਦੇ ਰਿਹਾ ਪੋਡਕਾਸਟ ਮੈਂ ਆ ਦੇ ਲੜ ਲੁੜਨਾ ਜਾਵੇ ਇੱਥੇ ਹੋਰ ਕੁਝ ਮੈਂ ਕਹਿੰਦਾ ਹੁ ਹੋ ਹੀ ਜਾਵੇ ਨਹੀਂ ਨਹੀਂ ਯਾਰ ਮੇਰੇ ਆ ਵੀ ਤੁਹਾਡੇ ਕੋਲ ਰਿਹਾ ਅਮੇਸ਼ ਬਲੈਕ ਪਾਇਆ ਪਤਾ ਨਹੀਂ ਕੀ ਮਨ ਮੇਰੇ ਕੋਲ ਕਿਉਂ ਆ ਰਿਹਾ ਅੱਛਾ ਕੰਟੀਨਿਊ ਪੇਰੈਂਟਸ ਮੰਨ ਗਏ ਸੀ ਯਾ ਸੋ ਮੈਨੂੰ ਤਾਂ ਸੀਗਾ ਕਿ ਮਮ ਡੈਡ ਨੂੰ ਮੈਂ ਜਿੱਦਾਂ ਕਹਣਾ ਉਹਨਾਂ ਨੇ ਉਹ ਤਾਂ ਖੁਸ਼ ਹੋਣੇ ਹੈ ਕਿ ਪੰਜਾਬੀ ਕੁੜੀ ਨਾਲ ਵਿਆਹ ਕੀਤਾ ਮੈਨੂੰ ਤਾਂ ਲੱਗਦਾ ਸ਼ਾਇਦ ਇਹ ਹੀ ਹੋਣੀ ਹੋਗਾ ਇੱਥੇ ਸ਼ਾਇਦ ਅਰੇਬੀਅਨ ਨਾਲ ਆਵੇ ਨਾ ਕੋ ਗੋਰੀ ਨਾਲ ਆਵੇ ਜਾਂ ਕਿ ਹਰਪਣ ਨਾਲ ਆਵੇ ਬੜਿਆ ਲਾਈਕ ਆਈ ਥਿੰਕ ਮੈਨੂੰ ਤਾਂ ਇਹ ਸੀਗਾ ਕਿ ਮਮ ਡੈਡ ਬਹੁਤ ਖੁਸ਼ ਹੋਣੇ ਹੈ ਕਿ ਐਂਡ ਪਲੱਸ ਸਾਰਾ ਇਜ਼ ਅ ਵੈਰੀ ਲਾਈਕ very like jisdam area aata na mom dad na rehna family ch rehna oddan di aadat hai she is perfect very beautiful very understanding nature to and then profession wise also she is very smart and both uh, outgoing at that way to yeah and then sanu se ka ki shayad sara de mom dad thoda difficulty den ya jo bhi atta but nahi oh bhi bo khosh se ka ki saadi kuddi na sardar munda labbe kya baat hai to it worked that way अच्छा वैलेंटाइन वीक चलता कोई रिलेशनशिप एडवाइस देना चाहो भाई कुछ भी भाई जो तुम फेस किया अप डाउन आए होने वैलेंटाइन से पहले पा दूंगे ए... मैं एडवाइस पुरानी नहीं गांडी फिर मेरी आज कितनी डेट है थर्टीन कल तो फोर्टीन है एड्डी जल्दी चल, <दे। laughs> चल वैसे वैलेंटाइन वीक च शूट कर दे पे एक दो दिन तक पॉडकास्ट आ वैसे भी लाइफ टाइम ही वैलेंटाइन चलता रहता है लाइफ थानू मैं एडवाइस दे सकता कि व्हेन यू गेट टू नो अ पार्टनर మేక్ ష్యూర్ కి ਤੁਸੀਂ ਉਹਨਾਂ ਨੂੰ ਆਪਣੀ ਪ੍ਰਾਇੋਰਟੀ ਬਣਾ ਲਓ ਲਾਈਫ ਵਿੱਚ ਐਂਡ ਬਾਕੀ ਸਾਰੀ ਚੀਜ਼ਾਂ ਸੈਕੰਡ 3rd 4th ਹੋ ਸਕਦੀਆਂ ਕਿਉਂਕਿ ਇੱਕ ਪਾਰਟਨਰ ਆ ਜੋ ਤੁਹਾਡੇ ਨਾਲ ਨੈਕਸਟ ਤੁਹਾਡੇ ਨੈਕਸਟ ਲਾਈਫ ਦੇ ਸਫਰ ਲਈ ਹਮੇਸ਼ਾ ਲਈ ਰਹੇਗਾ ਜੇ ਤੁਸੀਂ ਉਹਨਾਂ ਨੂੰ ਹੀ ਇੰਬੈਲੈਂਸ ਕਰੋਗੇ ਆਪਣੀ ਹੋਰ ਚੀਜ਼ਾਂ ਨੂੰ ਜ਼ਿਆਦਾ ਇੰਪੋਰਟੈਂਸ ਦੇਵੋਗੇ ਥੈਨ ਯੂ ਆਰ ਨਾਟ ਬੀਂਗ ਫੇਅਰ ਐਂਡ ਆਈ ਥਿੰਕ ਫੇਅਰ ਐਂਡ ਆਮ ਬਹੁਤ ਜ਼ਰੂਰੀ ਆ ਇਨ ਅ ਰਿਲੇਸ਼ਨ ਹਮ ਸਪਿਰਚੁਅਲਨ ਤੁਸੀਂ ਯੈਸ ਨਹੀਂ ਮੰਨਦੇ ਹੋ ਵੈਸੇ ਤੁਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀ ਕੋਈ ਡਿਵਾਈਨ એનર્ਜੀ ਵੀ ਕੁਛ ਤਾਂ ਹੈ ਮੈਂ ਆਈ ਥਿੰਕ ਜਦੋਂ ਮਮ ਡੈਡ ਨੇ ਕਾਫੀ ਪ੍ਰੇਅਰਸ ਨਾਲ ਮੈਨੂੰ ਮੰਗਿਆ ਹੈ ਨਾ ਤਾਂ ਫਿਰ ਕਿ ਬਲੇਸਿੰਗਸ ਵਾਂਗੂ ਜਦੋਂ ਮੈਂ ਹੋਇਆ ਤੇ ਉਹ ਫਿਰ ਉਹ ਰੱਬ ਵੱਲੋਂ ਇਟ ਹੈਜ਼ ਆਲਵੇਸ ਕੈਪਟ ਮੀ ਕਨੈਕਟਡ that way ਮੈਂ ਮੇਬੀ ਸ਼ਾਇਦ ਗੁਰਦੁਆਰਾ ਇੰਨਾ ਨਹੀਂ ਵਿਜ਼ਿਟ ਕਰਦਾ ਬਟ ਮੈਨੂੰ ਇਦਾਂ ਹੁੰਦਾ ਕਿ ਮੈਂ ਜਦੋਂ ਉੱਠਦਾ ਆਂ ਚੱਲਦਾ ਫਿਰਦਾ ਆਂ ਆਈ ਆ ਡੂ ਪ੍ਰੇ ਅ ਲੋਟ ਗੋਡ ਇਜ਼ ਆਲਵੇਜ਼ ਔਨ ਮਾਈਂਡ ਐਂਡ THEN ਦੋ ਤਿੰਨ ਚੀਜ਼ਾਂ ਜਿਹਦਾ ਆਪਣੇ ਗੁਰੂਆਂ ਦੀ ਟੀਚਿੰਗ ਹੈ ਕਿ ਕਿਸੇ ਨਾਲ ਗਲਤ ਨਹੀਂ ਕਰਨਾ ਤੇ ਝੂਠ ਨਹੀਂ ਬੋਲਣਾ ਇਹ ਚੀਜ਼ਾਂ ਰੋਜ਼ ਹਮੇਸ਼ਾ ਦਿਮਾਗ 'ਚ ਰੱਖੀਦੀਆਂ ਐਂਡ ਆਈ ਥਿੰਕ ਇਹ ਚੀਜ਼ਾਂ ਕਰਕੇ ਇੱਥੇ ਤੱਕ ਪਹੁੰਚੇ ਆਂ ਹਮ ਓਕੇ ਬਾਜੀ ਜਿੰਨਾ ਕ ਮੈਂ ਜਾਣ ਪਾਇਆ ਕਿ ਲਾਈਕ ਤੁਸੀਂ ਹਜੇ ਸਮਝ ਨਹੀਂ ਮੈਂ ਗਰੋ ਕਰ ਰਿਹਾ ਤੁਹਾਡੇ ਗੋਲਸ ਕਲੀਅਰ ਨੇ ਹੁਣ ਤੁਹਾਡੇ ਲਾਈਫ ਚ ਕੀ ਕਰਨਾ ਵੈਸੇ yes ਗੋਲਸ ਕਲੀਅਰ ਆ ਕਿ ਕਰਨਾ ਭੰਗੜਾ ਹੀ ਆ ਤੇ ਐਸ ਇਨ ਇੱਕ ਪੰਜਾਬੀ ਆਰਟਿਸਟ ਜ਼ਰੂਰ ਬਣਨਾ ਹੈ ਜਿਹਦਾ ਪ੍ਰਾਈਮ ਭੰਗੜਾ ਹੋਵੇ ਐਂਡ ਦੈਨ ਬਾਕੀ ਐਵੇਨਿਊਜ਼ ਵੀ ਹੋ ਸਕਦੇ ਆ ਐਕਟਿੰਗ ਇਨਫਲੂਐਂਸਿੰਗ ਟਰੈਵਲਿੰਗ ਯਾ ਬਟ ਭੰਗੜੇ ਨੂੰ ਕਿੱਥੇ ਤੱਕ ਦੇਖਦੇ ਹੋ ਤੁਸੀਂ ਲਾਈਕ ਕਿਦਾਂ ਮੇਰਾ ਲਾਈਕ ਇੱਕ ਜ਼ਰੂਰ ਸੁਪਨਾ ਹੈਗਾ ਐਂਡ ਆਲ ਬੀ ਵੈਰੀ ਗ੍ਰੇਟਫੁਲ ਜੇ ਉਹ ਸੁਪਨੇ ਦਾ ਮੈਂ ਵੀ ਪਾਰਟ ਹੋ ਸਕਾਂ ਜਿਵੇਂ ਨਾ ਵੀ ਹੋਆ ਮੈਂ ਖੁਸ਼ ਫਿਰ ਵੀ ਹੋਊਂਗਾ ਕਿ ਇਹ ਚੀਜ਼ ਹੋਈ ਆ ਪੂਰੀ ਹਾਲੀਵੁੱਡ ਵਿੱਚ ਨਾ ਜਿਹੜੀ ਇੰਗਲਿਸ਼ ਡਾਂਸ ਮੂਵੀਜ਼ ਬਣਦੀਆਂ ਹਨ ਲਾਈਕ ਸਟੈਪ ਅਪ ਐਂਡ ਇਸ ਬੇਸਡ ਮੂਵੀਜ਼ ਇਹ ਮੂਵੀਜ਼ ਵਿੱਚ ਹਮੇਸ਼ਾ ਦੇ ਸ਼ੋ ਆਲ ਡਾਂਸ ਫਾਰਮਸ ਉਹ ਖੁਦ ਕਰਦੇ ਕੰਪੀਟ ਕਰਦੇ ਅੱਛ ਕਦੇ ਮੈਂ ਪੰਗੜਾ ਨਹੀਂ ਦੇਖਿਆ ਨਾ ਇਹ ਊਡ ਵਾਂਟ ਟੂ ਸੀ ਥੈਟ देयर ਐਂਡ ਉਹ ਇੱਕ ਬਹੁਤ ਹੀ ਗਲੋਬਲ ਆਡੀਅנס ਤੱਕ ਰੀਚ ਹੋ ਗਈ ਉਸ ਚੀਜ਼ ਦੀ ਆਈ ਥਿੰਕ ਆਲਰੇਡੀ ਦਿਲਜੀਤ ਭਾਈ ਨੇ ਤਾਂ ਬਹੁਤ ਰਾਸਤੇ ਕਲੀਅਰ ਕਰ ਦਿੱਤੇ ਆ ਬਹੁਤ ਆਰਟਿਸਟ ਵਾਸਤੇ ਉਹ ਜਿੱਥੇ ਤੱਕ ਪਹੁੰਚ ਗਿਆ ਨਾ ਕਿ ਹੁਣ ਅ ਦਿਲਜੀਤ ਭਾਈ ਤੋਂ ਪਹਿਲਾਂ ਆਈ ਊਡ ਸੇ ਕਿ ਜਦੋਂ ਪੰਜਾਬੀ ਐਮਸੀ ਦਾ Song ਸੀ ਮੁੰਡਿਆਂ ਤੋਂ ਬਚ ਕੇ ਰਹੀ ਉਹਨਾਂ ਨੇ ਅੱਜ ਤੱਕ ਉਹ ਗਾਣਾ ਚੱਲਦਾ ਹੈ ਐਂਡ ਆਫਟਰ ਦੈਟ ਦਿਲਜੀਤ ਭਾਜੀ ਹੈਜ਼ ਡਨ ਥਿਸ ਐਂਡ ਦੈਨ ਆ ਹੋਪ ਥਿਸ ਇਜ਼ ਦ ਨੈਕਸਟ ਸਟੈਪ ਥੈਟ ਵੀ ਗੈਟ ਇਨਟੂ their circle into their movies ਐਂਡ ਵੀ ਇਨਫਲੂਐਂਸ ਦੈਟ ਐਜ਼ ਵੈਲ ਕਰ ਲੋਂਗੇ ਆਈ ਗੈਸ ਭਾਜੀ ਜਲਦੀ ਇਨਸ਼ਾਅੱਲਾ ਵੀ ਤੁਸੀਂ ਇਨਸ਼ਾਅੱਲਾ ਦੁਬਈ ਚ ਰਹਿ ਕੇ ਨਿਕਲਦੇ ਰੀਜ਼ਾ ਕਿਉਂਕਿ ਮੈਂ ਦੋ ਤਿੰਨ ਪੋਡਕਾਸਟ ਸ਼ਹਿ ਮਿਲੇ ਆ ਪਠਾਨ ਨੂੰ ਸ਼ੇਖ ਤੇ ਮੈਨੂੰ ਲੱਗਦਾ ਵੀ ਅਪਕਮਿੰਗ ਆਈ ਗੈਸ ਵੀ ਅੱਛਾ ਕੋਈ ਪ੍ਰੋਜੈਕਟ ਹੋਣਾ ਚਾਹੀਦਾ ਵਾ ਹਾਲੀਵੁੱਡ ਦਾ ਆਈ ਗੈਸ ਵੀ ਸ਼ਾਇਦ ਹੋਰ ਰੀਚ ਕਰ ਲਣ ਤੁਹਾਨੂੰ ਜਾਂ ਤੁਸੀਂ ਕਿਸੇ ਸਾਹਬ ਨਾਲ ਮੈਨੂੰ ਲੱਗਦਾ ਵੀ ਜਿਹੜੀ ਚੀਜ਼ ਤੁਸੀਂ ਦਿਲੋਂ ਚਾਹੁੰਦੇ ਹੋ ਹੋ ਜਾਂਦੀ ਆ ਪੂਰੀ ਯੈਸ ਹੈ ਨਾ ਕਿਉਂਕਿ ਇਹ ਵੀ ਕਹਿੰਦੇ ਹੁੰਦੇ ਕਿ ਜਿਹੜੀ ਚੀਜ਼ ਦਿਲੋਂ ਚਾਹੁੰਦੇ ਹਨ ਉਹਨੂੰ ਦੱਸੀਦਾ ਨਹੀਂ ਹੁੰਦਾ ਹੈਗਾ ਉਹਨੂੰ ਦਿਲ 'ਚ ਹੀ ਰੱਖਿਆ ਹੁੰਦਾ ਜਦ ਤੱਕ ਬਟ ਇਹ ਚੀਜ਼ ਤਾਂ ਮੈਂ ਆਊਟ ਪਬਲੀਕਲੀ ਤਾਂ ਕਹਿੰਦਾ ਕਿ ਹੋਵੇ ਹੋਵੇ ਪੰਮਾ ਮੇਰੇ ਨਾਲ ਨਾ ਹੋਵੇ ਬਟ ਇਹ ਹੋਵੇ ਜ਼ਰੂਰ ਕੀ ਬਾਤ ਹੈ ਹੋਰ ਦਿਲ ਚ ਕਿਹੜੀਆਂ ਗੱਲਾਂ ਸਾਨੂੰ ਦੱਸੋ ਆਈ ਆਲਵੇਸ ਵਾਂਟਡ ਟੂ ਸੀ ਕਿ ਇੱਕ ਪੰਗੜੇ ਆਰਟਿਸਟ ਨੂੰ ਐਜ਼ ਅ ਰੈਗੂਲਰ ਆਰਟਿਸਟ ਕਨਸਿਡਰ ਕੀਤਾ ਜਾਵੇ ਜੋ ਕਿ ਆਈ ਥਿੰਕ ਆਨ ਹੋ ਰਿਹਾ ਆਈਵ ਡਨ ਅ ਫਿਊ ਸ਼ੋਜ਼ ਐਂਡ ਦੈਨ ਪਰਫਾਰਮਿੰਗ ਵਿਦ ਅਮੀਪਾ ਜੀ ਔਨ ਸਟੇਜ ਆਲਸੋ ਗੇਵ ਦੈਟ ਐਨ ਐਡੀਸ਼ਨਲ ਟੱਚ ਕਿ ਯੈਸ ਇੱਕ ਪੰਗੜਾ ਡਾਂਸਰ ਕੈਨ ਬੀ ਅ ਫੀਚਰਿੰਗ ਪਰਫਾਰਮੈਂਸ

influencing the whole show for the past six months they i'm on that with them us toh lavad punjab ch apne ajj bhangra premier league shuru hui hai jo ki chandigarh mohali sab jagah audition kar rahe hain and unna da grand finale wo main judge kar rahe hain so kya baat hai i'm बारी? very looking forward to that oh, i think next month hona first week जी. so that's the next thing on my plate and baki dekho aur kya hai dubai ch burj khalifa ਯੈਸ ਕਦੇ ਤੁਸੀਂ ਬੁਰਜ ਖਲੀਫਾ ਪਰਫਾਰਮ ਕੀਤਾ ਵੈਲ ਯੈਸ ਬੁਰਜ ਖਲੀਫਾ ਦੇ ਬਿਲੋ ਵੀ ਅਸੀਂ ਕੀਤੀਆਂ ਹੋਈਆਂ ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਸੀਂ ਓ ਮਾਈ ਗਾਡ ਦੈਟ ਵਾਸ ਬਿਗ ਕਾਫੀ हां जी भाई मैं सुन रहा so, हूं सो बुर्ज खलीफा ਦੇ نیچے ਅਸੀਂ ਨਾ ਬਸਾਖੀ ਮੇਲਾ ਕੀਤਾ ਸੀਗਾ ਉਹ ਬਸਾਖੀ ਮੇਲਾ ਕਿਹੜੇ ইয়ার ਚ ਇਸ ਸਗਾ 2016 या 17 इफ आई एम नॉट रॉ ओके 16 17 ਜੀ ਪਰਫਾਰਮ ਕਰ ਲਿਆ ਸੀ हां जी ਬਸਾਖੀ ਐਂਡ ਅਰਾਊਂਡ 16000 ਲੋਕ ਆਏ ਸੀ ਭਾਜੀ ਅਸੀਂ ਉਹ ਪੂਰਾ ਇਵੈਂਟ ਖੁਦ ਕੀਤਾ ਸੀ देयर वाज नो ਆਰਟਿਸਟ ਅਸੀਂ ਉੱਥੇ ਪਰਫਾਰਮੈਂਸਿਸ ਕੀਤੀਆਂ ਮਲਟੀਪਲ 4 5 ਘੰਟੇ ਦਾ ਸ਼ੋਅ ਸੀਗਾ ਖਾਣਿਆਂ ਦੇ ਟਰੱਕਸ ਲੱਗੇ ਹੋਏ ਆ ਟਰਬਨ ਸਟੇਸ਼ਨ ਲੱਗਾ ਹੋਇਆ ਜਿਸਨੇ ਭਗਵਾਨ ਕੇ ਫੋਟੋ ਖਿਚਾਣੀ ਆ ਕਿਸੇ ਕੁੜੀ ਨੇ ਫੁਲਕਾਰੀ ਰੱਖ ਕੇ ਫੋਟੋ ਖਿਚਾਣੀ ਆ ਉਹ ਸਭ कर अरेज कियाोल परफॉर्मेंस असी इवन कुछ गतका परफॉर्मेंस भी लिया okay. साइड अपना प्रजेंट करिए एंड वॉज अ वेरी सक्सैसफुल शो अज भी लोग कहें कि दोबारा करो बहुत देखा नहीं अभी mm -hmm. शो और देखना है सो यस कियाफॉम एंड जस्ट यस हैगी विडिय एंड जस्ट अर्लीयर दिस ईयर भी बुरशलीफा के थैंने मैं एक भंगड़ा फिटनेस क्लास दीना फिटनेस चैलेंज चल रहा है जूंबा एंड अदर उ भंगड़ा फिटनेस भी किया ਤੁਹਾਡਾ ਭਾਜੀ ਸ케ਡਿਊਲ ਕੀ ਹੈ ਰੁਟੀਨ ਕੀ ਹੈ ਡੇਲੀ ਲਾਈਕ ਵਰਕਿੰਗ ਡੇ ਵਾਲੀ ਅ ਡੇਲੀ ਰੁਟੀਨ ਕੋਸ਼ਿਸ਼ ਰਹਿੰਦੀ ਕਿ ਸਵੇਰ ਚਲਦੀ ਉੱਠ ਜਾਵੇ ਬਟ ਫਿਰ ਵੀ ਸਾਰਿਆਂ ਦੀ ਕੋਸ਼ਿਸ਼ ਰਹਿੰਦੀ ਹੈ ਸਾਰਿਆਂ ਦੀ ਕੋਸ਼ਿਸ਼ ਰਹਿੰਦੀ ਹੈ ਬਟ ਆਈ ਥਿੰਕ ਜਿੱਦ ਦਿਨ ਦਾ ਸ਼ੋਅ ਦੇ ਉਦੋਂ ਉੱਠ ਜਾਂਦਾ ਹੈ ਬੰਦਾ ਨਾ ਕਿ ਯਾਰ ਕੰਮ ਕਰਨਾ ਹੈ ਨਾ ਤੇ ਹੁਣ ਰੱਖਣਾ ਬਰ ਜੇ ਤੇ ਨਹੀਂ ਹੁੰਦੇ ਨਾ ਫਿਰ ਨਹੀਂ ਉੱਠ ਜਾਂਦਾ ਫਿਰ ਆਈ ਥਿੰਕ ਅਰਾਊਂਡ 9 10 ਵਜੇ ਤੱਕ ਉੱਠ ਜਾਂਦਾ ਮੈਂ ਐਂਡ THEN ਜਸਟ ਕੁਇਕਲੀ ਬ੍ਰੈਕਫਾਸਟ एवरीथिंग देन ਸਿਟ ਔਨ ਦਾ ਲੈਪਟਾਪ ਜਿਹੜਾ ਕੰਟੈਂਟ ਐਡਿਟ ਕਰਨਾ ਹੁੰਦਾ ਵਾ ਜਿਹੜਾ ਖੁਦ ਕਰਨਾ ਹੁੰਦਾ ਐਡਿਟ ਜਿਹਦੇ ਖੁਦ ਤਸੱਲੀ ਆਂਦੀ ਆ ਉਹ ਕਰਨਾ ਪਲਾਨ ਮਾਈ ਨੈਕਸਟ ਮੀਟਿੰਗਸ ਐਂਡ THEN ਮੈਂ ਰੋਜ਼ ਅਪ੍ਰੋਕਸੀਮੇਟਲੀ 1 1 1/2 ਘੰਟਾ ਖੁਦ ਆਪਣੀ ਪਰਸਨਲ ਪੰਗੜਾ ਪ੍ਰੈਕਟਿਸ ਕਰਦਾ ਅੱਛਾ ਕਿ ਜਿਹਦੇ ਵਿੱਚ ਮੈਂ ਜਿਹੜੇ ਮੈਨੂੰ ਪੰਗੜਾ ਡਾਂਸਰਸ ਪਸੰਦ ਆ ਮੈਂ ਉਹਨਾਂ ਦੀ ਰੂਟੀਨਸ ਲਰਨ ਕਰਦਾ ਮੈਂ ਉਹਨਾਂ ਦੇ ਸਟੈਪਸ ਸਿੱਖਦਾ ਕਿ ਯਾਰ ਇਹਨੇ ਆ ਚੀਜ਼ ਨਾ ਮੀ ਕੀਤੀ ਆ ਵਧੀਆ ਕੀਤੀ ਆ ਸੋ ਆਈ డు ਥੈਟ ਆਈ ਲਿਸਨ ਟੂ 뮤직 ਪਾਜੀ ਅ ਲੋਟ ਮੈਂ ਹਰੇਕ ਆਰਟਿਸਟ ਦੀ ਐਲਬਮਸ ਹੁੰਦਾ ਇੱਕ ਵਾਰੀ ਤਾਂ ਐਟਲੀ ਸੁਣਦਾ ਫੁੱਲ ਐਲਬਮ ਸਰੂੰਗਾ ਪੂਰਾ ਗਾਣਾ ਸੁਣੂੰਗਾ ਪਤਾ ਨਹੀਂ ਕਿਹੜਾ ਗਾਣਾ ਕਿਸ ਪੁਆਇੰਟ ਤੇ ਇਨਸਪੀਰੇਸ਼ਨ ਦੇ ਦਿੰਦਾ ਕਿ ਯਾਦ ਰਹਿੰਦਾ ਕਿ ਇਹਨੂੰ ਸ਼ਾਇਦ ਪਰਫਾਰਮੈਂਸ ਯੂਜ਼ ਕਰ ਸਕਦੇ ਆ ਐਂਡ ਥੈਨ ਇਫ ਥੇਰ ਇਜ਼ ਐਨੀ ਅਦਰ ਸ਼ੂਟ ਪਲਾਨਡ ਯਰ ਸਮਥਿੰਗ ਉਹ ਚੀਜ਼ਾਂ ਐਂਡ ਥੈਨ ਡਿਨਰ ਫਿਰ ਡਿਨਰ ਤੋਂ ਬਾਅਦ ਫਿਰ ਐਡੀਟਿੰਗ ਐਡੀਟਿੰਗ ਫਿਰ ਸਵੇਰ ਦੇ 10-4 ਵਜੇ

ਤੁਸੀਂ ਇਹਨਾਂ ਲੋਕਾਂ ਨੂੰ ਮਿਲਿਆ ਤੁਸੀਂ ਹਰ ਇੱਕ ਤੋਂ ਕੀ ਸਿੱਖਿਆਓ ਪੌਡਕਾਸਟ ਜਦੋਂ ਦਾ ਮੈਂ ਕਰਨ ਲੱਗਾ ਇੱਕ ਤਾਂ ਮੈਂ ਲਿਸਨਰ ਬਣਿਆ ਮੇਰੇ ਚ ਪੇਸ਼ੈਂਸ ਬਹੁਤ ਵਧੀਆ ਸੁਣਨ ਦੀ ਮੈਂ ਨਾਰਮਲ ਵੀ ਆਪਣੀ ਲਾਈਫ ਵਿੱਚ ਕਿਤੇ ਜਾਂਦਾ ਕੋਈ ਮੈਨੂੰ ਗੱਲ ਦੱਸਦਾ ਪਹਿਲਾਂ ਮੈਂ ਸੁਣਦਾ ਵੀ ਅੱਛਾ ਨੇ ਇਹ ਕਿਹਾ ਵਾ ਓਕੇ ਫਿਰ ਮੈਂ ਆਨਸਰ ਕਰਦਾ ਜਦੋਂ ਮੈਂ ਪੌਡਕਾਸਟ ਨਹੀਂ ਕਰਦਾ ਸੀ ਉਦੋਂ ਬਈ ਥੋੜਾ ਜਿਹਾ ਮੈਂ ਫਾਸਟ ਹੁੰਦਾ ਸੀ ਵੀ ਹਾਂ ਅੱਛਾ ਓਕੇ ਹੁਣ ਮੈਂ ਗੁੱਡ ਲਿਸਨਰ ਬਣਿਆ ਸਭ ਨਾਲ ਪਹਿਲਾਂ ਤਾਂ ਸੈਕੰਡ ਥਿੰਗ ਇੱਕ ਬੈਸਟ ਵੇ ਆ ਵੀ ਤੁਸੀਂ ਅੱਜ ਆਏ ਹੋ ਤੁਹਾਡੀ ਲਾਈਫ ਦੀ 10 12 13 ਸਾਲ ਤੁਸੀਂ ਮੈਨੂੰ ਐਕਸਪੀਰੀਅੰਸ ਸ਼ੇਅਰ ਕਰਤਾ ਮੈਨੂੰ ਲੱਗਦਾ ਕੋਈ ਆਪਣਾ ਐਕਸਪੀਰੀਅੰਸ ਕਿਸੇ ਨੂੰ ਦੱਸ ਦੇ ਵੀ ਆ ਚੀਜ਼ਾਂ ਨਹੀਂ ਕਰਨੀਆਂ ਇਦਾਂ ਮੈਨੂੰ ਬੈਨੀਫਿਟ ਹੋਇਆ ਸੀ ਇਹ ਕਰੋ ਇਦਾਂ ਨਾ ਕਰੋ ਸਭ ਨਾਲ ਬੈਸਟ ਲਰਨਿੰਗ ਹੁੰਦੀ ਆ ਤੁਹਾਡੇ 13 ਸਾਲ ਮੇਰੇ ਕੋਈ ਹੋਰ ਆਰਟਿਸਟ ਆ ਉਹਦਾ 20 ਸਾਲ ਦਾ ਸਟਰਗਲ ਮੇਰੇ ਕੋਲ ਤਾਂ ਬੰਡਲਸ ਆਫ ਨਾ 200 300 ਸਾਲ ਦਾ ਐਕਸਪੀਰੀਅੰਸ ਮੇਰ ਨਾਲ ਲੋਕ ਸ਼ੇਅਰ ਕਰ ਚੁੱਕੇ ਨੇ ਆਪਣੇ ਗੁੱਡ ਪੁਆਇੰਟਸ ਬੈਡ ਪੁਆਇੰਟਸ ਵੀ ਇਦਾਂ ਫਿਰ ਉਹ ਆਬਜ਼ਰਵੇਸ਼ਨਲ ਮੈਂ ਜ਼ਿੰਦਗੀ ਨੂੰ ਹੋਰ ਸਾਹਮਣਾ ਦੇਖਣਾ ਸ਼ੁਰੂ ਕੀਤਾ ਮਾਈਟ ਬੀ ਦੋ ਤਿੰਨ ਪੋਡਕਾਸਟ ਇਦਾਂ ਹੋਏ ਸੀ ਉਹਦੇ ਵਿੱਚ ਆ ਲਾਸਟ ਵਾਲੀ ਪੋਡਕਾਸਟ ਸੀ ਉਹਨਾਂ ਨੇ ਆਪਣੀ ਵਾਈਫ ਦੀ ਬਹੁਤ ਰਿਸਪੈਕਟ ਕਰਦੇ ਤਰੀਫ ਬਹੁਤ ਕੀਤੀ ਮੈਨੂੰ ਲਰਨਿੰਗਸ ਆ ਵੀ ਯਾਰ ਮੈਂ ਅਗਰ ਫਾਦਰ ਬਣੂਗਾ ਜਾਂ ਹਸਬੈਂਡ ਬਣੂਗਾ ਤਾਂ ਮੈਂ ਇਦਾਂ ਦਾ ਬਣੂਗਾ ਕਰੇ ਮੈਂ ਪੋਜੀਸ਼ਨ ਤੇ ਹੋਊਗਾ ਜਦੋਂ ਮੈਨੂੰ ਗੁੱਸਾ ਆ ਰਿਹਾ ਹੋਊਗਾ ਇਦਾਂ ਮੈਨੂੰ ਚੀਜ਼ਾਂ ਯਾਦ ਹੋਣਗੀਆਂ ਪੋਡਕਾਸਟ ਦੀਆਂ ਯਾਰ ਉਹਨਾਂ ਨੇ ਇਦਾਂ ਕਿਹਾ ਸੀ ਨਹੀਂ ਤੂੰ ਪੇਸ਼ੈਂਸ ਰੱਖ ਕਿਸੇ ਨੇ ਮੈਨੂੰ ਜਿਹੜੇ 40 ইয়ারਸ ਨੇ ਆਰਟਿਸਟ ਨੇ ਪੈਸਾ ਵੀ ਕਮਾ ਚੁੱਕੇ ਨੇ ਠੀਕ ਆ ਸਾਰਾ ਕੁਝ ਕਰ ਚੁੱਕੇ ਨੇ ਗੱਡੀਆਂ ਲੈ ਚੁੱਕੇ ਨੇ ਉਹਨਾਂ ਨੂੰ ਰੀਅਲ ਲਾਈਫ ਪਤਾ ਹੋਣ ਵੀ ਕੀ ਹੈਗਾ ਉਹ ਮੈਨੂੰ ਐਕਸਪੀਰੀਅੰਸ ਸ਼ੇਅਰ ਕਰਕੇ ਗਏ ਮੈਂ ਲਾਈਫ ਦਾ ਬੈਲੈਂਸ ਸਿੱਖਦਾ ਵੀ ਮੇਰੀ ਪ੍ਰਾਇੋਰਟੀ ਲਿਸਟ ਵੀ ਮੈਂ ਹੁਣ ਇੱਥੋਂ ਉੱਠ ਕੇ ਕਰੇ ਸਾਰਿਆਂ ਨੂੰ ਫੋਨ ਕਰਾਂ ਉਸ ਤੋਂ ਬਾਅਦ ਕੀ ਜ਼ਰੂਰੀ ਆਛਾ ਮੈਂ ਫਿਜ਼ੀਕਲੀ ਫਿਟ ਰਹਿਣਾ ਮੈਂ ਜਲਦੀ ਅੱਛਾ-ਅੱਛਾ ਖਾਣਾ ਸੋਣਾ ਜ਼ਰੂਰੀ ਮਤਲਬ ਬੈਲੈਂਸ ਕਰਨਾ ਲਾਈਫ ਨੂੰ ਤਾਂ ਮੁੱਲ ਆਦਾ ਲਰਨਿੰਗ ਬਹੁਤ ਹੋ ਜਾਂਦੀ ਹੈ ਲਰਨਿੰਗਸ ਯਾਰ ਬੰਦਾ ਹਮੇਸ਼ਾ ਲਾਈਕ ਲਰਨਿੰਗ ਸੀ ਕਰਦਾ ਰਹਿੰਦਾ ਐਂ ਮੈਂ ਆਪਣੇ ਡੈਡ ਤੋਂ ਬਹੁਤ ਸਿੱਖਿਆ ਤੇ ਆਈ ਰਿਮੈਂਬਰ ਕਿ ਜਿੱਦਾਂ ਮੈਂ ਕਹਣਾ ਕਿ ਮੈਂ ਡੈਡ ਨਾਲ ਗੱਲਾਂ ਸ਼ੇਅਰ ਨਹੀਂ ਕਰਦਾ ਮੈਂ ਅੱਜ ਤੱਕ ਉਹਨਾਂ ਨੂੰ ਕਦੇ ਵੀ ਮੇਰੀ ਕੋਈ ਭੰਗੜੇ ਦੀ ਪ੍ਰੋਬਲਮ ਨਹੀਂ ਦੱਸੀ ਕਿ ਮੇਰੇ ਨਾਲ ਟੀਮ ਚ ਆ ਹੋਇਆ ਆਹ ਟੀਮ ਮੈਂਬਰ ਛੱਡ ਗਿਆ ਇਹਨੇ ਹੋਰ ਟੀਮ ਬਣਾ ਲਈ ਇਹਨੇ ਆਹ ਕਰ ਲਿਆ ਇਹ ਵੀ ਬੜਾ ਹੁੰਦਾ ਨਾ ਤੁਹਾਡੇ ਕੋਲੋਂ ਸਿੱਖ ਕੇ ਤੁਹਾਡੇ ਨਾਲ ਵੀ ਇਹ ਚੀਜ਼ਾਂ ਹੋਈਆਂ ਹੋਣੀਆਂ ਨਾ ਯਾ ਬ੍ਰੋ ਹੋਈਆਂ ਹੈ ਵੀ ਹੋਈਆਂ देयर देयर हैज बीन लाइक ਮੈਂ ਅਜਿਹਾ ਕਹਿ ਰਿਹਾ ਸੀ ਨਾ ਕਿ ਮੈਂ ਚਾਹਨਾ ਕਿ ਮੈਂ ਚਾਹਨਾ ਕਿ ਪੰਗੜਾ ਨਾ ਗਰੋ ਹੋ ਜਾਏ ਕਿ ਹਰ ਇੱਕ ਹਰ ਇੱਕ ਸਿਟੀ ਚ ਇਥੇ ਟੀਮਸ ਹੋਵੇ ਤੇ ਆਈ ਕੈਨ ਨੋਟ ਬੀ ਸੈਲਫਿਸ਼ ਕਿ ਮੈਂ ਹੀ ਇੱਕ ਪੰਗੜਾ ਟੀਮ ਚਲਾਉਂਦਾ ਰਹਾ ਦੁਬਈ ਵਿੱਚ ਦੈਟਸ ਅ ਵੈਰੀ ਸੈਲਫਿਸ਼ ਥਾਟ ਕਿਉਂਕਿ ਉਹਦੇ ਨਾਲ ਨਾ ਸ਼ਾਇਦ ਮੇਰੀ ਟੀਮ ਜ਼ਰੂਰ ਗਰੋ ਹੋ ਜਾਏਗੀ ਬਟ ਪੰਗੜਾ ਨਹੀਂ ਗਰੋ ਹੋਊਗਾ ਤੇ ਜੇ ਪੰਗੜਾ ਨਾ ਗਰੋ ਹੋਇਆ ਫਿਰ ਮੇਰੇ ਐਨੇ ਸਾਲ ਮਿਹਨਤ ਕਰਨ ਦਾ ਵੀ ਕੀ ਫਾਇਦਾ ਹੋਇਆ ਅੱਛਾ ਜਦੋਂ ਤੁਸੀਂ ਸਟਾਰਟ ਕੀਤਾ ਸੀ ਤੁਸੀਂ ਯੂ ਆਰ ਦੀ ਫਰਸਟ ਵਨ ਨਾ ਜਿਹਨੇ ਗਰੁੱਪ ਬਣਾਇਆ ਸੀ ਯੈ

ਡੈਡ ਨੂੰ ਨਾ ਮੈਂ ਕਦੇ ਪ੍ਰੋਬਲਮਸ ਨਹੀਂ ਦੱਸਿਆ ਕਿ ਮੇਰੇ ਨਾਲ ਆ ਹੋ ਗਿਆ ਏਦਾਂ ਹੋ ਗਿਆ ਬਿਕਾਜ਼ ਆ ਮੇਰਾ ਮਨ ਹੀ ਨਹੀਂ ਕਰਦਾ ਕਦੇ ਮੰਮੀ ਡੈਡੀ ਨੂੰ ਕੋਈ ਚੀਜ਼ ਦਾ ਸਟ੍ਰੈਸ ਦੇਣਾ ਹਮ ਆਈਸ ਨਾ ਦਿੰਦਾ ਉਹਨਾਂ ਨੂੰ ਕਿ ਮੇਰੇ ਨਾਲ ਏਦਾਂ ਹੋ ਗਿਆ ਉਹ ਹੋ ਗਿਆ ਖੁਦ ਹੀ ਸੋਚ ਲਓ ਵਾਈਫ ਨਾਲ ਡਿਸਕਸ ਕਰ ਲਈ ਮੇਜੋਰਟੀ ਹੈ ਭਾਜੀ ਹਾਂਜੀ ਨਾ ਪਲਾਨ ਕਰ ਲਓ ਰੱਖੋ ਯੈਸ ਤੇ ਮੈਨੂੰ ਯਾਦ ਹੁਣ ਮੰਮੀ ਰਾਂ ਨੂੰ ਤਾਂ ਪਤਾ ਚੱਲ ਜਾਂਦਾ ਹੈ ਕੀ ਬਿਹੇਵੀਅਰ ਚੇਂਜ ਹੋ ਰਿਹਾ ਬੱਚੇ ਦਾ ਫੀਲ ਅੱਖਾਂ ਤੋਂ ਪਛਾਨ ਲੈਂਦੇ ਆ ਵੀ ਹਾਰਦੀ ਠੀਕ ਨਹੀਂ ਲੱਗਦਾ ਯੈਸ ਠੀਕ ਲੱਗਦਾ ਤਾਂ ਮੈਨੂੰ ਨਾ ਇੱਕ ਵਾਰੀ ਮੈਂ ਬਹੁਤ ਇੱਕ ਮੇਜਰ ਪ੍ਰੋਬਲਮ ਸੀ ਸਿਕਾ ਵਿਥਿਨ ਮਾਈ ਟੀਮ ਓਨਲੀ ਤੇ ਮੈਨੂੰ ਡੈਡੀ ਦਾ ਫੋਨ ਆਇਆ ਕਹਿੰਦੇ ਕੀ ਕਰ ਰਿਹਾ ਮੈਂ ਕਿਹਾ ਜਸਟ ਕਹਿੰਦਾ ਮੈਂ ਗੱਲ ਕਹਿੰਦੇ ਮੈਂ ਗੱਲ ਕਰਨੀ ਫ੍ਰੀ ਆ ਮੈਂ ਕਹਾਂ ਜੀ ਡੈਡੀ ਫ੍ਰੀ ਆ ਤੇ ਕਹਿੰਦੇ ਕਿ ਲਾਈਫ ਚ ਨਾ ਜੇ ਕੋਈ ਚੀਜ਼ ਤੁਹਾਨੂੰ ਗਰੋ ਕਰਨ ਤੋਂ ਰੋਕ ਰਹੀ ਆ ਉਹਨੂੰ ਛੱਡ ਦੋ ਉਹ ਚੀਜ਼ ਛੱਡਣ ਤੇ ਜਿੰਨਾ ਮਰਜ਼ੀ ਡੈਮੇਜ ਹੋ ਰਿਹਾ ਵਾ ਉਹਨੂੰ ਹੋ ਲੈਣ ਦਿਓ ਬਟ ਜੇ ਤੈਨੂੰ ਪਤਾ ਵਾ ਕਿ ਉਹ ਚੀਜ਼ ਛੱਡਣ ਨਾਲ ਤੇਰੀ ਲਾਈਫ ਗਰੋ ਕਰੇਗੀ ਤੂੰ ਅੱਗੇ ਵਧੂੰਗਾ ਤੂੰ ਹੁਣ ਰੁਕ ਰਿਹਾ ਹੈ ਤਾਂ ਉਹਨੂੰ ਛੱਡ ਦੇ ਹੂੰ ਉਸ ਚੀਜ਼ ਨੂੰ ਜ਼ਿਆਦਾ ਟਾਈਮ ਫੜ ਕੇ ਰੱਖਣਾ ਲੇਗਾ ਪਰ ਜਦੋਂ ਨਾ ਸੈਂਡ ਹੈ ਨਾ ਹੂੰ ਹੂੰ ਓਕੇ ਇਟਸ ਲਾਈਕ ਇਨ ਮਿੱਟੀ ਲੇਕਿਨ ਉਹ ਆਪਾਂ ਜਿੰਨਾ ਚਾਹਤਾ ਪ੍ਰੈਸ਼ਰਾਈਜ਼ ਕਰ ਦੇਣਾ ਉਨੀ ਜ਼ਿਆਦਾ ਵਾ ਦੇਖਦੀ ਆ ਯੈਸ ਯੈਸ ਸੋ ਦੈਟਸ ਵਾ ਦੈ ਟੋਲਡ ਮੀ ਐਂਡ ਮੈਂ ਅਗਲੇ ਦਿਨ ਹੀ ਡਿਸੀਜਨ ਲਿਆ ਫਿਰ ਉਹ ਮੈਂ ਬੜਾ ਖੁਸ਼ ਹੋਇਆ ਭਾਜੀ ਉਹ ਡਿਸੀਜਨ ਤੋਂ ਕਿਉਂਕਿ ਡੈਡੀ ਦੀ ਥਾਪੀ ਵਾਂਗੂ ਪੈ ਗਿਆ ਹਨਾ ਕਿ ਹੁਣ ਤਾਂ ਕੋਈ ਟੈਨਸ਼ਨ ਹੀ ਨਹੀਂ ਐਂਡ ਦੇ ਆਪ ਸੋ ਆਈ ਲਰਨ ਅ ਲੋਟ ਫਰਮ ਮਾਈ ਡੈਡ ਅ ਲੋਟ ਨਾਈਸ ਭਾਜੀ ਅੱਛਾ ਜ਼ਿੰਦਗੀ ਨੂੰ ਭਾਜੀ ਕਿਵੇਂ ਦੇਖਦੇ ਹੋ ਤੁਸੀਂ ਐਜ਼ ਅ ਹਿਊਮਨ ਬੀਇੰਗ ਵੀ ਆਪਣੀ ਐਗਜ਼ਿਸਟੈਂਸ ਕਿੱਦਾਂ ਦੀ ਹੋਣੀ ਚਾਹੀਦੀ ਹੈ ਫੋਰ ਅਦਰਸ ਜਾਂ ਲਾਈਫ ਨੂੰ ਕਿੱਦਾਂ ਜਿਉਣਾ ਚਾਹੀਦਾ ਅਮ ਮੈਨੂੰ ਪਹਿਲਾ ਲੱਗਦਾ ਹੁੰਦਾ ਸੀਗਾ ਕਿ ਜਿੰਨੇ ਜ਼ਿਆਦਾ ਤੁਸੀਂ ਲੋਕਾਂ ਨੂੰ ਲੋਕਾਂ ਨਾਲ ਰੋ ਜਿੰਨੇ ਜ਼ਿਆਦਾ ਲੋਕਾਂ ਨੂੰ ਤੁਸੀਂ ਖੁਸ਼ ਰੱਖੋਗੇ ਜ਼ਿਆਦਾ ਗੁਰਪਖਾਂ ਸਾਰਿਆਂ ਨੂੰ ਖੁਸ਼ ਰੱਖਣਾ ਜ਼ਿਆਦਾ ਗੁਰਪ ਉਹ ਵਧੀਆ ਚੀਜ਼ ਹੋਗੀ ਕਿ ਭਈ ਯਾਨੀ ਕਿ ਅੱਕੇ ਨਾ ਜਦੋਂ ਲਾਈਫ ਚ 40 50 ਜਾਣੇ ਹੋਵਾਂਗੇ ਇਕੱਠੇ ਨਾ ਫੜਾ ਵਧੀਆ ਲੱਗੇਗਾ ਕਿ ਯਾਰ ਹੈ ਨਾ ਬਟ ਓਰ ਰਿਐਲਿਟੀ ਨਹੀਂ ਹੈਗੇ ਸੱਚ ਇਹ ਆ ਕਿ ਸ਼ਾਇਦ ਤੁਹਾਡੇ ਨਾਲ ਸਿਰਫ 4-5 ਜਾਣੇ ਹੀ ਰੋਗੇ ਹਮ ਤੇ ਉਹ ਵੀ ਸ਼ਾ ਤੁਸੀਂ ਬਹੁਤ ਹੀ ਟਾਈਮ ਬਾਅਦ ਡਿਸਕਵਰ ਕਰੂਗੇ ਕਈ ਵਾਰੀ ਕੁਛ ਐਦਾਂ ਦੀ ਦੋਸਤੀਆਂ ਹੁੰਦੀਆਂ ਵਾ ਜਿਹੜੀਆਂ 10 10 12 12 ਸਾਲ ਬਾਅਦ ਵੀ ਟੁੱਟ ਜਾਂਦੀਆਂ ਹਮ ਕੁਛ ਫਰੈਂਡਸ ਐਦਾਂ ਦੇ ਹੁੰਦੇ ਆ ਜਿਹੜੇ ਕਿ 8 9 ਸਾਲ ਬਾਅਦ ਫਿਰ ਦਿਖਦੇ ਹੀ ਨਹੀਂ ਹੈਗੇ ਹਮ ਸੋ ਐਨਾ ਜ਼ਿਆਦਾ ਬੰਦੇ ਨੂੰ ਨਹੀਂ ਸੋਚਣਾ ਚਾਹੀਦਾ ਕਿ ਮੈਂ ਆਪਣਾ ਸਰਕਲ ਵੱਡਾ ਰੱਖਾਂ ਮੈਂ ਇਹਦੇ ਨਾਲ ਵੀ ਬੈਠਾਂ ਮੈਂ ਉਹਨਾਂ ਨਾਲ ਵੀ ਬੈਠਾਂ ਜੇ ਹਾਂ ਲੋਕਾਂ ਨੂੰ ਮਿਲੋ ਜ਼ਰੂਰ ਜਾਣੋ ਜ਼ਰੂਰ ਬਟ ਹਰੇਕ ਨੂੰ ਨਾਲ ਇਹਨੇ ক্লোজ ਨਾ ਹੋ ਜਾਓ ਕਿ ਬਾਅਦ ਤੁਸੀਂ ਹੀ ਡਿਸਪਾਇੰਟ ਹੋ ਜਾਓ ਕਿ ਅੱਜ ਯਾਰ ਉਹ ਚਲੇ ਗਿਆ ਆਈ ਥਿੰਕ ਆਵ ਲਰਨਡ ਥਿਸ ਓਵਰ ਮਾਈ ਪੀਰੀਅਡ ਆਫ ਲਾਈਫ ਕਿ ਆਈ ਵਾਂਟ ਟੂ ਬੀ ਵਿਦ ਫਿਊ ਪੀਪਲ ਜਿਹੜੇ ਮੇਰੇ ਨਾਲ ਅੱਜ ਹੈਗੇ ਆ ਮੈਂ ਬਹੁਤ ਖੁਸ਼ ਹੋਣਾ ਨਾਲ ਤੇ ਜ਼ਿਆਦਾ ਇਮੋਸ਼ਨਲ ਅਟੈਚਮੈਂਟਸ ਤੁਹਾਨੂੰ ਹਮੇਸ਼ਾ ਦੁੱਖ ਵਿੱਚ ਛੱਡ ਦਿਆ ਨੇ ਜਿੰਨੀਆਂ ਘੱਟ ਇਮੋਸ਼ਨਲ ਅਟੈਚਮੈਂਟਸ ਹੋਣਗੀਆਂ ਲਾਈਫ 'ਚ ਤਾਂ ਉਹਨਾਂ ਤੁਸੀਂ ਖੁਸ਼ ਰਹੋਗੇ ਆਈ ਗੈਸ ਨਾ ਯੈਸ ਇੱਕਦਮ ਸਹੀ ਤੁਸੀਂ ਕੁਝ ਆਪਣੇ ਪੁਆਇੰਟ ਆਫ View ਨਾ ਕੁਝ ਦੱਸਣਾ ਚਾਹੋ ਅੱਜ ਸਾਨੂੰ ਦੇਖ ਰਹੇ ਨੇ ਕੁਛ ਵੀ ਜੋ ਤੁਹਾਡਾ ਦਿਲ ਕਰਦਾ ਆਈ ਔਡ ਵਾਂਟ ਟੂ ਸੇ ਕਿ ਜਿਹੜੀਆਂ ਭੰਗੜਾ ਟੀਮਸ ਆ ਜਾਂ ਭੰਗੜਾ ਇੰਡੀਵਿਜੂਅਲਸ ਨੇ ਨਾ ਆਊਟ देयर ਉਹ ਮੈਨੂੰ ਕਾਫੀ ਮੈਸੇजेस ਕਰਦੇ ਆ ਕਿ ਭਾਜੀ ਅਸੀਂ ਉਹ ਆਪਣਾ ਕੈਰੀਅਰ ਬਣਾਉਣਾ ਸੀ ਅੱਦਾ ਕਰਨਾ ਹੈ ਹਮ ਅ ਐਨੋ ਕਾਫੀ ਇਹ ਵੀ ਕਹਿੰਦੇ ਆ ਕਿ ਭਾਈ ਤੁਸੀਂ ਸਾਨੂੰ ਬਹੁਤ ਇਨਸਪਾਇਰ ਕਰਦੇ ਹੋ ਕਿ ਤੁਸੀਂ ਜਿੱਦਾਂ ਗਰੋਥ ਕਰ ਰਹੇ ਹੋ ਆਈ ਔਡ ਜਸਟ ਵਾਂਟ ਟੂ ਸੇ ਕਿ ਤੁਸੀਂ ਸਭ ਵੀ ਇਹ ਚੀਜ਼ਾਂ ਕਰ ਸਕਦੇ ਹੋ ਬਟ ਤੁਹਾਨੂੰ ਆਪਣਾ ਇੱਕ ਯੂਨਿਕ ਸੇਲਿੰਗ ਪੁਆਇੰਟ ਲੱਭਣਾ ਪਏਗਾ ਤੁਸੀਂ ਜਸਟ ਇਹ ਨਹੀਂ ਹੋ ਸਕਦੇ ਕਿ ਹਾਂ ਵੀ ਮੈਨੂੰ ਭੰਗੜਾ ਆਉਂਦਾ ਵਾ ਮੈਂ ਕਰ ਦੂੰਗਾ نو ਵਾਟ ਇਜ਼ ਦੈਟ ਦੈਟਸ ਨਾਥਿੰਗ ਵਾਟ ਯੂ ਕੈਨ ਡੂ ਵਿਦ ੀਿੰਗ ਦੈਟ ਇਜ਼ ਵਾਟ ਸੈਟਸ ਯੂ ਅਪਾਰਟ ਅੱਛਾ ਪੰਜਾਬ ਵਿੱਚ ਮੈਨੂੰ ਯਾਦ ਆਇਆ ਆ ਕਾਫੀ ਭੰਗੜਾ ਗਰੁੱਪਸ ਹੈਗੇ ਮੈਂ ਇੱਕ ਇੱਕ ਦਾ ਨਾਮ ਲਵਾਂ ਜਾਂ ਕਿਸੇ ਦਾ ਨਾਮ ਲਵਾਂ ਅਨਫੇਅਰ ਹੋ ਜਾਊਗਾ ਸੋ ਕਾਫੀ ਗਰੁੱਪਸ ਹੈਗੇ ਨੇ ਭੰਗੜਾ ਗਰੁੱਪ ਕੋਚ ਹੈਗੇ ਨਹੀਂ ਆਈ ਗੈਸ ਮੈਨੂੰ ਨਹੀਂ ਪਤਾ ਮੈਂ ਗਲਤ ਹੋ ਸਕਦਾ ਉਹਨਾਂ ਦਾ ਮੇਨ ਇਨਕਮ ਸੋਰਸ ਆ ਯੂਥ ਫੈਸਟੀਵਲ ਜਾਂ ਉਹ ਜਿੰਮ ਵਿੱਚ ਕਲਾਸਿਸ ਦੇ ਦਿੰਦੇ ਨੇ ਭੰਗੜੇ ਦੀਆਂ aerobics yes ਹੈ ਨਾ ਜਾਂ ਉਹਨਾਂ ਦਾ मोस्टली ਕਾਲਜ ਫੰਕਸ਼ਨ ਯੂਥ ਫੈਸਟੀਵਲ ਸਕੂਲਾਂ ਚ ਕੋਚਿੰਗ ਦੇਤੀ ਆਈ ਗੈਸ ਮੈਂ ਗਲਤ ਹੋ ਸਕਦਾ ਵੀ ਇਹੀ ਹੁੰਦਾ ਮੇਨਲੀ ਇਨਕਮ ਸੋਰਸ yes ਐਂਡ ਆਈ ਥਿੰਕ ਇਨਫ ਇਨਕਮ ਸੋਰਸ ਨਹੀਂ ਹੈਗਾ ਕਿ ਉਹ ਘਰ ਵੀ ਚਲਾ ਸਕੇ ਇੰਨਾ ਨਹੀਂ ਹੁੰਦਾ ਭੰਗੜੇ ਨੂੰ ਆਪਾਂ ਬਈ ਫਰਸਟ profession ਮੰਨ ਸਕਦੇ ਆ ਵੀ ਆਪਣਾ ਘਰ ਚਲਾ ਪਾਵੇ not just by doing ਭੰਗੜਾ ਤਾਨੂੰ ਉਹਦੇ ਨਾਲ ਐਡੀਸ਼ਨਲ ਚੀਜ਼ਾਂ ਹੋਰ ਕਰਨੀਆਂ ਪੈਣੀਆਂ ਭੰਗੜੇ ਨਾਲ ਹੀ ਹੋਣਗੀਆਂ ਬਟ ਜਸਟ ਕਿ ਯੂਥ ਫੈਸਟ ਕਰ ਲਿਓ ਕੱਲ੍ਹ ਐਂਡ ਯੂ हैव टू ਡੂ ਮਲਟੀਪਲ ਥਿੰਗਸ ਯੂ हैव टू ਬੀ ਅ ਵੈਡਿੰਗ ਕੋਰੀਓਗ੍ਰਾਫਰ ਯੂ हैव टू गिव ਕਲਾਸਸ ਆਫ ਪੰਗੜਾ ਯੂ हैव टू ਬੀ ਅਵੇਲੇਬਲ ਫॉर 뮤직 ਵੀਡੀਓ ਸ਼ੂਟਸ ਤੁਹਾਨੂੰ ਰੀਲਸ ਵਾਲੇ ਕੈਂਪੇਨਸ ਕਰਨੇ ਚਾਹੀਦੇ ਆ ਤੋਂ ਮਲਟੀਪਲ ਐਵੇਨਿਊਜ਼ ਬਣਾਉਣੇ ਪੈਣੇ ਆ ਜਸਟ ਇਦਾਂ ਨਹੀਂ ਕਿ ਹਾਂ ਕਲਾਸ ਦਿੱਤੀ ਤੇ 8 9 ਲੈਗਸ ਹੋਣੀਆਂ ਚਾਹੀਦੀਆਂ ਇਨਕਮ ਦੀਆਂ ਯਸ ਹਾਂ ਫਿਤਾ ਕਰਕੇ ਹਾਂ ਉਹ ਜ਼ਰੂਰੀ ਆ ਤੋ ਬਈ ਗਾਇਸ ਬੀਕਮ दैट ਯੂਨੀਕ ਸੇਲਿੰਗ ਪੁਆਇੰਟ ਤੇ ਫਿਰ ਤੁਹਾਡੀ ਗਰੋਥ ਨੂੰ ਕੋਈ ਨਹੀਂ ਰੋਕ ਸਕਦਾ ਤੁਹਾਡਾ ਯੂਨੀਕ ਸੇਲਿੰਗ ਪੁਆਇੰਟ ਕੀ ਆ ਦੱਸਣਾ ਮੈਂ ਕਿਉਂ ਦੱਸਣਾ ਯਾਰ ਦੱਸੋ ਯੂਐਸਪੀ KFC ਵਾਲੇ ਕਦੇ ਆਪਣਾ ਨਾ ਫਾਰਮੂਲਾ ਨਹੀਂ ਦੱਸਦੇ ਇਹ ہمارا ਵੀ کیسے ہمارے ਮਸਾਲੇ ਤਿਆਰ ਹੁੰਦੇ ਆ ਤੋ ਸਾਰਿਆਂ ਦਾ ਆਪਣਾ ਇੱਕ ਹੁੰਦਾ ਮੈਂ ਨਹੀਂ ਦੱਸਣਾ ਮੈਨੂੰ ਕੀ ਯੂਐਸਪੀ ਲੱਗਦੀ ਆ ਤੁਹਾਡੀ ਬਈ ਤੁਹਾਡੇ ਚ ਕੁਆਲਿਟੀ ਆ ਤੁਹਾਡੇ ਭੰਗੜੇ ਵਿੱਚ ਕੁਆਲਿਟੀ ਆ ਇੱਕ ਠੀਕ ਆ ਇੱਕ ਹਾਂ ਪਿਓਰ ਪੰਗੜਾ ਨਾਮ ਆ ਤਾਂ ਉਹਦੇ ਵਿੱਚ ਪਿਓਰ ਟੀਵੀ ਹੈਗੀ ਆ ਵਿਦ ਫਿਊਜ਼ਨ ਜਿਹੜਾ ਮੈਂ ਦੇਖਦਾ ਵੀ ਤੁਸੀਂ ਜੜਾਂ ਤੁਹਾਡੀਆਂ ਪੰਜਾਬੀ ਤੋਂ ਨਾ ਪੰਜਾਬ ਨਾਲ ਜੁੜੀਆਂ ਹੋਈਆਂ ਵੀ ਜਿਹੜੀ ਤੁਹਾਨੂੰ ਸਿੱਖਿਆ ਮਿਲੀ ਆ ਹਨਾ ਪੇਰੈਂਟਸ ਤੋਂ ਉਹ ਤੁਹਾਨੂੰ ਪਤਾ ਵਾ ਚੀਜ਼ਾਂ ਦਾ ਵਿੱਚ ਵਿੱਚ ਤੁਸੀਂ ਕਸ਼ ਵਰਡ ਬੋਲੇ ਤਮੱਕੜ ਆ ਗਿਆ ਇਹ ਆ ਗਿਆ ਮੈਂ ਕਿਹਾ ਯਾਰ ਬਾਈ ਭਾਵੇਂ ਦੁਬਈ ਚ ਜੰਮਿਆ ਪਲਿਆ ਲੇਕਿਨ ਭੂਂਡ ਆ ਗਿਆ ਜੀ ਹਨਾ ਉਹ ਇੱਕ ਬਾਈ ਬਾਜ ਹੁੰਦੀ ਆ ਦੇਸੀ ਪੁਣੇ ਵਾਲੀ ਉਹ ਹੋਣੀ ਚਾਹੀਦੀ ਅਜੇ ਪੰਗੜੇ 'ਚ ਹੈਗੇ ਯੈਸ ਯੈਸ ਤਾਂ ਯੂਐਸਪੀ ਤਾਂ ਡੀ ਹੈਗੀ ਆ ਵੀ ਮਾਡਰਨ ਵੀ ਨੇ ਇੱਕ ਅਰਬਨ ਅਰਬਨ ਵੀ ਨੇ ਤੇ ਫੋਕ ਕਰ ਰਹੇ ਨੇ ਤੇ ਉਹ ਮਿਕਸਚਰ ਫਿਊਜ਼ਨ ਤੇ ਕੁਆਲਿਟੀ ਤੇ ਵਰਲਡਵਾਈਡ ਤਾਂ ਕੁਝ ਹੈ ਵੀ ਯਾਰ ਕੁਝ ਤਾਂ ਹੈ ਉਹ ਹੀ ਉਹ ਹੀ ਤਾਂ ਦੱਸ ਰਣੀ ਉਹ ਜਿਹੜਾ ਕੁਝ ਤਾਂ ਹੈ ਬਟ ਯਰ ਦੈਟ ਦੈਟ ਬਿਟ ਇਜ਼ ਵੈਰੀ ਈਜ਼ੀ ਟੂ ਡਿਸਕਵਰ ਗਾਇਜ਼ ਮਤਲਬ ਕੁਝ ਲੋਕਾਂ ਦੀ ਜਸਟ ਵਾਈਬ ਹੀ ਹੁੰਦੀ ਆ ਮੇਰੀ ਯੂਐਸਪੀ ਆ ਕੁਝ ਲੋਕਾਂ ਦਾ ਟੈਲੈਂਟ ਹੀ ਯੂਐਸਪੀ ਹੁੰਦਾ ਹੈ ਕੁਝ ਲੋਕਾਂ ਦੀ ਕੋਲ So sure be तो तो <laughs> कर <चली> <laughs> 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 ਨਹੀਂ ਨਹੀਂ ਮੈਂ ਤਾਂ ਗੱਲਾਂ ਕਰਨ ਸੀ ਯਾਰ ਨਾ ਮੈਂ ਅੱਛਾ ਫਾਸਟ ਕੁਐਸਚਨਸ ਪੁੱਛਣਾ ਲਾਸਟ ਸੈਗਮੈਂਟ ਆ ਚਲੋ ਗਾਇਸ ਠੀਕ ਹੈ ਜ਼ਿਆਦਾ ਨਹੀਂ ਆਪਾਂ ਤੁਹਾਨੂੰ ਲਾਈਟਲੀ ਲੈਂਦੇ ਯਾਰ ਤੁਸੀਂ ਦੇਖ ਰਹੇ ਹੋ ਤੱਕ ਠੀਕ ਆ ਉਹਦੇ ਲਈ ਥੈਂਕ ਯੂ ਆ ਫਾਸਟ ਟਰੈਂਡ ਕਿਹੜਾ ਹੁੰਦਾ ਉਹ ਜਲਦੀ ਜਲਦੀ ਸਵਾਲ ਪੁੱਛਣ ਵਾਲਾ ਰੈਪਿਡ ਫਾਇਰ ਰੈਪਿਡ ਫਾਇਰ ਸੋਰੀ ਯੈਸ ਫਾਸਟ ਕੁਐਸਚਨਿੰਗ ਯੈਸ ਸੋ ਫੇਵਰਿਟ ਫੂਡ ਰਾਜਮਾ ਛੋਲ ਰਾਜਮਾ ਛੋਲ ਯੈਸ ਕੀ ਬਾਤ ਹੈ ਆ ਫੇਵਰਿਟ ਸ਼ੂ ਬ੍ਰਾਂਡ ਸਕੈਚਰਸ ਅੱਛਾ ਕਿਉਂਕਿ ਮੈਂ ਦੇਖ ਰਹੀ ਹਾਂ ਸ਼ੂਸ ਤੁਹਾਡੇ ਬਹੁਤ ਲੱਗ ਲੱਗ ਹੁੰਦੇ ਨੇ ਯੋ ਬ੍ਰੋ ਥ अच्छा एक ड्रीम कार ਜਾਂ ਕੋਈ ਫੇਵਰੇਟ ਕਾਰ ਯਾਰ ਡ੍ਰੀਮ ਕਾਰ ਆਏ ਗੱਡੀਆਂ ਦਾ ਸੱਚੇ ਨਾਲ ਸ਼ੌਂਕ ਨਹੀਂ ਹੈਗਾ ਬਟ ਗੱਡੀ ਨੂੰ ਦੇਖਣ ਨੂੰ ਵਧੀਆ ਲੱਗਦੀ ਡਿਫੈਂਡਰ ਡਿਫੈਂਡਰ ਯਾ ਉਹ ਬਹੁਤ ਵੱਡੀ ਲੱਗਦੀ ਹੈ ਨਾ ਉਹ ਦੇਖਣ ਨੂੰ ਨਾਲੇ ਮੈਨੂੰ ਸਟਰੋਂਗ ਵੀ ਲੱਗਦੀ ਹੈ ਕਾਫੀ ਲੱਗਦੀ ਹੈ ਉਹ ਨਾਈਸ ਹੈ ਗੱਡੀ ਜੇ ਕਿਸੇ ਦੇਣੀ ਹੈ ਗਿਫਟ ਦੇ ਸਕਦੇ ਡਿਫੈਂਡਰ 1 ਕਰੋੜ ਦੀ ਗੱਡੀ ਆ ਉਹ ਤਾਂ ਯਾਰ ਹੈਗੇ ਆ ਚਾਣ ਵਾਲੇ ਤੇ ਫਾਜੀ ਕੀ ਕਹਿਣ ਲੱਗਾ ਸੀ ਮੈਂ ਹਾਂ ਇੱਥੇ ਗੱਡੀਆਂ ਦਾ ਰੇਟ ਅਲੱਗ ਆ ਨਾ ਥੋੜਾ ਜਾਂ ਹਾਂ ਟੈਕਸੀਸ ਟੈਕਸ ਨਹੀਂ ਬਦਲਦਾ ਟੈਕਸ ਕੱਟ ਹੈ ਇੱਥੇ ਯੈਸ ਇੱਥੇ ਗੱਡੀਆਂ ਸਾਫ਼ ਵੀ ਰੱਖਣੀਆਂ ਪੈਂਦੀਆਂ ਯੈਸ ਗੰਦੀ ਗੱਡੀ ਤੇ ਚਲਾਣ ਯੈਸ ਫਿਰ ਨਾ ਦੁਬਈ ਦਾ ਆਊਟਲੁੱਕ ਗੰਦਾ ਹੁੰਦਾ ਨਾ ਐਦਾਂ ਥੋੜੀ ਅਸੀਂ ਸਾਡਾ ਦੁਬਈ ਯੂ ਐਸ ਪੀ ਇਹ ਹੈ ਨਾ ਇੰਨਾ ਸੋਹਣਾ ਸਾਡਾ ਸ਼ਹਿਰ ਹੈ ਅਸੀਂ ਇੰਨੀ ਸੇਫਟੀ ਰੱਖੀ ਦੀ ਆ ਤਾਂ ਸਾਡਾ ਵੀ ਤਾਂ ਫਰਜ਼ ਬਣਦਾ ਨਾ ਅਸੀਂ ਇਹਨੂੰ ਸਾਫ਼ ਵੀ ਰੱਖੀਏ ਕਦੇ ਹੋਇਆ ਤੁਹਾਡਾ ਕੋਈ ਸਮਾਨ ਇੱਥੇ ਭੁੱਲ ਗਏ ਹੋ ਵਾਪਸ ਦੋ ਦਿਨਾਂ ਬਾਅਦ ਵੀ ਮਿਲ ਗਿਆ ਯਸ ਮੇਰਾ ਐਕਚੁਅਲੀ ਹੁਣ ਵੀ ਸਮਾਨ ਪਿਆ ਹੈ ਕਿਤੇ ਮੈਂ ਜਾ ਕੇ ਚੱਕਣਾ ਮੇਰੇ ਕੱਪੜੇ ਇੱਕ ਜਗ੍ਹਾ ਰਹਿ ਗਏ ਸੀਗੇ ਮੈਂ ਉਹ ਕਹਿੰਦੇ ਕੋਈ ਨਹੀਂ ਸਰ ਪਿਆ ਮੇਰੇ ਕੋਲ ਸਿਕਿਉਰਿਟੀ ਰੂਮ ਚ ਤੁਸੀਂ ਜਾ ਕੇ ਲੈ ਜਾਓ ਜੋ ਲਗਿਆ ਮੇਰਾ ਵੀ ਕੱਲ ਬੈਗ ਰਹਿ ਗਿਆ 2 ਘੰਟੇ ਅਸੀਂ ਪੋਡਕਾਸਟ ਕਰਨ ਚਲੇ ਗਏ ਡੇਜ਼ਰਟ ਸਫਾਰੀ ਵਾਪਸ ਆਇਆ ਤੇ ਮੈਂ ਕਿਹਾ ਮੇਰਾ ਬੈਗ ਬੜਾ ਤਾ ਕਹਿੰਦੇ ਮੈਂ ਮੇਰੇ ਨਾਲ ਇੱਕ ਇਨਸੀਡੈਂਟ ਹੋਇਆ ਸੀਗਾ I would want to share that ਕਿ ਐਜ਼ ਮੀ ਬੀਇੰਗ ਸਰਦਾਰ ਇਨ ਦੁਬਈ ਹਨਾ ਮੇਰਾ ਲਾਈਫ ਲੌਂਗ ਐਕਸਪੀਰੀਅੰਸ ਕੀ ਰਿਹਾ ਹੈ ਕਿਉਂਕਿ ਬਹੁਤ ਲੋਕਾਂ ਨੂੰ ਇਹ ਲੱਗਦਾ ਵਾ ਕਿ ਕਿ ਮੁਸਲਮਾਂਜ਼ ਇਲ ਟਰੀਟ ਕਰਦੇ ਆ ਦੂਜੇ ਮਜਬੂਰਿਆਂ ਨੂੰ ਹਾਂ ਹੈਨਾ ਕਾਫੀ ਲੋਕ ਸੋਚਦੇ ਬਟ ਇਹ ਗੱਲ ਗਲਤ ਹੈ ਕਿਉਂਕਿ ਜਿੰਨਾ ਜ਼ਿਆਦਾ ਮੁਸਲਮ ਸਰਦਾਰਾਂ ਨੂੰ ਪਿਆਰ ਕਰਦੇ ਆ ਨਾ ਉਹਨਾਂ ਆਈ ਡੋਨਟ ਥਿੰਕ ਕੋਈ ਹੋਰ ਇੰਨਾ ਕਰਦਾ ਹੈ ਮੈਨੂੰ ਯਾਦ ਆ ਕਿ ਮੇਰਾ ਨਾ ਰੋਡ ਰਸ਼ ਹੋ ਗਿਆ ਸੀ ਗੱਡੀ ਵੱਜੀ ਸੀ ਅੱਛਾ ਬਈ ਹੈਨਾ ਛੋਟਾ ਜਿਹਾ ਐਕਸੀਡੈਂਟ ਸੀਗਾ ਮਾਈਨਰ ਸੀਗਾ ਤੇ ਪੁਲਿਸ ਆਈਆ ਤੇ ਉਹ ਜਿਹੜਾ ਦੂਸਰਾ ਬੰਦਾ ਸੀ ਨਾ ਉਹ ਇੱਥੋਂ ਦਾ ਸੀ ਅਰਬ ਸਿਗਾ ਲੋਕਲ ਸੀਗਾ ਤੇ ਉਹ ਜਿੱਦਾਂ ਹੀ ਉਹ ਆਇਆ ਆ ਕੇ ਉਹਦੇ ਨਾਲ ਛੁਰਤੇ ਨਾਲ ਗੱਲ ਕਰਨ ਲੱਪਿਆ ਕਿ ਅ ਇਦਾਂ ਦਾ ਹੋਇਆ ਜੋ ਵੀ ਉਹਨੇ ਸਮਝਾ ਰਿਆ ਸੀ ਤੇ ਮੈਨੂੰ ਥੋੜੀ ਥੋੜੀ ਅਰਬੀ ਸਮਝ ਆਉਂਦੀ ਆ ਤਾਂ ਮੈਨੂੰ ਸਮਝ ਗਿਆ ਸੀ ਕਿ ਉਹ ਇਹ ਕਹਿਣਾ ਚਾਹੁੰਦਾ ਕਿ ਮੇਰੀ ਗਲਤੀ ਆ ਤੇ ਉਹ ਉਹ ਇਦਾਂ ਇਦਾਂ ਰੁਕਿਆ ਸੀ ਤੇ ਉਹਨੇ ਫੇਰ ਮੈਨੂੰ ਪੁੱਛਿਆ ਕੀ ਸਟੋਰੀ ਆ ਤੇ ਹੈ ਜੇ ਮੈਂ ਦੱਸ ਹੀ ਰਿਹਾ ਸੀਗਾ ਤੇ ਉਹਨੇ ਫੇਰ ਇੰਟਰਰਪਟ ਕਰਤਾ ਕਿ ਨਹੀਂ ਨਹੀਂ ਇਦਾਂ ਨਹੀਂ ਇਦਾਂ ਨਹੀਂ ਗਲਤ ਕਹਿ ਰਿਹਾ ਵਾ ਤਾਂ ਉਹ ਪੁਲਿਸਮੈਨ ਦੇ ਵਰਡਸ ਅਗੇ ਕਿ ਉਹਨੂੰ ਕਹਿ ਰਿਹਾ ਵਾ ਕਿ ਜਿਨ੍ਹਾਂ ਨੇ ਆਹਾ ਪਾਇਆ ਹੁੰਦਾ ਨਾ ਸਿਰ ਤੇ ਉਹ ਕਦੇ ਝੂਠ ਨਹੀਂ ਬੋਲਦੇ ਐਂਡ ਥਿਸ ਇਜ਼ ਲਾਈਕ 8-9 ਸਾਲ ਪੁਰਾਣੀ ਗੱਲ ਐਂਡ ਆਈ ਫੈਲਟ ਕਿ ਇਹ ਚੀਜ਼ ਇੱਕ ਸਾਡੀ ਪੱਗ ਬਾਰੇ ਐਨੇ ਲੋਕਾਂ ਨੂੰ ਪਤਾ ਹੈ ਨਾ ਤੇ ਉਹਦਾ ਕਦੇ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਆਮ ਹੈਪੀ ਦ ਵੇ ਸਾਡੀ ਕਮਿਊਨਿਟੀ ਸਰਵ ਕਰਦੀ ਆਲ ਓਵਰ ਦ ਵਰਲਡ ਐਂਡ ਸਾਡਾ ਵੀ ਫਰਜ਼ ਹੁੰਦਾ ਕਿ ਅਸੀਂ ਉਹਨੂੰ ਹਮੇਸ਼ਾ ਉੱਪਰ ਰੱਖਿਆ ਦਿਸ ਇਜ਼ ਵਾਟ ਹੈਪਨਡ ਵਿਦ ਮੀ ਹੇਅਰ ਦੁਬਈ ਮੈਨੂੰ ਬਹੁਤ ਅੱਛਾ ਲੱਗਦਾ ਕਿਉਂਕਿ ਮੈਂ ਐਜ਼ ਅ ਟੂਰਿਸਟ ਆਇਆ ਨਾ ਤਾਂ ਇਹ ਮੈਂ ਇੱਕ ਟੇਬਲ ਤੇ ਖਾ ਰਿਹਾ ਵਾਂ ਆਮ ਪੰਜਾਬੀ ਨਾਲ ਫਿਲੀਪੀਨਸ ਨੇ ਇੱਧਰ ਸਾਊਥ ਅਫਰੀਕਾ ਤੋਂ ਨੇ ਇਧਰੋਂ ਅਰੇਬਿਕ ਨੇ ਇਧਰੋਂ ਪਾਕਿਸਤਾਨ ਤੋਂ ਨੇ ਸਾਰੇ ਆਪਣਾ ਇੰਜੋਏ ਕਰਦੇ ਨੇ ਡਾਈਵਰਸ ਹੈ ਪੂਰੀ ਕੰਟਰੀ ਵੀ ਹੈਲੋ ਕਰ ਰਹੇ ਆ ਕੁਝ ਨਹੀਂ ਹੈਗਾ ਉਹਨਾਂ ਨੂੰ ਵੀ ਜਸਟ ਪਤਾ ਨਹੀਂ ਨਾਲ ਕੋਈ ਅਰਬਾਂ ਪਤੀ ਬੈਠਾ ਹੋਇਆ ਕੋਈ ਕੁਝ ਨਹੀਂ ਸਭ ਸਾਰੇ ਸੇਮ ਸਾਰੇ ਸੇਮ ਇੱਥੇ ਅਮੀਰ ਗਰੀਬ ਰੇਸਿਜ਼ਮ ਬਿਲਕੁਲ ਨਹੀਂ ਹੈਗਾ ਵੀਰੇ ਬਿਲਕੁਲ ਹੈਗਾ ਜ਼ੀਰੋ 0% ਐਂਡ ਉਹ ਇੱਕ ਬਹੁਤ ਹੀ ਜ਼ਿਆਦਾ ਦੁਬਈ ਦਾ ਸਟਰੋਂਗ ਪੁਆਇੰਟ ਹੈ ਕਿ ਰੇਸਿਜ਼ਮ ਭਾਈ ਕਿੱਦਾਂ ਘਟਦਾ ਹੁੰਦਾ ਰੇਸਿਜ਼ਮ ਐਦਾਂ ਘਟਦਾ ਹੁੰਦਾ ਜਦੋਂ ਬੰਦਾ ਐਜੂਕੇਟਡ ਹੁੰਦਾ ਹੂੰ ਜੇ ਬੰਦਾ ਐਜੂਕੇਟਡ ਹੋਣਾ ਰੇਸਿਜ਼ਮ ਘਟ ਜਾਂਦਾ ਸੋ ਦੁਬਈ ਗਵਰਨਮੈਂਟ ਐਜੂਕੇਸ਼ਨ ਨੂੰ ਐਨਾ ਸੀਰੀਅਸਲੀ ਲੈਂਦੀ ਆ ਕਿ ਦੇ ਮੇਕ ਸ਼ੋਰ ਕਿ ਉਹਨਾਂ ਦੀ ਯੂਥ ਵੀ ਪੜੇ ਤੇ ਵਾਕਈ ਵੀ ਪੜਨ ਜੋ ਪੜੂਗੇ ਦਾ ਪ੍ਰੋਬਲਮਸ ਨਹੀਂ ਹੋ ਗਿਆ ਹਮ ਐਂਡ ਇਹ ਹਰੇਕ ਗਵਰਨਮੈਂਟ ਨੂੰ ਇਹ ਚ ਸੋਚਣੀ ਚਾਹੀਦੀ ਆ ਐਂਡ ਦੇ ਆ ਵਰਰੀ ਗੁੱਡ ਦੁਬਈ ਵਿੱਚ ਮੈਰਿਜ ਮੈਰਿਜ ਓਪਨ ਨਹੀਂ ਨਾ ਹੁੰਦੀ ਇਹਨਾਂ ਦਾ ਮੈਂ ਕੁਐਸਚਨ ਸਹੀ ਪੁੱਛਿਆ ਹਾਂ ਜੀ ਜੀ ਦੁਬਈ ਵਿੱਚ ਜਿਹੜੇ ਇੱਥੋਂ ਦੇ ਨਿਕਲ ਚਿਰਦੇ ਨੇ ਅ ਅਰੇਬਿਕ ਨੇ ਜਾਂ ਸ਼ੇਖ ਨੇ ਉਹਨਾਂ ਦੀ ਬਹੁਤ ਘੱਟ ਗੈਸਟ ਹੁੰਦੇ ਨੇ ਆਈ ਗੈਸ ਉਹਨਾਂ ਦੇ ਯਸ ਆਈ ਥਿੰਕ ਉਹਨਾਂ ਦੀ ਇੰਟੀਮੇਟ ਵੈਡਿੰਗਸ ਹੁੰਦੀ ਆ ਸਾਡੇ ਪੰਜਾਬੀਆਂ ਕੋਲ ਸ਼ੋਰ ਸ਼ਰਾਬਾ ਨਹੀਂ ਹੁੰਦਾ ਬਟ ਉਹ ਜਿੰਨਾ ਕਿ ਵੀ ਆਪਣਾ ਕਰਦੇ ਹੋ ਆਪਣਾ ਟੌਪ ਨੌਚ ਕਰਦੇ ਹੋਗੇ ਬਟ ਮੇ ਵੀ ਘੱਟ ਲੋਕਾਂ ਨਾਲ ਕਰਦੇ ਹੋਗੇ ਮੈਂ ਅੱਜ ਤੱਕ ਕੋਈ ਵੈਡਿੰਗ ਅਟੈਂਡ ਨਹੀਂ ਕੀਤੀ ਸੋ ਆਈ ਮੇ ਨਾਟ ਨੋ ਆਲਸੋ ਤੇ ਯਾ ਬਟ ਇਟਸ ਲਾਈਕ ਥੈਟ ਆਪਣਾ ਉਹ ਚੱਲਦਾ ਪਿਆ ਸੀ ਸੱਚ ਰੈਪਿਡ ਫਾਇਰ ਹਾਉ ਹਾ ਉਹ ਲਗੇ ਇਹ ਤਾਂ ਬਾਲਾ ਸਲੋ ਫਾਇਰ ਹੋ ਗਿਆ ਹਾਉ ਮਨੀ ਟਰਬਨਸ ਯੂ ਹੈਵ 50 60 ਤਾਂ ਹੋਣੀ ਆ 60 ਕੋ ਹੋਣੀ ਆ ਨਾ ਹੁਣ ਤਾਂ ਰੰਗ ਵੀ ਬੜੇ ਅਲੱਗ-ਅਲੱਗ ਹੋ ਗਏ ਅੱਛਾ ਫੇਵਰਿਟ ਕਲੋਥਿੰਗ ਬ੍ਰਾਂਡ ਮੈਨੂੰ ਐਡਿਟ ਆਸਪਾਸੋਂ ਦਾ ਜਿਹੜਾ originals ਹੈ ਨਾ ਜਿਹੜੇ loose clothing coat ਆਦਾਂ ਦੇ ਬਟ ਮੈਂ ਮੋਸਟਲੀ ਬ੍ਰਾਂਡਸ ਘੱਟ ਖਰੀਦਦਾ ਮੈਂ ਇਹਦੀ ਸ਼ੀਨ ਵਗੈਰਾ ਦਿੱਲੀ ਤੋਂ ਖਰੀਦ ਲੈਂਦਾ ਦਾ ਜਿਆਦਾ ਫਰਸਟ ਫਲਾਈਟ ਐਕਸਪੀਰੀਅੰਸ ਤੇ ਕਦੋਂ ਲਈ ਸੀ ਤੇ ਕਿਹੜੀ 에ਰਲਾਈਨ ਸੀ ਤੇ ਕਿੱਥੇ ਜਾ ਰਹੀ ਸੀ ਸੋ ਬੀਗ ਇਨ ਦੁਬਈ ਸੀ ਇੰਡੀਆ ਦਾ ਬਹੁਤ ਜਾਂਦੇ ਹੁੰਦੇ ਸੀਗੇ ਬਟ ਮੈਂ ਇੰਡੀਆ ਤੋਂ ਅਲਾਵਾ ਦੱਸ ਦਿੰਦਾ ਕਿ ਜਦੋਂ ਮੈਂ ਫਰਸਟ ਟਾਈਮ ਇੱਕ ਫੋਰਨ ਕੰਟਰੀ ਗਿਆ ਸੀ ਮੈਂ ਬਾਰਸਲੋਨਾ ਗਿਆ ਸੀ that was my first ever trip outside india ਤੇ ਮੈਂ ਬਹੁਤ ਐਕਸਾਈਟਡ ਸੀਗਾ ਤੇ ਉਸ ਇੱਕ ਟ੍ਰਿਪ ਨੇ ਹੀ ਬਹੁਤ ਇੱਕ ਐਨਲਾਈਟਮੈਂਟ ਦੇ ਦਿੱਤੀ ਕਿ ਟ੍ਰੈਵਲ ਕਰਕੇ ਬੰਦਾ ਕਿੰਨਾ ਕੁਝ ਸਿੱਖਦਾ ਆ ਸਹੀ ਗੱਲ ਹੰਦੇ ਐਂਡ ਤੁਸੀਂ ਇੱਕ ਆਪਣੇ ਨੋਨ ਸਰਕਲ ਚੋਂ ਨਿਕਲ ਕੇ ਜਦੋਂ ਇਦਾਂ ਦੇ ਸਰਕਲ ਚ ਆ ਖੜਦੇ ਨਾ ਜਿੱਥੇ ਤੁਹਾਨੂੰ ਇੱਕ ਬੰਦਾ ਨਹੀਂ ਪਛਾਣਦਾ ਫਿਰ ਤੁਹਾਨੂੰ ਪਤਾ ਚੱਲਦਾ ਕਿ ਵੀ ਤੁਸੀਂ ਕਿੱਥੇ ਖੈ ਗਏ ਹੋ ਕੀ ਹੈਨਾ ਕਿੱਥੇ ਗੋ ਕਿੰਨੇ ਜੁਗ ਗਿਆ ਤੁਸੀਂ ਉੱਥੇ ਭਵਾਂ ਤੁਹਾਡੇ ਚੰਡੇ ਝੂਲਦੇ ਹੁਣ ਇੱਥੇ ਤੁਹਾਨੂੰ ਕੋਈ ਨਹੀਂ ਪੁੱਛਦਾ ਸੋ ਬੀ ਹੰਬਲ ਬੀ ਨੋਰਮਲ ਆ ਨਾ ਸੋ ਐਂਡ ਮੈਂ ਉਸ ਦਿਨ ਸੋਚਿਆ ਕਿ ਆਮ ਨਾਟ ਗੋਇਨ ਟੂ ਲੀਵ ਦਿਸ ਬੈਕ ਮੈਂ ਟ੍ਰੈਵਲ ਕਰਨਾ ਟ੍ਰੈਵਲ ਕਰਨਾ ਦੈਟਸ ਬੜੀ ਚੀਲਿਆ ਤੁਸੀਂ ਨਾ ਲਾਈਕ ਬਹੁਤ ਜ਼ਿਆਦਾ ਬਹੁਤ ਸਪੈਂਡਿੰਗ ਕਰਦੇ ਹੋ ਨਾ ਬਹੁਤ ਜ਼ਿਆਦਾ ਸਪੈਂਡਿੰਗ ਕਰਨਾ ਵੀ ਚਾਹੀਦਾ ਆਪਣੇ ਆਪ ਨੂੰ ਪਿਆਰ ਕਰਨਾ ਆਪਣੇ ਆਪ ਨੂੰ ਪਿਆਰ ਕਰਦੇ ਹੋ ਨਾ ਓ ਟੂ ਮੱਚ ਸ਼ੀਸ਼ੇ ਤੇ ਦੋਸ ਦੇਖਦੇ ਆ ਵੀ ਹਾੜੀ ਟੂ ਮੱਚ ਟੂ ਮੱਚ ਟੂ ਮੱਚ ਪਿਆਰ ਕਰਨਾ ਜ਼ਰੂਰੀ ਹੈ ਮੇਰੀ ਟੀਮ ਵਾਲੇ ਵੀ ਤੰਗ ਆ ਜਾਂਦੇ ਆ ਆਪਣੇ ਆਪ ਨੂੰ ਦੇਖਦਾ ਰਹਿੰਦਾ ਮਟਿਆ ਕੀ ਕਰੀਏ ਆਤ ਪੈ ਗਿਆ ਹੁੰਦਾ ਅੱਛਾ ਫਟਾਫਟ ਤੁਸੀਂ ਐਟ ਲੀਸਟ 10 ਪੰਗੜੇ ਦੇ ਸਟੈਪ ਦੇ ਨੇਮ ਦੱਸਨੇ ਆਹ ਮਾਈ ਗਾਡ ਮੋਰ ਚਾਲ ਕਬੂਤਰ ਚਾਲ ਫੁੱਲ ਪੰਜਾਬ ਪਟਾਕਾ ਚਾਫਾ ਡਬਲ ਚਾਫਾ ਫੁਲਕਾ ਫੁੰਮਣੀਆਂ ਕਿੰਨੇ ਹੋ ਗਏ 8 ਹੋ ਗਏ ਆ ਬੈਠ ਕ ਥੈਨ ਹਾਂ ਉਹ ਤਾਂ ਫੁਲਕਾ ਮੈਂ ਕਹਿੰਦਾ ਫੁਲਕਾ ਹੀ ਹੈ ਯਾ ਇਹ ਫੁਲਕਾ ਨੋ ਫਿਰ ਜੰਡੂ ਸਿੰਘ ਆ ਯਾ ਦੱਸ ਜੰਡੂ ਸਿੰਘ ਆ ਅੱਛਾ ਅਸੀਂ ਜਿੰਦੂ ਆ ਕਹਿੰਦੇ ਜੀ ਜਿੰਦੂ ਆ ਅੱਛਾ ਐਂਡ ਮੋਰ ਚਾਲ ਇਸ ਸਿਮਿਲਰ ਜਾਨੀ ਕਿ ਫੁੰਮਣੀਆਂ ਵਧੀਆ ਸਟੈਪ ਆ ਨਾ ਉਹ ਲਾ ਯਾ ਹਾਂ ਓਕੇ ਓਕੇ ਪੰਜਾਬ ਆ ਵਾ ਉਹਦੇ ਨਾਲ ਆਈ ਫੋਰਗਟ ਸੋ ਮਨੀ ਤਮਾਲ ਸਿੰਗਲ ਤਮਾਲ ਡਬਲ ਤਮਾਲ ਯਾ ਝੂਮਰ ਮੈਂ ਕਹਿ ਤੇ ਦੱਸ ਤੋਂ ਜ਼ਿਆਦਾ ਗਾ ਝੂਮਰ ਵੀ ਹੈ ਨਾ ਹਾਂ ਫਾਸਟ ਝੂਮਰ ਉੱਡਾ ਝੂਮਰ ਅੱਛਾ ਸਿਆਲਕੋਟੀ ਝੂਮਰ ਆ ਕਿਹੜਾ ਹੁੰਦਾ ਹੈ ਫਸਲਾ 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 ਥੋੜੇ ਲਗ ਲਗ ਨਾਮ ਨੇ ਉੱਥੇ ਪਤਾ ਨਹੀਂ ਮੁਲਤਾਨੀ ਪਤਾ ਨਹੀਂ ਕੰਦੇ ਆ ਸ਼ਾਇਦ ਹੀ ਗੱਸ ਅੱਛਾ ਕੁਝ ਥੋੜੇ ਜਿਹੀ ਹੈਗੀ ਐ ਵੇਰੀਏਸ਼ਨ ਨੂੰ ਪੰਜਾਬ ਕਹਿ ਦਿੰਦੇ ਆ ਆਈ ਵਿਸ਼ ਇੱਕ ਨਾ ਕੋਈ ਟੀਮ ਬਣ ਜਵੇ ਜਿਹੜੇ ਕਿ ਸਾਰੇ ਨਾਮਸ ਨੂੰ ਯੂਨੀਵਰਸਲ ਕਰ ਦੇਵੇ ਹਾਂ ਵੀ ਇਹਦਾ ਨਾਮ ਆ ਵਾ ਹਾਂ ਇਹਦਾ ਨਾਮ ਆ ਆ ਬਸ ਬਾਕੀ ਸਾਰੇ ਤੁਸੀਂ ਇਹਦਾ ਨਾਮ ਦੱਸੋ ਘੜੋਲ ਪੰਗੜਾ ਘੜੋਲ ਪੰਗੜਾ ਘੜੋਲ ਪੰਗੜਾ ਲੈਣਾ ਪਿਆ ਤੋਂ ਨੱਚਦਾ ਹੁੰਦਾ ডিসরেসপেক্ট ਨਹੀਂ ਕਰਦਾ ਯਾਰ ਮੈਨੂੰ ਐ ਨਾ ਕਿਉਂ ਨਿੰਬ ਕਰਦੇ ਜਦੋਂ ਸਾਰੇ ਕਰਦੇ ਆ ਇਹ ਘਡੋਲ ਭੰਗੜਾ ਕਰਦੀ ਆ ਜਦੋਂ ਇਹ ਮੂਚਲ ਮਾਲ ਪਾ ਕੇ ਕਰਦੇ ਆ ਨਾਗੇ ਡਾਂਸ ਉਹ ਕਰ ਲੈਣੇ ਤੁਸੀਂ ਕਰ ਲਈਦਾ ਬਟ ਹੋਣ ਨਹੀਂ ਕਰ ਸਕਦੇ ਨਾਲ ਹੀ ਵੀਡੀਓ ਵਾਇਰਲ ਹੋਣੀ ਆ ਆ ਦੇਖੋ ਜੀ ਭੰਗੜੇ ਦੇ ਕੋਚ ਕੀ ਕਰਦੇ ਕੀ ਕਰਦੇ আচ্ছা ਸੁਣਨਾ ਮੇਰੀ ਤੇ ਪਰਮੇਸ਼ਵਰ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹਦੇ ਚ ਉਹ ਮੈਂ ਨਾਲ ਸਟੈਪ ਕਰਦੇ ਆ ਹੂੰ ਤੋਂ ਭਾਈ ਨੇ ਮੈਨੂੰ ਬੁਲਾਇਆ ਸਟੇਜ ਤੇ ਹਨਾ ਤੇ ਅਸੀਂ ਵੈਸੀ ਨੱਚ ਰਹੇ ਸੀ ਵਿਆਹ ਤੇ ਸੀਗੇ ਕਿਤੇ ਤੇ ਮੈਂ ਸਟੈਪ ਕਰ ਰਿਹਾ ਸੀ ਥਾਪੀ ਵਾਲਾ ਹਨਾ ਇਦਾਂ ਤੋਂ ਪਰਮੇਸ਼ ਤੇ ਮੈਂ ਪਰਮੇਸ਼ ਭਾਈ ਆਏ ਮੈਨੂੰ ਕਹਿੰਦੇ ਕਿ ਆਪਾਂ ਥਾਪੀ ਇਦਾਂ ਨਹੀਂ ਕਰਨੀ ਆਪਾਂ ਇਦਾਂ ਕਰਨੀ ਆ ਉਹ ਲਾਈਕ ਸਟੇਜ ਤੇ ਮੈਨੂੰ ਕਹਿ ਰਿਹਾ ਤੋਂ ਇਦਾਂ ਕਰਕੇ ਪਾ ਦਿੱਤੀ ਹਨਾ ਉਹ ਵੀਡੀਓ ਵਾਇਰਲ ਹੋ ਗਈ ਉਹ ਨਿਊਜ਼ ਚੈਨਲਾਂ ਨੇ ਪਾ ਦਿੱਤੀ ਕਿ ਪਰਮੇਸ਼ ਵਰਮਾ ਨੇ ਆਪਣੇ ਫੈਨ ਨੂੰ ਸਿਖਾਇਆ ਭੰਗੜਾ ਪਰਮੇਸ਼ ਵਰਮਾ ਨੇ ਆਪਣੇ ਫੈਨ ਨੂੰ ਸਿਖਾਇਆ ਭੰਗੜਾ ਨਾ ਤੇ ਫਿਰ ਉਹਦੇ ਲੋਕੀ ਕਮੈਂਟ ਕਰਕੇ ਲੜੀ ਜਾਂਦੇ ਆ ਓ ਜਿਨੂੰ ਤੁਸੀਂ ਫੈਨ ਕਹਿ ਰਹੇ ਹੋ ਨਾ ਉਹ ਭਗੜੇ ਦਾ ਉਸਤਾਦ ਆ ਉਹ ਐ ਤਾਂ ਐ ਤੇ ਅਸਲੀ ਗੱਲ ਕਿਸੇ ਨੂੰ ਪਤਾ ਹੀ ਨਹੀਂ ਕੀ ਹੋਈ ਕੀ ਸੀਗੀ ਉੱਥੇ ਬੜੇ ਸ਼ੌਕ ਕੇ ਵਾਇਰਲ ਹੋ ਗਈ ਸਾਨੂੰ ਥੋੜੇ ਫੋਲੋਅਰਸ ਮਿਲ ਗਏ ਤੇ ਮੈਂ ਪਰਮੇਸ਼ਰ ਭਾਈ ਭਾਈ ਬਹੁਤ ਹੱਸੇ ਜਿੱਦ ਦੇ ਅਸੀਂ ਵੀਡੀਓਜ਼ ਦੇਖਦੇ ਸੀ ਕਿ ਲੋਕ ਕੀ ਨਜਾਇਜ਼ ਹੀ ਲੜੀ ਜਾ ਰਹੇ ਆ ਤੇ ਉਹ ਕਮੈਂਟਸ 'ਚ ਹੀ ਲੜੀ ਜਾ ਰਹੇ ਆ ਹੋਰ ਚੀਜ਼ਾਂ ਹੋਰ ਟੌਪਿਕਸ ਨੂੰ ਵਿੱਚ ਲੈ ਗਏ ਚੱਲਦਾ ਫਨ ਸਾਰਿਆਂ ਦੇ ਆਪਣੇ ਆਪਣੇ ਥਾਟਸ ਆ ਇਹਦੇ ਥੱਲੇ ਵੀ ਕਮੈਂਟਸ ਮੈਨੂੰ ਲੱਗਦਾ ਜਿਹਦਾ ਜੋ ਮੈਂਟਲ ਸਟੇਟ ਚੱਲਦਾ ਪਿਆ ਜਿਹੜੇ ਟਾਈਮ ਜ਼ੋਨ ਚ ਹੈਗਾ ਉਹ ਜਿਹੜੀ ਪੋਜੀਸ਼ਨ ਚ ਹੈਗਾ ਉਸ ਹਿਸਾਬ ਨਾਲ ਕਮੈਂਟ ਕਰ ਦਿੰਦਾ ਆਈ ਗੈਸ ਯੈਸ ਯਾ ਹਾਂ ਟਰੂ ਕਿਉਂਕਿ ਬਹੁਤ ਸਾਰੇ ਐਕਸਟਰਨਲ ਫੈਕਟਰਸ ਜ਼ਰੂਰ ਇਨਫਲੂਐਂਸ ਕਰਦੇ ਆ ਤੇ ਮੈਂ ਟਰੈਵਲ ਚ ਇਹ ਵੀ ਚੀਜ਼ ਸਿੱਖੀ ਆ ਕਿ ਕਦੇ ਵੀ ਫਾਸਟ ਡਿਸੀਜਨ ਨਹੀਂ ਲਿਆ ਮੈਂ ਕਦੇ ਨਾ ਕਦੇ ਗੁੱਸੇ ਚ ਡਿਸੀਜਨ ਲਿਆ ਜੇ ਕੁਝ ਮਿਸ ਹੈਪਨ ਹੋ ਜਾਂਦਾ ਨਾ ਮੈਂ ਘਰ ਜਾ ਕੇ ਸੋ ਜਾਂਦਾ ਫਿਰ ਮੈਂ ਅਗਲੇ ਦਿਨ ਸੋਚਦਾ ਕਿ ਲਾਈਕ ਉਹ ਚੀਜ਼ ਵਰਥ ਇਟ ਹੈਗੀ ਆ ਉਸ ਤੇ ਐਦਾਂ ਦਾ ਰਿਐਕਟ ਕਰਨਾ ਹੈ ਕਿਦਾਂ ਤੇ ਬਟ ਹੁਣ ਹਰ ਕੋਈ ਨਹੀਂ ਇਹ ਚੀਜ਼ ਸਮਝਦਾ ਛੇਤੀ ਜਿਨ੍ਹਾਂ ਦਾ ਇਮੋਸ਼ਨ ਤੇ ਹੋਲਡ ਆ ਜਾਂਦਾ ਨਾ ਵੀ ਲਾਈਕ ਉਹ ਬਹੁਤ ਜ਼ਿਆਦਾ ਐਕਸਾਈਟਡ ਨਹੀਂ ਹੁੰਦੇ ਬਹੁਤ ਜ਼ਿਆਦਾ ਦੁੱਖ ਚ ਨਹੀਂ ਜਾਂਦੇ ਬਹੁਤ ਜ਼ਿਆਦਾ ਫਾਸਟ ਡਿਸੀਜਨ ਨਹੀਂ ਲੈਂਦੇ ਵੀ ਸੋਚਦੇ ਆ ਕਰਦੇ ਆ ਓਕੇ ਅੱਜ ਕੱਲ ਕੱਲ ਤੱਕ ਜੇ ਮੈਂ ਸੇਮ ਸੋਚਦਾ ਰਿਹਾ ਤਾਂ ਮੈਂ ਡਿਸੀਜਨ ਲੈ ਲਊਗਾ ਸੁਮਿਲਦਾ ਉਹ ਵਧੀਆ ਰਹਿੰਦੇ ਨੇ ਉਹ ਬੈਸਟ ਰਹਿੰਦਾ ਉਹ ਵਧੀਆ ਦੈਟਸ ਅ ਸਮਾਰਟ ਵੇ ਆਫ ਡੂਇੰਗ ਥਿੰਗਸ ਓਕੇ ਲੈਂਸ ਇਸ ਵਾਈਕਾ yes aise theek hai todi hon vi payo balances acha yaar hor kitna sawal se yaar main jo sawal ainde puchhe ya na aa ring kada payi hai tusi marriage di ring acha marriage di ring hai sohni hai king wali hai na ya sara kul queen wali hai acha last tusi bhabhi nu ki last time bhabhi ne mainu gift ditta hai ki gift kita si uh iceland da trip that ओके okay. यस yes. तुसी की गिफ्ट कीता सी यार मैं ही ਦਿੱਤਾ ਸੀ اچھا ਤੁਸੀਂ ਆਈਸ لینڈ ਦਾ ਟ੍ਰਿਪ ਗਿਫਟ ਕੀਤਾ ਸੀ ਯੈਸ ਇਟ ਵਾਸ ਅ ਮੈਰਿਜ ਐਨੀਵਰਸਰੀ ওকে ਯੈਸ ਲਾਸਟ ਵੀਕ ਹੀ ਆ ਲਾਸਟ ਮਨ ਸੈਕੰਡ ਫਿਬਰੀ ਸੈਕੰਡ ਫਿਬਰੀ ਸਾਡੀ ਵਿਡਿੰਗ ਡੇਟ ਆ 02 02 2020 ਅੱਛਾ 02 02 2020 2020 2020 2020 2020 2020 ਅੱਛਾ ਕਰੋਨਾ ਚ ਹੀ ਕਰਾ ਲਿਆ अच्छा ओके ਵਿਆ ਕਰੋਨਾ ਫੈਬ ਐਂਡ ਮਾਰਚ 1st ਵੀਕ ਸ਼ੁਰੂ ਹੋਇਆ ਵਾ ਤੇ ਮੈਂ ਆਮ ਸੋ ਹੈਪੀ ਕਿ ਸਾਡਾ ਵਿਆਹ ਕਰੋਨਾ ਤੋਂ ਪਹਿਲਾਂ ਹੋ ਗਿਆ ਪੂਰਾ ਧੂਮ ਧੜਕੇ ਨਾਲ ਸਾਰੀ ਟੀਮ ਦੋਸਤ ਫੈਮਿਲੀ ਸੇਫਲੀ ਚਲੇ ਗਏ ਵਾਪਸ ਤੇ ਫਿਰ ਲਾਕਡਾਊਨ ਸ਼ੁਰੂ ਹੋਇਆ ਫਰਸਟ viral video ਹੈਗੀ ਅਚਾਨੀ ਕ੍ਰੇਜ਼ੀ ਹੈ ਢੋਲ ਪੰਗੜਾ ਪੰਗੜੇ ਦੀ ਹੋਣੀ ਹੈ ਨਾ ਓ ਬ੍ਰੋ ਇਹੋ ਜਿਹੀ ਤੁਸੀਂ ਇਹਦੇ ਪਲੇ ਕਰਦੇ ਨਾ ਲੋਕਾਂ ਨੇ ਹਾਸੇਸ ਕਮਣਾ ਸੋ ਮੈਂ ਗਰੀਸ ਵਿੱਚ ਸੀਗਾ ਐਂਡ 10 ਦਿਨ ਹੋ ਗਏ ਸੀ ਟ੍ਰਿਪ ਨੂੰ ਤੇ ਬੀਚ ਕਲੱਬ ਤੇ ਸੀਗਾ ਐਂਡ ਉੱਥੇ ਚੱਲ ਪਿਆ ਪੰਜਾਬੀ ਗਾਣਾ ਹੂੰ ਤੇ ਮੈਂ 10 ਦਿਨ ਹੋ ਗਏ ਸੀ ਭੰਗੜਾ ਨਹੀਂ ਸਿਪਾਇਆ ਹੂੰ ਤੇ ਮੈਂ ਤਾਂ ਜਾ ਕੇ ਆਪਣਾ ਸਾਰਾ ਫੁਲਕਾ ਪਟਾਕਾ ਝਾਫਾ ਚੱਕ ਦਿੱਤਾ ਸੈਂਟਰ 'ਚ ਉਹ ਵੀਡੀਓ ਬਣ ਗਈ ਹੂੰ ਤੇ ਉਹ ਵੀਡੀਓ ਪੈ ਗਈ ਤੇ ਉਹ ਫਿਰ ਵੀਡੀਓ ਸਾਰੇ ਪਾਸੇ ਪਹੁੰਚ ਗਈ ਤੇ ਲੋਕੀ ਤਾਂ ਉਹਨੂੰ ਐਦਾਂ ਸ਼ੇਅਰ ਕਰਦੇ ਸੀ ਅੱਜ ਜੱਟ ਨੇ ਲਿਆ ਗੋਰੀਆਣਾ ਬਦਲਾ ਅੱਜ ਅੱਛਾ ਕਿ ਉਹ ਬੀਚ ਕਲੱਬਸ ਦੇਗਾ ਉੱਥੇ ਸਾਰੇ ਨੈਚੁਰਲ ਸੀ ਮੈਂ ਵਿੱਚ ਜਾ ਕੇ ਭੰਗੜਾ ਪਾਣਾ ਸ਼ੁਰੂ ਕਰਤਾ ਉਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਉਹ ਅੱਜ ਵੀ ਕਈ ਵਾਰੀ ਕਈ ਪੇਜ ਨਾ ਛੱਕ ਕੇ ਦੁਬਾਰਾ ਪਾ ਦਿੰਦੇ ਆ ਮੈਂ ਤੁਹਾਨੂੰ ਦੇ ਭੇਜੂੰਗਾ ਦੇਖਿਆ ਤੁਸੀਂ ਓਕੇ ਮੇਰਾ ਰੈਪਿਡ ਫਾਇਰ ਵੀ ਖਤਮ ਹੋ ਗਿਆ ਤੇ ਆਈ ਗੈਸ ਮੈਂ ਸਾਰੇ ਟੌਪਿਕ ਕਵਰ ਕਰ ਲਿਆ ਭੰਗੜਾ ਰਿਲੇਟਡ ਭਾਜੀ ਰਿਲੇਟਡ ਦੁਬਈ ਰਿਲੇਟਡ ਏਵਰੀਥਿੰਗ ਲਵ ਲਾਈਫ ਤੇ ਫਾਦਰ ਸਾਹਿਬ ਨੂੰ ਮੈਂ ਮਿਲਣਾ ਚਾਹੂੰਗਾ ਵੀ ਆ ਵਰਚੁਅਲ ਇੰਟਰਨੈਟ ਦੇ ਥਰੂ ਮੈਂ ਤੁਹਾਨੂੰ ਸਸਤੀ ਗੱਲ ਕਰਦਾ ਵੀ ਤੁਹਾਡੀਆਂ ਆਸ਼ੀਰਵਾਦ ਦਿਓ ਅਸੀਂ ਬੱਚਈਆਂ ਵੀ ਅਸੀਂ ਮਿਹਨਤ ਕਰਦੇ ਪਏ ਆ ਤੇ ਤੁਹਾਡੀ ਸਟੋਰੀ ਮੈਂ ਜਰੂਰ ਜਾਨਣਾ ਚਾਹੂੰਗਾ ਤਾਂ ਤੁਸੀਂ ਗੱਲ ਕਰਿਓ ਪਾਪਾ ਨਾਲ ਪੀ ਉਹਨਾਂ ਦੇ ਚਰਨਾਂ 'ਚ ਬੈ ਕੇ ਮੈਂ ਉਹਨਾਂ ਨੂੰ ਪੁੱਛੂੰਗਾ ਵੀ ਕਿੱਦਾਂ ਕਿੱਦਾਂ ਅੱਗੇ ਗ੍ਰੋਇੰਗ ਆ ਸ਼ਾਇਦ ਸਾਨੂੰ ਲਾਈਫ ਲੈਸਨ ਮਿਲੇ ਕੋਈ ਸਾਨੂੰ ਅਕਲ ਆਵੇ ਸਿਆਣੇ ਹਮੇਸ਼ਾ ਮੈਨੂੰ ਮੈਨੂੰ ਐ ਲੱਗਦਾ ਵੀ ਸਿਆਣੇ ਹਮੇਸ਼ਾ ਐ ਕਰਕੇ ਸਮਝਾਉਣ ਵੀ ਐ ਨਹੀਂ ਕਰੀਦਾ ਹੁੰਦਾ ਹਾਂ ਨਹੀਂ ਤਾਂ ਮਜ਼ਾ ਹੁੰਦਾ ਮੈਨੂੰ ਵੀ ਸਿਆਣਾ ਨਾ ਵੱਡਾ ਹੀ ਰਵੇ ਯੈਸ ਯੈਸ ਉਹਨਾਂ ਕੋਲ ਉਹ ਚੀਜ਼ ਨਾ ਬਦਿਆ ਲੱਗਦੀ ਆ ਕਿ ਤੇ ਮੇਰਾ ਵੀ ਜਦੋਂ ਮੈਂ ਪੰਜਾਬ ਜਾਂਦਾ ਨਾ ਆਈ ਲਾਈਕ ਟੂ ਸਿਟ ਵਿਦ ਮਾਈ ਐਲਡਰ ਰਿਲੇਟਿਵਸ ਹਨਮ ਕਿ ਉਹ ਬਹੁਤ ਇੱਕ ਵੰਡਰਫੁਲ ਫੀਲਿੰਗ ਆ ਉਹਨਾਂ ਨੇ ਇੱਥੋਂ ਐਦਾਂ ਦੀ ਗੱਲ ਕਿਉਂਕਿ ਉਹਨਾਂ ਲਈ ਨਾ ਤੁਹਾਡਾ ਸਟੇਟਸ ਕੁਝ ਨਹੀਂ ਮੈਟਰ ਕਰਦਾ ਹਨਾ ਤੁਸੀਂ ਉਹੀ ਹੋ ਤੇ ਉਹ ਚੀਜ਼ ਜਿਹੜੀ ਵੈਲਿਊ ਹੈ ਨਾ ਇਟਸ ਅ ਲੋਟ ਦੈਟ ਵੇ ਅੱਛਾ ਤੁਹਾਡੇ ਨਿਕਨੇਮ ਕੀ ਨੇ ਘਰੇ ਸੋਨਾ ਪੁੱਤ ਸੋਨਾ ਪੁੱਤ ਉੱਠ ਗਿਆ ਉੱਠ ਜਾ ਰਾਜੇ ਜੀ ਰਾਜਾ ਬੇਟਾ ਰਾਜਾ ਬੇਟਾ ਹਰਦੀ ਵੀ ਕਹ ਦਿੰਦੇ ਹੁਣ ਤਾਂ ਆਦਤ ਪੈ ਗਈ ਨਾ ਕਿ ਸਾਰੇ ਕਹਿੰਦੇ ਸੀ ਤੇ ਅਬਟ ਮੋਸਟਲੀ ਨਾ ਮਮ ਡਾੜਨੇ ਸ਼ੁਰੂ ਤੋਂ ਆਦਤ ਰੱਖੀ ਹੈ ਕਿ ਮੇਰਾ ਨਾਮ ਹਰਦੀਪ ਹੀ ਲਿਆ ਜਾ ਹਰਦੀਪ ਤੋਂ ਜੇ ਕੋਈ ਫੈਮਲੀ ਮੈਂਬਰ ਕੋਈ ਹੋਰ ਨਾਮ ਕਹਿੰਦਾ ਸੀ ਤਾਂ ਟੋਕ ਲੈਂਦੇ ਸੀ ਕਿ ਨਹੀਂ ਹਰਦੀਪ ਹੀ ਬੁਲਾਉਣਾ ਅੱਛਾ ਗੋਰੇ ਨਾਮ ਲੰਦੇ ਨਾ ਉਹ ਸਟਾਪ ਕਰ ਦਿੰਦੇ ਨੇ ਲਾਈਕ ਹਰਦੀਪ ਪੰਜਾਬੀ ਨਾਮ ਲੰਦੇ ਹਰਦੀਪ ਹਾਂ ਆ ਜਾਂ ਫਿਰ ਹਰਦੀਪ ਹਾਂ ਹਰਦੀਪ ਹੈ ਹਾਂ ਹਾਂ ਵੇਅਰ ਆਰ ਯੂ ਗੋਇੰਗ ਕਿਹੜੇ ਕਿਹੜੀ ਕਿਹੜੀ ਲੈਂਗੁਏਜ ਹੁੰਦੀ ਹੈ ਤੁਹਾਨੂੰ ਆ ਇੰਗਲਿਸ਼ ਹਿੰਦੀ ਪੰਜਾਬੀ ਤੋਂ ਇਲਾਵਾ ਮੈਂ ਥੋੜੀ ਬਹੁਤ ਅਰਬਿਕ ਬੋਲ ਲੈਂਦਾ ਅਰਬਿਕ ਹਲਕੀ ਜੀ ਜ਼ਿਆਦਾ ਨਹੀਂ ਓਕੇ ਯਾ ਮਤਲਬ ਮਾੜੀ ਮੋਟੀ ਸਮਝ ਲੈਂਦੇ ਹੋ ਕਿ ਇੱਥੇ ਯੈਸ ਯਾ ਪੜ ਲੈਂਦਾ ਤੁਸੀਂ ਲਗਾਉਂਦੇ ਹੋ ਤਾਂ ਇੱਤਰ ਲਗਾਉਂਦੇ ਹੋ ਪਰਫਿਊਮ ਫੇਵਰਿਟ ਪਰਫਿਊਮ ਕੋਈ ਆ ਵਰਸਾਚੇ ਦਾ ਆਈ ਥਿੰਕ ਉਹਨੂੰ ਇਰੋਸ ਕਹਿੰਦੇ ਆ ਵਰਸਾਚੇ ਦਾ ਇਰੋਸ ਯਾ ਉਕੇ ਮੈਂ ਅੱਜ ਹੀ ਕਿੰਨੇ ਸਾਰੇ ਬਾਏ ਕੀਤੇ ਨੇ ਕੁਝ ਗਿਫਟ ਕੀਤੇ ਨੇ ਵੀਰੇ ਨੇ ਸਮਸ ਅਰੇਬੀਆ ਬਹੁਤ ਵਧੀਆ ਬ੍ਰਾਂਡ ਹੈ ਸੋ ਰੀਲੀ ਗੁੱਡ ਪਰਫਿਊਮ ਆਲਸੋ ਆ ਉਦ ਨੇ ਤੇ ਬਾਕੀ ਆਉਦ ਕਹਿੰਦੇ ਆਉਦ ਉਦ ਉਦ ਨਾ ਮੈਨੂੰ ਬਹੁਤ ਵਧੀਆ ਲੱਗੇ ਮੈਂ 에어ਪੋਰਟ ਤੇ ਐਂਟਰ ਕੀਤਾ ਇੱਕ ਮੇਰੇ ਸ਼ੇਖ ਕੋਲੋਂ ਨਿਕਲਿਆ ਮੈਂ ਲਾਈਕ ਮੈਂ ਕਿਹਾ ਆਪ ਪਰਫਿਊਮ ਲੈਣਾ ਯਾਰ ਵੀ ਇਹ ਪਤਾ ਲੱਗਣਾ ਚਾਹੀਦਾ ਕੋਲੋਂ ਕਿ ਕੋਈ ਲੰਘ ਕੇ ਗਿਆ ਯਾਰ ਮੈਨੂੰ ਇਹ ਲੱਗਦਾ ਕੋਈ એનર્ਜੀ ਜੀ ਜਾਂਦੀ ਆ ਪਰਫਿਊਮ ਨਾਲ ਹੈ ਨਾ ਹੈਗਾ ਹੈਗਾ ਮੈਨੂੰ ਵੀ ਰੀਸੈਂਟਲੀ ਪਰਫਿਊਮਸ ਤੇ ਮਾਈ ਇੰਪੋਰਟੈਂਸ ਤੇ ਨਹੀਂ ਸ਼ੁਰੂ ਕੀਤਾ ਬਿਕੋਜ਼ ਆਈ ਫੀਲ ਲਾਈਕ ਇਟ ਮੇਕਸ ਐਨ ਇੰਪੈਕਟ ਹਮ ਯਾ ਡੈਫੀਨਟਲੀ ਵੀ ਲੱਗਦਾ ਯਾਰ ਸਮੈਲ ਕਰਕੇ ਵੀ ਮੈਨੂੰ ਲੱਗਦਾ ਸਮੈਲ ਤੋਂ ਹੀ ਪਰਸਨੈਲਿਟੀ ਜਜ ਹੁੰਦੀ ਹੈ ਅੱਛਾ ਓਕੇ ਹੁਣ ਤਾਂ ਚਲੋ ਕਾਫੀ ਜ਼ੈਂਜ਼ੀ ਨੇ ਉਹਨਾਂ ਨੂੰ ਪਰਫਿਊਮ ਦੀ ਫ੍ਰੈਗਰੈਂਸ ਤੋਂ ਪਤਾ ਲੱਗ ਜਾਂਦਾ ਅੱਛਾ ਗੂਚੀ ਫਲੋਰਾ ਹਮ ਜ਼ੈਂਜ਼ੀ ਦਾ ਬ੍ਰੋ ਪਤਾ ਹੈ ਨੈਕਸਟ ਲੈਵਲ ਹੀ ਆ ਕੁਝ ਚੀਜ਼ ਉਹ ਤੁਸੀਂ ਲਿਆ ਨਹੀਂ ਹਜੇ ਏਆਰ ਟੀਆਰ ਕਿ ਮੈਂ ਲੈਣਾ ਲੈ ਲਓ ਉੱਚ ਪੰਗੜਾ ਕਰਿਆ ਕਰੋ ਐਂ ਕਰਕੇ ਉਹਦੇ ਉਹਦੇ ਵਿੱਚ ਮੈਂ ਇੱਕ ਸਿਟੀ ਬਣਾ ਦੇਣੀ ਆ ਭੰਗੜਾ ਸਿਟੀ ਜਿੱਥੇ ਤੁਸੀਂ ਸਾਰੇ ਆ ਕੇ ਭੰਗੜਾ ਪਾਓ ਵਰਚੁਅਲ ਵਰਲਡ ਯਾ ਵਰਚੁਅਲ ਵਰਲਡ ਉਹਨਾਂ ਨੂੰ ਪਤਾ ਹੀ ਨਹੀਂ ਲੱਗਣਾ ਜਿਹੜੇ 80 70 ਬੌਰਨ ਨੇ ਕੀ ਕਰੀਏ ਕਿ ਵਰਚੁਅਲ ਵਰਲਡ ਕੋਈ ਜਗ੍ਹਾ ਲੈਣੀ ਅੱਛਾ ਜਿਵੇਂ ਜਗ੍ਹਾ ਆਪਾਂ ਖਰੀਦਦੇ ਆ ਨਾ ਵਰਚੁਅਲ ਚ ਵੀ ਜਗ੍ਹਾ ਖਰੀਦ ਖਰੀਦਦੇ ਨੇ ਵੈਸੇ ਤੁਸੀਂ ਲਈਏ AI ਵਰਚੁਅਲ ਕੋਈ ਪ੍ਰੋਪਰਟੀ ਨਹੀਂ ਨਹੀਂ ਮੇਕ ਕੋ ਹੈਗੀ ਵੈਸੇ ਵਰਚੁਅਲ ਪ੍ਰੋਪਰਟੀ ਹਾਂ ਦੁਬਈ ਚ ਹੀ ਹੋਵੇ ਅੱਛਾ ਡਾਊਨਟਾਊਨ ਦੇ ਨੇੜੇ ਡਾਊਨਟਾਊਨ ਦੇ ਨੇੜੇ ਓਪਨ ਸਪੇਸ ਪਤਾ ਨਹੀਂ ਕਿਹੜਾ ਸੀਗਾ ਮੇਰੇ ਦੋਸਤ ਨੇ ਲਿੰਕ ਭ ਕੰਡਾ ਲੈਲਾ ਇਹਦਾ ਪਤਾ ਸੀ ਓਪਨ ਸੀ ਓਪਨ ਸੀ ਸ਼ਾਇਦ ਨਹੀਂ ਓਪਨ ਹਾਂ ਓਪਨ ਸੀ ਸ਼ਾਇਦ ਠੀਕ ਤੁਸੀਂ ਤੋਂ ਵਿੱਚ ਗਏ ਉਹਦੇ ਵਿੱਚ ਵਰਚੁਅਲ ਵਰਡ ਇੱਕ ਇੰਟਰਨੈਟ ਨੇ ਮਤਲਬ ਇੱਕ ਸਪੇਸ ਬਣਾਈ ਹੈ ਉਹਦੇ ਵਿੱਚ ਤੁਸੀਂ ਆਪਣਾ ਲੋਟ ਖਰੀਦ ਲੋਟ ਖਰੀਦ ਸਕਦੇ ਯਾ ਐਸੀ ਮਾਰਸ ਤੇ ਵੀ ਜਗਾ ਹੁਣ ਮਿਲਣ ਲੱਗ ਗਈਆਂ ਯਾ ਹਾਂ ਉਹ ਦੁਨੀਆ ਕੋ ਭਾਜੀ ਕਿੰਨਾ ਮੈਂ ਪੰਗੜੇ ਨੂੰ ਮਾਰਸ ਤੱਕ ਲੈ ਕੇ ਜਾਣਾ ਵਾਓ ਬਸ ਐਕਚੁਅਲੀ ਇਟ ਇਜ਼ ਅ ਗੁੱਡ ਥਾਟ ਹੈ ਨਾ ਹਾਂ ਨਾ ਯਾ ਵੀਰੇ ਦੇਖੋ ਮੈਂ ਉੱਥੇ ਸੀਗਾ ਹੋਟਲ ਚ ਬੈਠਾ ਸੀ ਮੈਂ ਦੇਖ ਰਿਹਾ ਇੱਕ ਪਲੇਨ ਆੜ ਰਿਹਾ ਦੂਜਾ ਇਧਰੋਂ ਜਾ ਰਿਹਾ ਤੀਜਾ ਇਧਰੋਂ ਮੈਂ ਕਿਹਾ ਇਹ ਵੀ ਕਦੇ ਹੁੰਦਾ ਸੀਗਾ ਵੀ ਹਵਾਈ ਜਾ ਜੁੱਡੂਗਾ ਹਾਂ ਸੋ ਵੀ ਆਰ ਵੀ ਇੱਕ ਵਰਚੁਅਲ ਵਰਡ ਤਾਂ ਮੈਨੂੰ ਲੱਗਦਾ ਵੀ ਆਪਾਂ ਮਾਰਸ ਤੇ ਵੀ ਜਾਣਾ ਸ਼ੁਰੂ ਕਰ ਦੇ ਆ ਮਾਰਸ ਹੀ ਬੱਟੇ ਲੱਗ ਰਿਹਾ ਅੱਜ ਕਿਤੇ ਹੈਲਮਟ ਜੇ ਪਾਏ ਹੋਣੇ ਪੋਡਕਾਸਟ ਨੂੰ ਮਾਰਸ ਇਦਾਂ ਦਾ ਹੀ ਹੋਊਗਾ ਹਾਂ ਬਰੋ ਇਦਾਂ ਦਾ ਨਹੀਂ ਆਲੂ ਦੇ ਖੇਤ ਹੁਣੇ ਆ ਲਾਲ ਲਾਲ ਜੇ ਹੈਨਾ ਇਹ ਵੀ ਹੋ ਸਕਦਾ ਹੈ ਇਦਾਂ ਭੰਗੜਾ ਟੂ ਮਾਰਸ ਜਾਰਡਨ ਜਗਾ ਨਾ ਜਿਹੜੀ ਉਹ ਕਹਿੰਦੇ ਆ ਕਿ ਇਟਸ ਦ ਮੋਸਟ ਕਲੋਸਟ ਲੁਕਿੰਗ ਟੂ ਮਾਰਸ ਬੇਸਡ ਓਨ ਜਿੱਦਾਂ ਦੇ ਉਹਨਾਂ ਨੇ ਕੈਮਰਾਸ ਮਾਰਸ ਭੇਜ ਜਿੱਦਾਂ ਦੀ ਉਹਨਾਂ ਨੂੰ ਲੁੱਕ ਦਿਖਦੀ ਆ ਤੇ ਉਹਨਾਂ ਨੂੰ ਜਾਰਡਨ ਦਾ ਜਿਹੜਾ ਵਾਦੀ ਰਮ ਏਰੀਆ ਵਾ ਥੈਟ ਲੁਕਸ ਦ ਕਲੋਸਟਸ ਟੂ ਮਾਰਸ ਤੇ ਉਥੇ ਮਾਰਸ਼ੀਅਨ ਮੂਵੀ ਵੀ ਸ਼ੂਟ ਹੋਈ ਸੀਗੀ ਤੋ ਯਾਰ ਅਗਰ ਜਾਣਾ ਪਥੇ ਚੱਲ ਜਾਣਾ ਅਗਲਾ ਪੋਡਕਾਸਟ ਕਰ ਆਪਾਂ ਇਹਦਾ ਟਾਈਟਲ ਪਾ ਸਕਦੇ ਆ ਪੋਡਕਾਸਟ ਓਨ ਮਾਰਸ ਆਪ ਪਾ ਸਕਦੇ ਇੱਕ ਫੋਟੋ ਜੀ ਲਾ ਕੇ ਦੂਰੋਂ ਨਾ ਟਾਈਟਲ ਮਾਰਸ ਤੇ ਬੈਠੇ ਹਣਾ ਤੇ ਹੈਲਮਟ ਜੇ ਪਾ ਕੇ ਇਦਾਂ ਲਾਈਕ ਅਸੀਂ ਇੱਥੋਂ ਕਿੱਦਾਂ ਦੇ ਲੱਗਦੇ ਪਏ ਆ ਬੈਠੇ ਹੁਣ ਪਲੈਨਟ ਤੇ ਬੈਠੇ ਲੱਗਦੇ ਆ ਉਹ ਸਾਡਾ ਸਪੇਸ ਰੋਵਰ ਆ ਜਿੱਤੋਂ ਅਸੀਂ ਉੱਤਰ ਕੇ ਆਏ ਆ ਭਾਜੀ ਕਿੰਨੇ ਦਿਨਾਂ ਦਾ ਪੈਟਰੋਲ ਲੱਗ ਗਿਆ ਭਾਜੀ ਇਹ ਰੈਕਸ ਕਰਾ ਕਿੱਥੇ ਵਿੱਚ ਨਹੀਂ ਯਾਰ ਆਪਾਂ ਕੋ ਕਲਿੱਕ ਬੈ ਟਾਈਟਲ ਨਹੀਂ ਪਾਵਾਂਗੇ ਤੇ ਆਪਾਂ ਜੀ ਉਹਨਾਂ ਦਾ ਬਹੁਤ ਥੈਂਕ ਯੂ ਵਿਚਾਰੀ ਬਨੈਣਾ ਜੀ ਘੁੰਮੀ ਜਾਂਦਾ ਵਾ ਤੇ ਮੈਂ ਦੱਸਾਂ ਆ ਜਿਹੜੇ ਭਾਈ ਨੇ ਕੱਪੜੇ ਪਾਏ ਪਾਈ ਦੇ ਨਹੀਂ ਆਗੇ ਇਹ ਨਹੀਂ ਮੇਰੇ ਹੀ ਨੇ ਮੈਂ ਉਹਨੇ ਤੇਰੇ ਪਾਏ ਉਹ ਅੱਛਾ ਮੋਏ ਮੋਏ ਤਾਂ ਮੋਏ ਮੋਏ ਹੋ ਗਿਆ ਮੋਏ ਮੋਏ ਹੋ ਗਿਆ ਇਹ ਸ਼ੁਕਰ ਵਧੀਆ ਤੂੰ ਪਾ ਲੇ ਇਹ ਕੱਲ ਮੈਂ ਪਾਈ ਸੀ ਕਹਿੰਦਾ ਮੈਂ ਪੋਨੇ ਮੈਂ ਤੂੰ ਪਾ ਲਾ ਯਾਰ ਅਸੀਂ ਪਾ ਪੁਲੀ ਦੇ ਫਿਰ ਪਰ ਕਲੋਥਿੰਗ ਸ਼ੇਅਰ ਨਹੀਂ ਕਰਨੀ ਚਾਹੀਦੀ ਯਾਰ ਮੈਨੂੰ ਕਿਸੇ ਲੇਡੀ ਨੇ ਦੱਸਿਆ ਸੀ ਵੀ ਨੈਵਰ ਸ਼ੇਅਰ ਯੂਅਰ ਕਲੋਥਿੰਗ ਵੀ ਉਹ ਤੁਸੀਂ ਆਪਣੇ ਗੁਣ ਕਿਸੇ ਨੂੰ ਦੇ ਦੇਣੇ ਉਹਦੇ ਗੁਣ ਇੱਧਰ ਲੈ ਲੈਣੇ ਉਹ ਪਤਾ ਨਹੀਂ ਇਦਾਂ ਹੁੰਦਾ ਕਿ ਨਹੀਂ ਆ ਕਲੋਜ਼ ਵਨ ਆ ਤੁਸੀਂ ਕਲੋਥਿੰਗ ਸ਼ੇਅਰ ਕਰ ਸਕਦੇ ਹੋ ਲਾ ਮੇਰੇ ਕੱਪੜੇ ਵਿੱਚ ਅੱਛਾ ਤੂੰ ਕਲੋਜ਼ ਵਨ ਨਹੀਂ ਆ ਯਾਰ ਠੀਕ ਆ ਠੀਕ ਆ ਯਾਰ ਅੱਜ ਦਾ ਪੋਡਕਾਸਟ ਇੱਥੇ ਤੱਕ ਰੱਖਦੇ ਹਾਂ ਜਿੰਨੇ ਸਾਨੂੰ ਸੁਣਿਆ ਇੱਕ ਕੋਸ਼ਿਸ਼ ਹਮੇਸ਼ਾ ਇਹ ਹੁੰਦੀ ਹੈ ਮੇਰੀ ਜੋ ਅਸੀਂ ਇੱਥੇ ਪ੍ਰੈਜ਼ੈਂਟ ਆ ਉਹ ਤੁਹਾਨੂੰ ਵਾਈਬ ਮਿਲੇ ਪ੍ਰੋਪਰ ਵੀ ਕੱਟ ਪੇਸਟ ਜਾਂ ਉਦਾਂ ਨਾ ਵੀ ਇੱਕ ਨੇਚਰਲ ਵਾਈਬ ਮਿਲੇ ਅਨਫਿਲਟਰਡ ਅਨਫਿਲਟਰਡ ਜੀ ਹੈਨਾ ਉਦਾਂ ਦੀ ਵਾਈਬ ਮਿਲੇ ਤੇ ਅਨਫਿਲਟਰਡੀਆਂ ਗੱਲਾਂ ਕੀਤੀਆਂ ਜੋ ਸਵਾਲ ਸੀ ਕਰੇ ਨੂੰ ਪੁੱਛੇ ਵੀਰੇ ਨੇ ਵਧੀਆ ਪਿਓਰ ਭੰਗੜੇ ਵਾਂਗੂ ਪਿਓਰ ਹਾਰਟ ਨਾਲ ਆਨਸਰਸ ਕੀਤੇ ਨੇ ਤੇ ਇਹ ਤੁਸੀਂ ਸਪੋਟੀਫਾਈ ਤੇ ਗੂਗਲ ਪੋਡਕਾਸਟ ਤੇ ਐਪਲ ਪੋਡਕਾਸਟ ਤੇ ਐਮਾਜ਼ੋਨ 뮤ਜ਼ਿਕ ਤੇ ਗਾਨਾ.com ਤੇ YouTube ਤੇ YT 뮤ਜ਼ਿਕ ਤੇ Facebook ਤੇ ਸਾਰੇ ਕਿਤੇ ਆ ਜੂ ਜਿੱਥੇ ਤੇ ਤੁਹਾਨੂੰ ਲੱਗਦਾ ਵਾ ਉੱਥੇ ਸੁਣਿਓ ਮੈਂ ਖੁਦ ਵੀ ਲਾਈਕ ਆਈ ਲਵ ਲਿਸਨਿੰਗ ਟੂ ਸਮਵਨਸ ਪੋਡਕਾਸਟ ਲਾਈਕ ਆਈ ਫਾਲੋ ਐਂਡ ਆਮ ਮੈਂ ਹੁਣ ਵਾਪਸ ਜਾ ਕੇ ਮੈਂ ਗੁਰਨਾਮ ਭਾਜੀ ਵਾਲਾ ਸੇਵ ਕੀਤਾ ਹੋਇਆ ਵਾ ਭਾਜੀ ਵਾਲਾ ਦੇਖਣਾ ਵਾ ਉਹ ਮੇਰਾ ਰਹਿ ਗਿਆ ਐ ਸੋ ਲਾਈਕ ਆਈ ਆਲਸੋ ਵਾਂਟ ਟੂ ਨੋ ਕਿਉਂਕਿ ਜੇ ਕੋਈ ਪਰਸਨ ਕਿਤੇ ਹੁੰਦਾ ਹੈ ਨਾ ਉਹ ਕੁਝ ਚੀਜ਼ਾਂ ਕਰਕੇ ਪਹੁੰਚਦਾ ਹੁੰਦਾ ਤੇ ਜੇ ਉਹ ਚੀਜ਼ਾਂ ਸਹੀ ਛੇਤੀ ਸਿੱਖ ਲਏ ਤਾਂ ਚ ਕੀ ਮਾਰੀ ਗੱਲ ਹੈ ਸੇਮ ਪੋਡਕਾਸਟਿੰਗ ਮੈਨੂੰ ਹੁਣ ਤੁਸੀਂ ਜੋ ਦੁਬਈ ਚੋਂ ਜਾਂ ਹੈ ਨਾ ਜੋ ਤੁਸੀਂ ਚੀਜ਼ਾਂ ਦੇਖੀਆਂ ਮੇਰੇ ਲਈ ਵੀ ਨਵੀਆਂ ਨੇ ਠੀਕ ਹੈ ਮੈਂ ਉਸ ਫੈਮਲੀ ਤੋਂ ਮੈਂ ਆਪਣੀ ਦੇਸੀ ਫੈਮਲੀ ਤੋਂ ਹੋਇਆ ਹੈ ਨਾ ਤਾਂ ਮੈਂ ਵੀ ਸਿੱਖ ਰਿਹਾ ਹਾਂ ਨਾ ਸਿੱਖਣਾ ਹੀ ਸਭ ਨਾਲ ਵੱਡਾ ੜਾ ਮੈਨੂੰ ਇਹ ਹੁੰਦਾ ਮੈਂ ਹਰ 6 ਮਹੀਨੇ ਬਾਅਦ ਆਪਣੇ ਆਪ ਨੂੰ ਤਰਾਸ਼ਦਾ ਜਾਵਾਂ ਜਿਹੜੀ ਚੀਜ਼ ਮੈਨੂੰ ਤੁਹਾਡੇ ਚ ਬੈਸਟ ਲੱਗੀ ਮੈਂ ਲੈ ਲੈਣੀ ਆ ਠੀਕ ਹੈ ਇਹੀ ਹੁੰਦਾ ਵੀ ਹਾਂ ਯਾਰ ਸਾਡੇ ਵੀਰੇ ਕੋਲ ਆ ਸਕਿਲਸ ਯਾਰ ਆ ਮੈਂ ਇਹਨੂੰ ਆਪਣੀ ਲਾਈਫ ਵਿੱਚ ਕਰੂੰਗਾ ਇਦਾਂ ਸੋ ਇਦਾਂ ਦਾ ਮੈਂ ਚੀਜ਼ਾਂ ਚੱਕੀ ਜਾਂਦਾ ਤੇ ਮੇਰੀ ਗਰੋਥ ਹੋਈ ਜਾਂਦੀ ਹੈ ਹਾਂਜੀ ਨਹੀਂ ਨਹੀਂ ਦੈਟਸ ਹਾਊ ਅ ਪਰਸਨ ਆਈ ਗੈਸ ਸਾਰੀ ਮਾਈਂਡ ਗੇਮਰਸ ਦਿਮਾਗ ਹੈ ਨਾ ਇਹਦੇ ਕੰਦੇ ਇਹਨੂੰ ਚਲਾਣ ਲਈ ਨਾ ਪਤਾ ਨਹੀਂ ਕਿੰਨੀ ਪਾਵਰ ਚਾਹੀਦੀ ਆ ਜਿਹੜਾ ਆਪਣੇ ਕੋਲ ਦਿਮਾਗ ਹੈਗਾ ਥਾਟ ਪ੍ਰੋਸੈਸ ਅਗਰ ਇਹਨੂੰ ਆਪਾਂ ਕਲੀਨ ਕਰ ਲਈਏ ਪੋਜ਼ਿਟਿਵਿਟੀ ਰੱਖੀਏ ਤੇ ਜੋ ਆਪਾਂ ਕਰਨਾ ਚਾਹੁੰਦੇ ਆ ਮੈਂ ਸਾਰਿਆਂ ਨੂੰ ਇੱਕ ਚੀਜ਼ ਕਹਿਣਾ ਚਾਹੁੰਦਾ ਵੀ ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਇੱਕ ਵਾਰ ਨਾ ਸਾਇਲੈਂਟਲੀ ਬੈ ਕੇ ਸੋਚੋ ਵੀ ਆਹ ਮੇਰੀ ਜ਼ਿੰਦਗੀ ਆ ਮੇਰੇ ਕੋਲ ਆ ਰਿਸੋਰਸਸ ਨੇ ਮੇਰਾ ਬੈਕਗ੍ਰਾਉਂਡ ਇਦਾਂ ਵਾ ਮੇਰੇ ਕੋਲ ਐਜੂਕੇਸ਼ਨ ਨਹੀਂ ਆ ਮੈਂ ਕਰਨਾ ਕੀ ਚਾਹੁੰਦਾ ਫਿਰ ਫੋਕਸਡ ਹੋ ਕੇ ਲੱਗ ਜਾਓ ਪਰਵਾਹ ਨਾ ਕਰੋ ਵੀ ਮੈਂ ਉਹਨੂੰ ਖੁਸ਼ ਰੱਖਣਾ ਟੈਂਪਰੇਰੀ ਥਿੰਗਸ ਛੱਡੋ ਵੀ ਮੇਕਵਾ ਨਹੀਂ ਹੈਗਾ ਲੱਗ ਜਾਓ ਮਿਲ ਜਣਾ ਫੋਕਸਡ ਹੋ ਕੇ ਲੱਗਣਾ ਜ਼ਰੂਰੀ ਹੈ ਐਜ਼ ਯੂ ਸੈਡ ਇੱਕ ਦਿਨ ਚ ਕੁਝ ਨਹੀਂ ਮਿਲਣਾ ਦੋ ਦਿਨ ਚ ਵੀ ਨਹੀਂ ਕੁਝ ਮਿਲਣਾ ਪੇਸ਼ੈਂਸ ਸਹੀ ਦੀ ਆ ਯਾਰ ਬਹੁਤ ਜੀ ਮਿਲਦਾ ਹੀ 4 5 6 ਸਾਲਾਂ ਬਾਅਦ ਥੋੜਾ ਯਾ ਬਟ ਕੰਪਾਊਂਡ ਇਫੈਕਟ ਹੈ ਜਿਵੇਂ ਬੈਂਕ ਚ ਤੁਸੀਂ ਸੇਵਿੰਗ ਕਰਦੇ ਹੋ ਇੱਕ ਸਾਲ ਬਾਅਦ 1% ਵੱਧਦਾ ਉਸ ਤੋਂ ਬਾਅਦ 2% ਫਿਰ 4 ਫਿਰ 8 ਫਿਰ 16 16 16 32 ਸੋ ਜਦੋਂ ਤੁਹਾਨੂੰ 8 ਸਾਲ ਇੱਕ profession ਚ ਹੋ ਜਾਂਦੇ ਆ ਫਿਰ ਉਹਨਾਂ ਸਪੀਡ ਫੜਦਾ ਡਬਲ ਟ੍ਰਿਪਲ ਉਹਦੋਂ ਗਰੋਥ ਹੁੰਦੀ ਆ ਕਈ ਵਾਰ ਫਿਰ ਲੋਕ ਤੁਹਾਨੂੰ ਉਸ ਟਾਈਮ ਤੇ ਦੇਖਦੇ ਆ ਤੁਹਾਡੇ ਪੀਕ ਪੁਆਇੰਟ ਤੇ ਫਿਰ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਵੀ ਇਹ ਹੁਣੇ ਆਇਆ ਸ਼ਾਇਦ ਪਰ ਪਿੱਛੇ ਉਹਨਾਂ ਨੂੰ ਬਹੁਤ ਇਅਰਜ਼ ਹੁੰਦੇ ਨੇ ਬਹੁਤ ਸੈਕਰੀਫਾਈਸ ਹੁੰਦੇ ਨੇ ਸਹੀ ਗੱਲ ਆ ਸੋ ਅੱਜ ਦਾ ਪੌਡਕਾਸਟ ਇੱਥੇ ਤੱਕ ਰੱਖਦਿਆਂ ਯਾਰ ਜਿੱਥੇ-ਜਿੱਥੇ ਵੀ ਜਿਹੜੇ-ਜਿਹੜੇ ਪਲੇਟਫਾਰਮ ਤੇ ਸੁਣ ਰਹੇ ਹੋ ਰੇਟਿੰਗ ਕਰ ਦਿਓ ਸਪੋਟੀਫਾਈ ਤੇ ਸੁਣ ਰਹੇ ਹੋ ਤਾਂ ਉੱਥੇ ਕੁਐਸਚਨ ਮੈਂ ਪਿੰਨ ਕੀਤਾ ਹੋਇਆ ਉਹਦਾ ਆਨਸਰ ਜ਼ਰੂਰ ਦਿਓ ਪੋਲ ਦਿੱਤਾ ਹੋਇਆ ਵਾ ਸੋ gana.com ਤੇ amazon music ਤੇ apple podcast google podcast ਸੋ ਹੋਰ ਵੀ ਜਿਹੜੇ ਰੋਸੋ ਆਈ ਗੈਸ ਉਹਨਾਂ ਤੇ ਹੁੰਦਾ ਵਾ ਤੇ yt music ਤੇ youtube ਤੇ facebook ਤੇ ਜਿੱਥੇ ਵੀ ਸੁਣਦੇ ਪਿਓ ਦੇਖਦੇ ਪਿਓ ਇੰਸਟਾਗ੍ਰam ਤੇ ਰੀਲ ਦੇਖਦੇ ਪਿਓ ਤਾਂ ਪਿਆਰ ਦਿਓ ਅਗਰ ਸ਼ਾਰਟ ਫਾਰਮ ਚ ਦੇਖ ਰਹੇ ਹੋ ਤਾਂ ਪੂਰਾ ਪੌਡਕਾਸਟ YouTube ਤੇ ਜਾ ਕੇ ਦੇਖੋ ਵੀ ਜਿਹੜੇ ਮੇਰੇ ਯੂਐਸਏ ਦੇ ਭਰਾ ਕੈਨੇਡਾ ਦੇ ਬਾਹਰ ਰਹਿ ਰਹੇ ਨੇ ਮਿਹਨਤਾਂ ਕਰ ਰਹੇ ਨੇ ਯਾਰ ਤੁਹਾਨੂੰ ਸਲਾਮ ਵੀ ਤੁਸੀਂ ਆਪਣੇ ਘਰ ਪਰਿਵਾਰ ਛੱਡ ਕੇ ਅਣੀ ਦੂਰ ਜਾ ਕੇ ਮਿਹਨਤ ਕਰ ਰਹੇ ਹੋ ਤੇ ਵੀ ਅਗਰ ਤੁਸੀਂ ਮੇਰਾ ਇਸ ਟਾਈਮ ਪੋਡਕਾਸਟ ਸੁਣਦੇ ਹੋ ਰੱਬ ਤੁਹਾਡੀ ਮਿਹਨਤਾਂ ਨੂੰ ਫਲ ਲਾਵੇ ਇੱਥੇ ਤੱਕ ਸੁਣਨੇ ਹੋ ਪੋਡਕਾਸਟ ਤਾਂ ਜੋ ਵੀ ਕੰਮ ਕਰਦੇ ਸੀ ਖੁਸ਼ ਰਹੋ ਮੈਨੂੰ ਪਤਾ ਤੁਸੀਂ ਬਹੁਤ ਸੈਕਰੀਫਾਈਜ਼ ਕਰ ਰਹੇ ਹੋ ਆਪਣੇ ਪੇਰੈਂਟਸ ਤੋਂ ਦੂਰ ਰਹਿ ਕੇ ਕਿੰਨੀਆਂ ਚੀਜ਼ਾਂ ਹੈਗੀਆਂ ਤੁਸੀਂ ਉਹਨਾਂ ਨੂੰ ਦੱਸਿਆ ਹੀ ਨਹੀਂ ਹੋਣੀਆਂ ਵੀ ਅੱਜ ਮੈਂ ਖਾਧਾ ਹੀ ਰੋਟੀ ਆ ਕਿਦਾਂ ਕੀ ਹੈਗਾ ਤਾਂ ਯਾਰ ਬਲੇਸਿੰਗਸ ਹਮੇਸ਼ਾ ਨਾਲ ਨੇ ਤੁਹਾਡਾ ਤੁਹਾਡੀ ਇੱਕ ਫੋਟੋ ਚੈਹ ਰਹੀ ਸਾਨੂੰ ਦੱਸ ਦਿੰਦਾ ਵੀ ਤੁਸੀਂ ਕਿੰਨੇ ਸੈਕਰੀਫਾਈਸ ਦੀਆਂ ਕਿਦਾਂ ਜ਼ਿੰਦਗੀ ਜੀ ਰਹੇ ਹੋ ਆਪਾਂ ਸਾਰੇ ਸਟ੍ਰਗਲਰਾਂ ਇੱਕ ਦੂਜੇ ਨੂੰ ਸਪੋਰਟ ਕਰੀਏ ਪੰਜਾਬੀ ਭਰਾ ਟੰਗਾ ਖਿੱਚਣ ਨਾਲੋਂ ਇੱਕ ਦੂਜੇ ਨੂੰ ਕਹੀਏ ਕੀ ਆ ਕੋਈ ਗੱਲ ਨਹੀਂ ਚੱਕਦੇ ਫੱਟੇ ਤੁਸੀਂ ਵੀ ਚੱਕਦੇ ਫੱਟੇ ਸੋ ਪਾਜੀ ਨੇ ਤਾਂ ਆਲਰੇਡੀ ਦੁਬਈ ਵਿੱਚ ਫੱਟੇ ਚੱਕੇ ਹੋਏ ਨੇ ਫੱਟੇ ਚੱਕੇ ਸੋ ਫੱਟਾ ਚੱਕ ਕੇ ਮਹਿਕਮਾ ਸੋ ਪਿਓਰ ਪੰਗੜਾ ਨੂੰ ਵੀ ਮੈਂ ਬਹੁਤ ਛੋਟਾ ਮੇਰੀਆਂ ਬਲੇਸਿੰਗਸ ਨੇ ਫਿਰ ਵੀ ਬਹੁਤ ਭਾਈ ਨਾਲ ਇੱਕ ਪੋਜ਼ਿਟਿਵ ਵਾਈਬਾਜ ਬਹੁਤ ਕੁਝ ਸਿੱਖਿਆ ਚੱਲਾ ਹੋਪ ਤੁਸੀਂ ਵੀ ਇਸ ਪੋਡਕਾਸਟ ਰਾਹੀਂ ਕੁਝ ਸਿੱਖਿਆ ਹੋਣਾ ਤੁਹਾਡੇ ਅਗਰ ਚਿਹਰੇ ਤੇ ਮੁਸਕਰਾਹਟ ਆਈ ਵਿੱਚ ਵਿੱਚ ਕਿਤੇ ਕਿਤੇ ਤਾਂ ਉਹ ਬਹੁਤ ਪਿਓਰਟੀ ਆ ਤਾਂ ਵੀ ਪਿਓਰ ਸੋਲ ਨੇ ਪਿਓਰ ਭਗੜਾ ਇਹਨਾਂ ਦਾ ਗਰੁੱਪ ਦਾ ਨਾਮ ਆ ਤੇ ਕਾਈਂਡ ਹਾਰਟਡ ਨੇ ਯਾਰ ਸੌਫਟ ਨੇਚਰ ਦੇ ਨੇ ਬੜੇ ਜਲਦੀ ਅੱਖਾਂ 'ਚ ਪਾਣੀ ਆ ਗਿਆ ਇਹਨਾਂ ਦੇ ਬਹੁਤ ਜਲਦੀ ਨਾਜ਼ੁਕ ਜੇ ਨੇ ਯਾਰ ਮੈਨੂੰ ਲੱਗਦਾ ਵੀ ਐਸੇ ਪਰਸਨ ਦੁਨੀਆ 'ਚ ਨਾ ਵੀ ਹੋਰ ਜ਼ਿਆਦਾ ਹੋਣੇ ਚਾਹੀਦੇ ਆ ਸਹੀ ਗੱਲ ਆ ਭਾਈ ਨਹੀਂ ਤਾਂ ਈਗੋਇਸਟਿਕ ਇਹ ਉਹ ਨਾ ਬਹੁਤ ਮਨ ਲੱਗਦਾ ਇਦਾਂ ਹੀ ਹੰਬਲ ਨੇਚਰ ਹੋਣੀ ਚਾਹੀਦੀ ਆ ਸਾਰਿਆਂ ਦੀ ਸੋ ਦੈਟ ਵਾਸ ਮਾਈ ਆਊਟਰੋ ਟਾੜਾ ਚਲੋ ਪੰਗੜਾ ਭਾਈਏ ਪੰਗੜਾ ਪਾ ਕੇ ਬਾਏ ਬਾਏ ਕਰਦੇ ਗੱਡੀ ਦੀ ਡਿੱਗੀ ਖੋਲ ਕੇ ਗੱਡੀ ਦੀ ਡਿੱਗੀ ਖੋਲ ਕੇ ਪੰਗੜਾ ਕਰਦੇ ਆ ਸੋ ਥੈਂਕ ਯੂ ਸੋ ਮੱਚ ਮੈਂ ਮਿਲਦਾ ਹੀ ਤੁਹਾਨੂੰ ਨੈਕਸਟ ਪੋਡਕਾਸਟ ਵਿੱਚ ਤਦ ਤੱਕ ਲਈ ਕੈਦਾ ਫਰੇ